ਕਿੰਨੇ ਬੱਚੇ ਦੇਖਿਆ 20 ਹਾਂਜੀ ਬੱਚੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਦਵਿੰਦਰ ਸਿੱਧੂ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਸਕਸੈਸ ਸਟਰੀ ਪੰਜਾਬ ਤੇ ਆਈ ਹੋਪ ਤੁਸੀਂ ਸਾਰੇ ਬੱਚੇ ਕੈਮ ਹੋਮੋਂਗੇ ਚੜ੍ਹਦੀ ਕਲਾ ਛੋਮੋਂਗੇ ਕੀ ਹਾਲ ਚਾਲ ਹੈ ਕਨਫਰਮ ਕਰ ਦਿਓ ਆਵਾਜ਼ ਆ ਰਹੀ ਹੈ ਕਿ ਨਹੀਂ ਆ ਰਹੀ ਹੈ ਲੋਈ ਮੇਤਰੋ ਆਜੋ ਵੀ ਮੁਸਕਾਨ ਸਿਦਾਰਾ ਜੀ ਇੰਜੀਨੀਅਰ ਨੈਂਸੀ ਸ਼ਾਲੀਆ ਕੰਬੋਜ਼ ਮਨੂ ਸਾਹਮੇ ਮਨੂ ਸਾਹਮੇ ਤੁਹ ਵੀ ਨਹੀਂ ਆਇਆ ਕਰੰਟ ਅਫੇਅਰ ਲਾਉਣ ਸ਼ਿਵਾਨੀ ਕੋਲ ਤੁਸੀਂ ਵੀ ਨਹੀਂ ਆਏ ਅੱਜ ਸਵੇਰੇ ਜਸਪ੍ਰੀ ਤੁਸੀਂ ਵੀ ਨਹੀਂ ਆਏ ਵਾਹਿਗੁਰੂ ਜੀ ਖਾਲਸਾ ਬਾਹਿਗੁਰੂ ਜੀ ਕੀ ਫਤਿਹ ਆਜੋ ਵੀ ਆਜੋ ਆਜੋ ਰਾਮ ਰਾਮ ਭਾਈ ਸਾਰਿਆਂ ਨੇ ਰਵਿੰਦਰ ਆ ਗਿਆ ਜੀ ਕੀ ਹਾਲ ਆਰਵਿੰਦਰਾ ਆਜੋ ਵੀ ਮਿਸਟਰ ਪੁੱਲਾ ਸਤਿ ਸ਼੍ਰੀਕਾਲ ਗੀਤ ਕੰਡੋਲ ਸ਼ਿਵਾਨੀ ਰਿਆਸਤ ਕੌਰ ਸਿੱਧੂ ਆਜੋ ਜੀ ਆਜੋ ਆਜੋ ਗੁੱਡੂ ਪੰਡਿਤ ਆ ਗਿਆ ਜੀ ਆਵਾਜ਼ ਕਿੰਨ ਟ ਆ ਰਹੀ ਆ ਬੱਬਾ ਠੀਕ ਹੈ ਗੁੱਡੂ ਪੰਡੇ ਤੂੰ ਵੀ 10 15 ਜਵਾਂਖਾਂ ਨੇ ਛੁੱਟੀ ਮਾਰੀ ਹੈ ਸਵੇਰ ਵਾਲੇ ਗ੍ਰੈਂਡ ਅਫੇਅਰ ਚ ਸੁਣਾਈ ਲਾਉਣੀ ਬਣੀ ਸਕੀਮ ਤੂੰ ਤਾਂ ਸਿੱਧੇ ਲਈ ਹੋਣੀ ਮੈਨੂੰ ਪਤਾ ਹੈ ਲੋ ਵੀ ਮਿੱਤਰੋ ਸੋ ਅੱਜ ਦਾ ਸੈਸ਼ਨ ਸਟਾਰਟ ਕਰਦੇ ਆ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਨੇ ਕਰਨਾ ਹੈ ਕਿਹੜਾ ਮਹੀਨਾ ਚੱਲ ਪਿਆ ਹੁਣ ਮਈ ਕਰ ਲਿਆ ਆਪਾਂ ਨੇ ਜੂਨ ਜੁਲਾਈ ਅਗਸਤ ਸਪਟੰਬਰ ਹੁਣ 6ਵਾਂ ਮਹੀਨਾ ਆ ਚੁੱਕਿਆ ਜੀ ਅਕਤੂਬਰ ਦਾ ਸੋ ਅਕਤੂਬਰ ਦੇ ਟਾਪ ਐਮਸੀਕਿਊਜ਼ ਕਵਰ ਕਰਦੇ ਆ ਜਿਹਦੇ ਵਿੱਚ ਕਾਫੀ ਜ਼ਿਆਦਾ ਤੁਹਾਨੂੰ ਪਤਾ ਹੈ ਏਸ਼ੀਅਨ ਗੇਮਸ ਵੀ ਉਹਦੇ ਵਿੱਚ ਹੀ ਹੋਈਆਂ ਸੀ ਪੈਰਾ ਗੇਮਸ ਵੀ ਉਹਦੇ ਵਿੱਚ ਹੀ ਹੋਈਆਂ ਸੀ ਸਪੋਰਟਸ ਰਿਲੇਟਿਡ ਕਾਫ ਕੱਲ ਤਾਂ ਛੁੱਟੀ ਹੋਊਗੀ ਮੰਡੇ ਨੂੰ ਆਪਾਂ ਨਵੰਬਰ ਕਰ ਦੇਣਾ ਫਿਰ ਆਪਾਂ ਦਸੰਬਰ ਨੇ ਵੇੜ ਦਾਂਗੇ ਐਨੀਮਲ ਸੀਰੀਜ਼ ਦਾ ਬੱਚੇ ਭੋਗ ਪੈ ਜਾਣਾ ਜੀ ਨਿਭਣਨੇ ਵਾਲੀ ਹੈ ਬੱਚੇ ਸਾਰੇ ਤੁਸੀਂ ਆਜੋ ਤੇ ਸੈਸ਼ਨ ਨੂੰ ਖਿੱਚ-ਖਿੱਚ ਕੇ ਲਾਈਕ ਕਰੋ ਪੂਰਾ ਦਬ ਦਬ ਕੇ ਬੈਣੀਪਾਲ ਹੋਰੇ ਆ ਗਏ ਹਰਵੀਰ ਹੋਰੇ ਗਗਨਦੀਪ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਇੰਦਰ ਹੋਰੇ ਆ ਗਏ ਆ ਮੈਂ ਵੀ ਆਈ ਸੀ ਤੂੰ ਵੀ ਤਾਂ ਆਈਸ ਤੋ ਮੈਨੂੰ ਪਤਾ ਸੁਖੀ ਸੁਧਾਰ ਆ ਗਿਆ ਜੀ ਸਤਿ ਸ੍ਰੀ ਅਕਾਲ ਜੀ ਗੁਣ ਸਹਿਜ ਬਰਾੜ ਸਤਿ ਸ਼੍ਰੀ ਅਕਾਲ ਨਵਦੀਮਾਨ ਗੁੱਡ ਆਫਟਰਨੂੰ ਆਜੋ ਮੇਰੇ ਪਿਆਰੇ ਵਿਦਿਆਰਥੀਓ ਖਿੱਚੀਏ ਕੰਮ ਫਿਰ ਲਾਈਏ ਫਿਰ ਲੋ ਵੀ ਆਜੋ ਆਜੋ ਸਲਿੰਦਰ ਜੀ ਆਜੋ ਜੀ ਮੈਂ ਵਧੀਆ ਹਮਨਸ਼ੂ ਲੋ ਜੀ ਸ਼ੁਭਮ ਜੀ ਗੁੱਡ ਆਫਟਰਨੂੰ ਆਜੋ ਮਿੱਤਰੋ ਸੋ 9am ਕਰੰਟ ਅਫੇਅਰ ਲਾਉਣਾ ਬੱਚੇ ਬਹੁਤ ਜ਼ਿਆਦਾ ਜ਼ਰੂਰੀ ਆ ਤੇ ਇਹਦੇ ਵਿੱਚ ਹੀ ਥਿਉਰੈਟਿਕਲ ਕਰੰਟ ਅਫੇਅਰਸ ਮੈਂ ਕਵਰ ਕਰਦਾ ਥਿਉਰੈਟਿਕਲ ਕਰੰਟ ਅਫੇਅਰਸ ਇਹਦੇ ਵਿੱਚ ਹੀ ਹੋਣੇ ਉਸ ਤੋਂ ਬਾਅਦ ਤੁਸੀਂ ਐਨੀਮਲ ਸੀਰੀਜ਼ ਦਾ ਫਾਇਦਾ ਜ਼ਿਆਦਾ ਚੱਕ ਸਕੋਗੇ ਇਹ ਯਾਦ ਰੱਖਿਓ ਇਸ ਗੱਲ ਨੂੰ ਸੋ ਕਰੰਟ ਅਫੇਅਰ ਡੇਲੀ ਥਿਉਰੈਟਿਕਲ ਲਾਉਣੀ ਬੜੀ ਜ਼ਰੂਰੀ ਹੈ 9am ਸਿੱਧਾ ਚੱਲਦਾ ਹੁਣ ਟਾਈਮ ਵੇਸਟ ਨਹੀਂ ਕਰਦੇ ਆ ਗਿਆ ਪਹਿਲਾ MCQ ਚੱਕ ਦੋ ਫੱਟੇ ਕਹਿੰਦਾ ਜੀ ਕਿਹੜੀ ਸਟੇਟਮੈਂਟ ਕਰੈਕਟ ਹੈ ਇੰਟਰਨੈਸ਼ਨਲ ਡੇ ਆਫ ਨੋਨ ਵਾਇਲੈਂਸ ਦੇ ਹਿਸਾਬ ਨਾਲ ਪਹਿਲੀ ਗੱਲ ਕਹਿੰਦਾ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਜੀ ਮਹਾਤਮਾ ਗਾਂਧੀ ਜਨਮ ਦੇ ਨਾਲ ਇਹ ਦਿਨ ਦੂਜੀ ਗੱਲ ਇਹਦਾ ਥੀਮ ਸੀਗਾ ਸੇ ਨੋ ਟੂ ਵਾਇਲੈਂਸ ਦੋ ਸਟੇਟਮੈਂਟ ਵਾਲਾ ਪਹਿਲੇ ਹੀ ਕੁਐਸਚਨ ਪਾਤਾ ਜਿਵੇਂ ਦੱਸੋ ਬਈ ਇੰਟਰਨੈਸ਼ਨਲ ਡੇ ਆਫ ਨੋਨ ਵਾਇਲੈਂਸ 1 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਕਿ 2 ਨੂੰ ਮਨਾਇਆ ਜਾਂਦਾ ਹੈ ਇਹ ਤੁਸੀਂ ਦੱਸਣਾ ਸਿਕਤਾਦ ਪਈਏ ਇੱਕ ਪਣ ਮੈਂ ਦੀ ਸਪੀਡ ਤੇ ਦੇਖਣ ਦੀ ਅੱਛਾ ਜੀ ਠੀਕ ਹੈ ਜੀ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਗੁੱਡ ਆਫਟਰਨੂਨ ਜੀ ਅਮਨਦੀਪ ਸਿੰਘਮ ਜੀ ਪਹਿਲੀ ਗੱਲ ਮੇਰੇ ਵੀਰੋ ਵੀ ਜਿਹੜੀ ਆ 2 ਅਕਤੂਬਰ ਨੂੰ ਮਨਾਉਣੇ ਆ ਸੀ ਨਾ ਕੀ ਇਹ 1 ਅਕਤੂਬਰ ਨੂੰ 2 ਅਕਤੂਬਰ ਨੂੰ ਮਨਾਉਣੇ ਦੂਜੀ ਬੱਚੇ ਠੀਕ ਹੈ ਸੇ ਨੋਨ ਟੂ ਨਾਨ ਵਾਇਲੈਂਸ ਇਹ ਬੱਚੇ ਬਿਲਕੁਲ ਠੀਕ ਹੈ ਸੀ ਯਾਨੀ ਕਿ ਇਹਦੀ ਸਟੇਟਮੈਂਟ ਕਰੈਕਟ ਪੁੱਛੀ ਸੀ ਤਾਂ ਫਿਰ 2 ਬੀ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ ਠੀਕ ਹੈ ਜੀ ਇੰਟਰਨੈਸ਼ਨਲ ਡੇ ਆਫ ਨਾਨ ਵਾਇਲੈਂਸ ਜਿਹੜਾ ਹੈ 2 ਅਕਤੂਬਰ ਨੂੰ ਮਨਾਇਆ ਜਾਂਦਾ ਹੈ ਅਗਲਾ ਕੁਐਸਚਨ ਜੀ ਨੋਬਲ ਪ੍ਰਾਈਜ਼ ਇਨ ਫਿਜ਼ੀਓਲੋਜੀ ਯਾਨੀ ਕਿ ਮੈਡੀਸਨ ਦੇ ਵਿੱਚ ਕਿਹਨੂੰ ਦਿੱਤਾ ਗਿਆ ਨੋਬਲ ਪ੍ਰਾਈਜ਼ ਨੋਬਲ ਪ੍ਰਾਈਜ਼ ਵੀ ਬੱਚਿਓ ਅਕਤੂਬਰ ਦੇ ਮਹੀਨੇ ਚ ਡਿਕਲੇਅਰ ਕੀਤੇ ਗਏ ਸੀ ਸਾਰਿਆਂ ਦੇ ਕੁਐਸਚਨ ਆਏ ਹੋਏ ਨੇ ਆਪਣੇ ਮੈਡੀਸਨ ਉੱਤੇ ਕਿਹਨਾਂ ਨੂੰ ਮਿਲਿਆ ਜੀ ਆਰਐਨਏ ਵੈਕਸੀਨ ਬਣਾਈ ਸੀ ਰਾਈਬੋਕਲਿਉਸ ਨਿਊਕਲੀਓ ਨਿਊਕਲੀਕ ਐਸਿਡ ਜਿਹੜੀ ਹੈ ਉਹਦੀ ਵੈਕਸੀਨ ਬਣਾਈ ਸੀ ਅਗੇਨਸਟ ਕੋਵਿਡ-19 ਕੀ ਨਾਮ ਹੈ ਜੀ ਉਹਨਾਂ ਦਾ ਦੋ ਆਪਣੇ ਡਾਕਟਰਸ ਨੇ ਉਹਨਾਂ ਨੂੰ ਮਿਲਿਆ ਜੀ ਇਹ ਲੋ ਜੀ एमआरएनए वैक्सीन बिल्कुल जी द आंसर इज विस्मैन विश ਮੈਂਦਾ ਯਾਦ ਕੀਤਾ ਸੀ ਵੀ ਵਿਸ਼ ਕੀ ਹੁੰਦਾ ਜ਼ਹਿਰ ਹੈ ਨਾ ਮੈਡੀਸਨ ਜ਼ਹਿਰ ਮੈਡੀਸਨ ਜ਼ਹਿਰ ਵਿਸ਼ਮੈਨ ਡਰੂ ਵਿਸ਼ਮੈਨ ਇੱਕ ਤਾਂ ਜੀ ਤੇ ਦੂਜੇ ਹੈਗੇ ਨੇ ਕੈਟਾਲਿਨ ਕਰਾਇਕੋ ਜੀ ਕੈਟਾਲਿਨ ਕਰਾਇਕੋ ਤੇ ਡਰੂ ਵਿਸ਼ਮੈਨ ਨੂੰ ਮਿਲਿਆ ਸੀਗਾ ਨੋਬਲ ਪ੍ਰਾਈਜ਼ ਇਨ ਫਿਜ਼ੀਓਲੋਜੀ অর ਯੂ ਕੈਨ ਸੇ ਮੈਡੀਸਨ ਠੀਕ ਹੈ ਜੀ ਸੋ ਇਸ ਨੂੰ ਗੱਲ ਨੂੰ ਯਾਦ ਰੱਖਿਓ ਜੀ ਕੀ ਇੰਡੀਆ ਦਾ ਕੋਈ ਐਹਜਾ ਬੰਦਾ ਹੈਗਾ ਜਿਹਨੂੰ ਮੈਡੀਸਨ ਵਾਸਤੇ ਮਿਲਿਆ ਹੋਵੇ ਇੰਡੀਆ ਦੇ ਵਿੱਚ 9 ਬੰਦਿਆਂ ਨੂੰ ਅਜੇ ਤੱਕ ਹਿਸਟਰੀ ਦੇ ਵਿੱਚ ਨੋਬਲ ਪ੍ਰਾਈਜ਼ ਮਿਲਿਆ ਹੈ। ਇੰਡੀਆ ਦਾ ਕੋਈ ਐਹ ਜਿਹਾ ਪਰਸਨ ਹੈ ਜਿਹਨੂੰ ਨੋਬਲ ਪ੍ਰਾਈਜ਼ ਮਿਲਿਆ ਹੋਵੇ ਮੈਡੀਸਨ ਵਾਸਤੇ? ਨਾਮ ਬੋਲੋ ਨਾਮ। ਯੈਸ অর ਨੋ ਨੀ ਕਰਨਾ ਜੇ ਪਤਾ ਤਾਂ। ਹਰ ਗੋਬਿੰਦ ਖੁਰਾਣਾ। ਕੀ ਬਾਤ ਹੈ ਜੀ ਬਹੁਤ ਵਧੀਆ। ਹਰ ਗੋਬਿੰਦ ਖੁਰਾਣਾ ਨੂੰ ਮਿਲਿਆ ਜੀ। ਵੈਰੀ ਗੁੱਡ। ਸ਼ਾਬਾਸ਼। ਬਹੁਤ ਵਧੀਆ ਜੀ। ਲਓ ਜੀ। ਅਗਲਾ ਕੁਸ਼। ਇੰਡੀਆ ਦਾ ਪਹਿਲਾ ਸੋਲਰ ਰੂਫ ਸਾਈਕਲਿੰਗ ਟ੍ਰੈਕ ਕੱਲ ਪਰਸੋ ਵੀ ਮੈਂ ਕਰਵਾਇਆ ਹੋਇਆ ਦਵਾਰੇ ਆ ਗਿਆ ਜੀ। ਕਹਿੰਦਾ ਕਿੱਥੇ ਲਾਂਚ ਕੀਤਾ ਗਿਆ ਜੀ ਇੰਡੀਆ ਦਾ ਪਹਿਲਾ ਸੋਲਰ ਰੂਫ ਸਾਈਕਲਿੰਗ ਟਰੈਕ ਦੁਬਾਰੇ ਕੁਸ਼ਨ ਆ ਗਿਆ ਹੁਣ ਨਾ ਕਰ ਤੋ ਗਲਤੀ ਕਿਤੇ ਕੀ ਬਾਤ ਹੈ ਜੀ ਬਹੁਤ ਵਧੀਆ ਸਤਿ ਸ਼੍ਰੀ ਅਕਾਲ ਅਵਤਾਰ ਮੁਸਕਾਨ ਸੇ ਦਰਨਾ ਤੂੰ ਵੀ ਆਇਆ ਕਰ ਯਾਰ ਕਰੰਟ ਅਫੇਅਰ 9am ਲਿਆ ਕਰੋ 10 ਹਾਈਦਰਾਬਾਦ ਇਸ ਦਾ ਕਰੈਕਟ ਆਪਸ਼ਨ ਬੱਚਿਓ ਹਾਈਦਰਾਬਾਦ ਦੇ ਵਿੱਚ ਹੀ ਖੋਲਿਆ ਗਿਆ ਇੰਡੀਆ ਦਾ ਪਹਿਲਾ ਸੋਲਰ ਰੂਫ ਸਾਈਕਲਿੰਗ ਟਰੈਕ ਅਗਲਾ ਕੁਸ਼ਨ ਕੌਣ ਜਿੱਤਿਆ ਸੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆਫ ਮਾਲਦੀਵਸ ਮਾਲਦੀਵ ਦਾ ਨਵਾਂ ਪ੍ਰੈਜ਼ੀਡੈਂਟ ਕੌਣ ਹੈ ਪ੍ਰੋ ਚਾਈਨੀਸ ਹੈ ਆਉਂਦੇ ਹੀ ਇਹ ਗੱਲ ਕਹਿਤੀ ਸੀ ਇੰਡੀਆ ਵਾਲਿਆਂ ਨੂੰ ਵੀ ਇੰਡੀਅਨ ਆਰਮੀ ਆਪਣੀ ਸਾਰੀ ਆਰਮੀ ਚੱਕ ਕੇ ਲੈ ਜਵੇ ਇਥੋਂ ਮਾਲਦੀਵਸ ਦੇ ਨਵੇਂ ਪ੍ਰੈਜ਼ੀਡੈਂਟ ਸ਼ਾਬਾਸ਼ ਕੀ ਬਾਤ ਹੈ ਜੀ ਬਹੁਤ ਵਧੀਆ ਦਾ ਆਨਸਰ ਇਸ ਬੱਚੇ ਮੁਇਜ਼ੂ ਇਬਰਾਹਿਮ ਜਿਹੜਾ ਹੈ ਬੱਚੇ ਦਾ ਨਾਮ ਹੈ ਮੁਹੰਮਦ ਮੁਇਜ਼ੂ ਮੁਹੰਮਦ ਮੁਇਜ਼ੂ ਇਹਦਾ ਨਾਮ ਹੈ ਜੀ ਡਾਕਟਰ ਮੁਹੰਮਦ ਮੁਇਜ਼ੂ ਪ੍ਰੋ ਚਾਈਨੀਸ ਬੰਦੇ ਬੰਦਾ ਹੈ ਮਾਲਦੀਵਸ ਇਸ ਦਾ ਕਰੈਕਟ ਆਪਸ਼ਨ ਲਓ ਜੀ ਅਗਲਾ ਕੁਐਸਚਨ ਕਿਹੜੀ ਰਾਜ ਸਰਕਾਰ ਨੇ ਲਾਂਚ ਕੀਤਾ ਸੀ ਬੱਚਿਓ ਹਰ ਘਰ ਸੂਰਜੀ ਅਭਿਆਨ ਹਰ ਘਰ ਸੋਲਰ ਅਭਿਆਨ ਕੈਂਪ ਕਿਹੜੀ ਰਾਜ ਸਰਕਾਰ ਨੇ ਲਾਂਚ ਕੀਤਾ ਸੀ ਮੱਧਿਆ ਪ੍ਰਦੇਸ਼ ਨੇ ਉੜੀਸਾ ਨੇ ਬਿਹਾਰ ਨੇ ਜਾਂ ਫਿਰ ਯੂਪੀ ਨੇ ਇਹ ਉਹ ਜਿਹੜਾ ਜਿੱਥੇ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਹੈ ਚੱਕ ਹਿੰਟ ਹਿੰਟ ਦੇਦਾ ਤੁਹਾਨੂੰ ਮੈਂ ਸਭ ਤੋਂ ਜ਼ਿਆਦਾ ਪੋਪੂਲੇਸ਼ਨ ਕਿੱਥੇ ਹੈ ਤਾਂ ਫਿਰ ਬੱਚੇ ਦਾ ਕੀ ਆਨਸਰ ਆਊਗਾ ਯਾਨੀ ਕਿ ਯੂਪੀ ਸੋ ਯੂਪੀ ਨੇ ਲਾਂਚ ਕੀਤਾ ਸੀ ਹਰ ਘਰ ਸੋਲਰ ਅਭਿਆਨ ਕੈਂਪ ਯਾਦ ਰੱਖ ਲਿਓ ਵੀਰਿਓ ਓਬਵੀਅਸੀ ਗੱਲ ਹੈ ਅਗਲਾ ਕੁਐਸਚਨ ਏਸ਼ੀਅਨ ਗੇਮਸ ਦੇ ਵਿੱਚ 19ਵੀਂ ਏਸ਼ੀਅਨ ਗੇਮਸ ਦੇ ਵਿੱਚ ਬੱਚਿਓ ਅਵਿਨਾਸ਼ ਸਾਭਲੇ ਇੱਕ ਬੰਦਾ ਹੈ ਇੰਡੀਆ ਦਾ 골ਡ ਮੈਡਲ ਜਿੱਤਿਆ ਸੀ ਇਹਨੇ ਤੇ ਪਹਿਲਾ ਭਾਰਤੀ ਬਣ ਗਿਆ ਸੀ ਜਿਹਨੇ ਸਟੀਪਲ ਚੇਸ ਯਾਨੀ ਕਿ ਮੈਰਾਥਨ ਹੁੰਦੀ ਹੈ ਇੱਕ ਤਰੀਕੇ ਦੀ ਇਹਦੇ ਵਿੱਚ ਇਹਨੇ 골ਡ ਮੈਡਲ ਜਿੱਤਿਆ ਸੀ ਤੇ ਉਹ ਜਿਹੜੀ ਸਟੀਪਲ ਚੇਸ ਰੇਸ ਉਹ ਕਿੰਨੇ ਮੀਟਰ ਦੀ ਸੀ 2000 ਦੀ 3500 ਦੀ 3000 ਦੀ ਜਾਂ ਫਿਰ 2500 ਦੀ ਕਿੰਨੇ ਮੀਟਰ ਦੀ ਰੇਸ ਸੀ ਉਸ ਟਿਪਲ ਚੇਸ ਜਿਦੇ ਵਿੱਚ ਇਸ ਬੰਦੇ ਨੇ 골ਡ ਮੈਡ ਜਿੱਤੇ ਤੇ ਪਹਿਲਾ ਭਾਰਤੀ ਬਣ ਗਿਆ ਸੀਗਾ ਇਹ ਅਵਿਨਾਸ਼ ਸਾਹਬਲੇ ਕੀ ਬਾਤ ਹੈ ਜੀ ਬਹੁਤ ਵਧੀਆ ਇੰਦਰ 3000 ਵਾਲੇ ਚ ਇਹਨੇ 골ਡ ਜਿੱਤਿਆ ਸੀ ਵੈਰੀ ਗੁੱਡ ਜੀ ਵੈਰੀ ਗੁੱਡ ਬਹੁਤ ਵਧੀਆ ਅਵਿਨਾਸ਼ ਸਾਹਬਲੇ 3000 ਮੀਟਰ ਸਟਿਪਲ ਚੇਸ ਰੇਸ ਦੇ ਵਿੱਚ ਬੱਚਿਓ ਇਹਨੇ ਜਿੱਤਿਆ 골ਡ ਮੈਡਲ ਪੁਰਸ਼ਾਂ ਦੇ ਵਿੱਚ ਅਗਲਾ ਬੱਚੇ ਵੂਸ਼ ਟ੍ਰੇਨ ਲਾਂਚ ਕੀਤੀ ਹੈ ਵੂਸ਼ ਟ੍ਰੇਨ इंडोनेशिया ਦੇ ਵਿੱਚ ਚਾਈਨਾ ਦੀ ਹੈਲਪ ਨਾਲ ਬਣਾਈ ਗਈ ਹੈ ਅੰਡਰ ਦਾ 1 ਬੈਲਟ ਇਨੀਸ਼ੀਏਟਿਵ 1 ਬੈਲਟ 1 ਰੋਡ ਇਨੀਸ਼ੀਏਟਿਵ ਇਹ ਬੱਚਿਓ ਇਹਦਾ ਪ੍ਰਾਇਮਰੀ ਮਕਸਦ ਕੀ ਹੈ ਕਾਰਬਨ ਐਮਿਸ਼ਨਸ ਨੂੰ ਰਿਡਿਊਸ ਕਰਨਾ ਬੁਲੇਟ ਟ੍ਰੇਨ ਬੂਸ਼ ਆਫ ਇੰਡੋਨੇਸ਼ੀਆ ਰੀਜਨਲ ਕਨੈਕਟੀਵਿਟੀ ਨੂੰ ਐਨਹਾਂਸ ਕਰਨਾ ਅਫੋਰਡੇਬਲ ਟਿਕਟ ਜਾਂ ਫਿਰ 750 ਕਿਲੋਮੀਟਰ ਰੇਲ ਲਾਈਨ ਐਦਾਂ ਦਾ ਕੁਝ ਨਹੀਂ ਹੈਗਾ ਬੱਚਿਓ ਦਾ ਆਨਸਰ ਇਜ਼ ਬੀ ਚਾਈਨਾ ਚਾਈਨਾ 1 ਬੈਲਟ ਐਂਡ 1 ਰੋਡ ਇਨੀਸ਼ੀਏਟਿਵ ਆਨਸਰ ਹੈ ਜੀ ਰੀਜਨਲ ਕਨੈਕਟੀਵਿਟੀ ਨੂੰ ਇਨਕਰੀਸ ਕਰਨ ਵਾਸਤੇ ਵੋਸ਼ ਟ੍ਰੇਨ ਕੀਤੀ ਗਈ ਹੈ ਲਾਂਚ ਜਿਹੜੀ ਜਕਾਟਾ ਨੂੰ ਜੋੜੂਗੀ ਬੰਡੂng ਨਾਲ ਜਕਾਟਾ ਨੂੰ ਜੋੜੂਗੀ ਬੰਡੂng ਨਾਲ ਜਕਾਟਾ ਇਸ ਦਾ ਕੈਪੀਟਲ ਤੇ ਉਸ ਤੋਂ ਬਾਅਦ ਜਕਾਟਾ ਦੇ ਵਿੱਚ ਹੀ ਏਸ਼ੀਆਨ ਦੀ ਮੀਟਿੰਗ ਹੋਈ ਸੀ ਤੇ ਜਕਾਟਾ ਦੇ ਵਿੱਚ ਹੀ ਇੰਡੀਆ ਏਸ਼ੀਆਨ ਮਿਲਟ ਫੈਸਟੀਵਲ ਵੀ ਹੋਇਆ ਸੀ ਇੰਡੀਆ ਏਸ਼ੀਆਨ ਮਿਲਟ ਫੈਸਟੀਵਲ ਵੀ ਹੋਇਆ ਸੀ ਬੱਚਿਓ ਇਹ ਵੀ ਗੱਲ ਤੁਸੀਂ ਨਾਲ ਹੀ ਯਾਦ ਰੱਖ ਲਿਓ ਜਕਾਟਾ ਦੇ ਬਾਰੇ ਇండోਨੇਸ਼ੀਆ ਦੇ ਵਿੱਚ ਦੋ ਹੁਣੇ ਰੀਸੈਂਟਲੀ ਜਵਾਲਾਮੁਖੀ ਫਟੇ ਨੇ ਮਾਉਂਟ ਇਬੂ ਤੇ ਮਾਉਂਟ ਮੇਰਾਪੀ ਉਹ ਪੁਆਇੰਟ ਵੀ ਤੁਸੀਂ ਯਾਦ ਰੱਖਣਾ ਹੈ ਕਿ ਨਹੀਂ ਸ਼ਾਬਾਸ਼ ਬੱਚਿਓ ਬਹੁਤ ਵਧੀਆ ਲੈਟਸ ਮੂਵ ਫਾਰਵਰਡ ਟੂ ਦਾ ਨੈਕਸਟ ਐਮਸੀਕਿਊ ਬੱਚੇ ਕਮ ਮਿਸਾਈਲ ਹੈ ਇੰਡੀਆ ਵਾਲੇ ਨੇ ਡਿਵੈਲਪ ਕੀਤੀ ਹੈ ਨਾਮ ਹੈ ਅਸਤਰਾ ਬਿਯੋਂਡ ਵਿਜ਼ੂਅਲ ਰੇਂਜ 에ਅਰ ਟੂ 에ਅਰ ਮਿਸਾਈਲ ਇਹਨੂੰ ਕਿਹਨੇ ਕਿਹਨੇ ਮਿਲ ਕੇ ਬਣਾਇਆ ਜਾਂ ਫਿਰ ਕਿਸੇ ਇੱਕ ਆਰਗੇਨਾਈਜੇਸ਼ਨ ਨੇ ਬਣਾਇਆ अस्त्र बियॉन्ड विजुअल रेंज यानी कि ਇਹ ਜੀ ਰੇਂਜ ਵਿੱਚ ਹੈ ਜਿੱਥੇ ਆਪਾਂ ਦੇਖ ਨਹੀਂ ਸਕਦੇ एयर टू एयर ਮਿਸਾਈਲ ਹੈ ਹਵਾ ਚੀ ਮਾਰ ਕਰਦੀ ਹੈ ਬੱਚੇ ਕਿਹਨੇ ਕੀਤਾ ਇਹਨੂੰ ਜੋਤੀ ਸੰਧੂ ਜੀ वेरी गुड आफ्टरनून अच्छा मैं भी लुधियाने ਤੋਂ ਯਾਨਨ ਸੀ शाबाश क्या बात है क्या बात है लो जी आंसर ਇਹਦਾ ਬੱਚੇ ਹੈਗਾ 올 ਆਫ द ਸਾਰਿਆਂ ਨੇ ਮਿਲ ਕੇ ਹੀ ਬਣਾਈ ਸੀ ਇਹ ਇਹ ਸਾਰੀਆਂ ਜਿਹੜੀ ਆਰਗੇਨਾਈਜੇਸ਼ਨ ਨੇ ਚਾਹੇ ਡੀਆਰਡੀਐਲ ਹੋਵੇ ਭਾਰਾ ਡਾਇਨਾਮਿਕ ਲਿਮਟਿਡ ਹੋਵੇ ਰਿਸਰਚ ਸੈਂਟਰ ਇਮਾਰਤ ਹੋਵੇ ਤਿੰਨਾ ਨੇ ਬਣਾਈ ਸੀ ਇੰਡੀਆ ਦੀ ਪਹਿਲੀ ਬਿਓਂਡ ਵਿਜ਼ੂਅਲ ਰੇਂਜ 70 ਕਿਲੋਮੀਟਰ ਦੀ ਇਹਦੀ ਰੇਂਜ ਹੋਊਗੀ ਸਪੀਡ ਦੇਖ ਲਓ ਕਿੰਨੀ ਹੈ 5555 ਕਿਲੋਮੀਟਰ ਪਰ ਆਰ ਅਸਤਰਾ ਮਿਸਾਈਲ ਅਗਲਾ ਕੁਐਸਚਨ 2 ਅਕਤੂਬਰ ਨੂੰ ਅੱਛਾ 1 ਅਕਤੂਬਰ ਨੂੰ ਲਾਂਚ ਕੀਤਾ ਗਿਆ ਸੀ ਸ਼ਰਮਦਾਨ ਇਵੈਂਟ ਕਿਹੜੀ ਮਿਨਿਸਟਰੀ ਮਿਨਿਸਟਰੀ ਆਫ ਐਮ ਐਸ ਐਮਈ ਵੱਲੋਂ ਤੇਦਾ ਥੀਮ ਕੀ ਸੀਗਾ ਸ਼ਰਮਦਾਨੀ ਮੈਂ ਦਾ ਮਤਲਬ ਇਹ ਸੀਗਾ ਬੱਚਿਓ ਵੀ ਆਪਾਂ ਸਫਾਈ ਕਰਨੀ ਹੈ ਸਾਰੇ ਇਹਨਾਂ ਨੇ ਬੰਦੇ ਲਾਤੇ ਸੀ ਸਰਕਾਰੀ ਬੰਦੇ ਮਿਨਿਸਟਰੀ ਆਫ ਐਮ ਐਸ ਐਮ ਹੀ ਨੇ ਸ਼ਰਮਦਾਨ ਮਤਲਬ ਕਿ ਲੇਬਰ ਦਾ ਦਾਨ ਕਰਨਾ ਉਹਦਾ ਥੀਮ ਕੀ ਸੀਗਾ 1 ਅਕਤੂਬਰ ਨੂੰ ਕੀਤਾ ਗਿਆ ਸੀ ਲਾਂਚ ਗੁੱਡ ਆਫਟਰਨੂੰ ਦੁੱਪੱਟੀ ਸਾਹਿਬ ਗਾਰਬੇਜ ਫਰੀ ਇੰਡੀਆ ਕੀ ਬਾਤ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਗਾਰਬੇਜ ਫਰੀ ਇੰਡੀਆ ਇਸ ਦਾ ਥੀਮ ਆਫ ਦਿਸ ਸ਼ਰਮਦਾਨ ਇਵੈਂਟ 1 ਅਕਤੂਬਰ ਨੂੰ ਕਰਵਾਇਆ ਗਿਆ ਸੀਗਾ 2 ਅਕਤੂਬਰ ਦੀ ਯਾਦ ਵਿੱਚ ਜਿਹੜੀ ਹੈ ਗਾਂਧੀ ਜੰਤਰੀ ਦੀ ਯਾਦ ਵਿੱਚ ਕਰਵਾਇਆ ਜੀ ਇਹ ਲਓ ਜੀ ਅਗਲਾ ਕੁਸ਼ਣ ਨੋਬਲ ਪ੍ਰਾਈਜ਼ ਫਿਜ਼ਿਕਸ ਦੇ ਵਿੱਚ ਕਿਹਨੇ-ਕਿਹਨੇ ਜਿੱਤਿਆ ਸੀ ਤਿੰਨ ਬੰਦੇ ਸੀ ਉਹਨਾਂ ਨੇ ਇਹ ਨੋਬਲ ਪ੍ਰਾਈਜ਼ ਜਿੱਤਿਆ ਸੀ ਬੱਚਿਓ ਦੱਸੋ ਬਈ ਸ਼ਾਬਾਸ਼ ਲਓ ਵੀ ਆਨਸਰ ਕੀ ਆਊਗਾ ਇਹਦਾ ਵੈਰੀ ਗੁੱਡ ਹਾਂ ਵੈਰੀ ਗੁੱਡ ਜੀ ਆਹੀ ਹੈ ਫਿਜ਼ਿਕਸ ਵਾਲਾ ਕਿਹੜਾ ਹੈ ਪਾਇਰੇ ਅਗੋਸਤਿਨੀ ਫਰੈਂਕ ਕਰੂਜ਼ ਤੇ ਐਨੀ ਐਲ ਹਿਊਲਰ ਇਹਨਾਂ ਨੂੰ ਮਿਲਿਆ ਸੀ ਬੱਚਿਓ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਕਿਉਂਕਿ ਬੱਚਿਓ ਇਹਨਾਂ ਨੇ ਇੱਕ ਇਹੋ ਜੀ ਚੀਜ਼ ਬਣਾਈ ਸੀ ਐਟੋ ਸੈਕੰਡ ਪਲਸਸ ਆਫ ਲਾਈਟ ਬਣਾਈਆਂ ਸੀ ਇੱਕ ਸੈਕੰਡ ਦਾ ਵੀ 1 ਕਵਾਂਟ੍ਰਿਲੀਅਨth ਭਾਗ ਇੰਨਾ ਛੋਟਾ ਮਹੀਨ ਔਰ ਸੈਕਿੰਡ ਦੇ ਵਿੱਚ ਇਹਨਾਂ ਨੇ ਪਲਸ ਆਫ ਲਾਈਟ ਕ੍ਰੀਏਟ ਕੀਤੀ ਸੀ ਐਟੋ ਸੈਕਿੰਡ ਪਲਸ ਆਫ ਲਾਈਟ ਜਿਹੜੀ ਕਿ ਕੁਆਂਟਮ ਲੈਵਲ ਤੇ ਮੈਜ਼ਰ ਵਗੈਰਾ ਕਰਨ ਵਾਸਤੇ ਜਾਂ ਫਿਰ ਸਟੱਡੀ ਕਰਨ ਵਾਸਤੇ ਅੱਗੇ ਹੈਲਪਫੁਲ ਹੋਊਗੀ ਫਿਜ਼ਿਕਸ ਦੀ ਠੀਕ ਹੈ ਜੀ ਲੋ ਜੀ ਅੱਛਾ ਫਿਜ਼ਿਕਸ ਤੋਂ ਮੈਨੂੰ ਯਾਦ ਆਇਆ ਫਿਜ਼ਿਕਸ ਦੀ ਸਭ ਤੋਂ ਗਹਿਰੀ ਇੱਕ ਲੈਬ ਬਣਾਈ ਗਈ ਹੈ ਡਰਫ ਨਾਮ ਆ ਉਹਦਾ ਕਿਹੜੀ ਕੰਟਰੀ ਨੇ ਬਣਾਈ ਹੈ ਫਿਜ਼ਿਕਸ ਲੈਬ ਆ ਉਹ ਡਾਰਕ ম্যাਟਰ ਨੂੰ ਐਕਸਪਲੋਰ ਕਰਨ ਵਾਸਤੇ ਲਓ ਵੀ ਆਨਸਰ ਜਿੰਨੇ ਬੱਚੇ ਬੈਠੇ ਆ ਆਹ ਕੀ ਬਾਤ ਹੈ ਚਾਈਨਾ ਇਜ਼ ਦਾ ਕਰੈਕਟ ਆਪਸ਼ਨ ਡੀਪੈਸਟ ਲੈਬ ਉਹ ਜਿਹੜੀ ਹੈ ਅਰਾਊਂਡ 2400 ਮੀਟਰ ਦੀ ਗਹਿਰਾਈ ਦੇ ਵਿੱਚ ਬਣਾਈ ਗਈ ਆ ਉਹ ਚਾਈਨਾ ਦੀ ਲੈਬ ਹੈ ਜੀ ਉਹ ਯਾਦ ਰੱਖਣ ਜੀ ਸੋ ਇਹ ਤਿੰਨਾਂ ਦਾ ਨਾਮ ਯਾਦ ਰੱਖ ਲਿਓ ਐਟੋ ਸੈਕੰਡ ਲੈਵਲ ਤੇ ਇਹਨਾਂ ਤਿੰਨਾਂ ਨੂੰ ਜਿਹੜਾ ਹੈ ਬਣਾਇਆ ਇਹਨਾਂ ਨੇ ਐਟੋ ਸੈਕੰਡ ਪਲਸ ਆਫ ਫਲਾਈਟ ਤੇ ਇਹਨਾਂ ਨੂੰ ਮਿਲਿਆ ਹੈ ਨੋਬਲ ਪ੍ਰਾਈਜ਼ ਇਨ ਫਿਜ਼ਿਕਸ ਪਾਇਰੇ ਗੋਸਤਿਨੀ ਫਰੈਂਕ ਕ੍ਰੋਸ ਤੇ ਐਨੀ ਐਲ ਹੂਲਰ ਤੇ ਮੇਰੀ ਗੱਲ ਸੁਣ ਲਿਓ ਬੱਚਿਓ ਤੇ ਇਹ ਬਹੁਤ ਜ਼ਰੂਰੀ ਨੇ ਠੀਕ ਹੈ ਜੀ ਨੋਬਲ ਪ੍ਰਾਈਜ਼ ਦੇ ਵਿੱਚੋਂ ਤੁਹਾਨੂੰ ਇੱਕ ਕੁਐਸਚਨ ਪੱਕਾ ਹੋਊਗਾ ਅਗਲਾ ਕੁ ਅਕਤੂਬਰ ਦਾ ਪਹਿਲਾ ਹਫਤਾ ਮਨਾਇਆ ਗਿਆ ਸੀ World Space Week ਇਹਦਾ ਥੀਮ ਕੀ ਸੀ ਸਪੇਸ ਐਂਡ ਐਂਟਰਪ੍ਰੈਨਿਓਰਸ਼ਿਪ ਸਪੇਸ ਫੋਰ ਅ ਸਸਟੇਨੇਬਲ ਵਰਲਡ ਸਪੇਸ ਫੋਰ 올 ਯਾ ਫਿਰ ਐਕਸਪਲੋਰ ਫਰਦਰ ਲਓ ਵੀ ਆਨਸਰ ਕੀ ਆ ਬਾਤ ਹੈ ਜੀ ਬਹੁਤ ਵਧੀਆ ਜੀ ਸਪੇਸ ਫੋਰ ਅ ਸਸਟੇਨੇਬਲ ਵਰਲਡ ਨਹੀਂ ਹੈਗਾ ਦਾ ਆਨਸਰ ਬੱਚੇ ਦਾ ਆਨਸਰ ਇਜ਼ ਸਪੇਸ ਐਂਡ ਐਂਟਰਪ੍ਰੈਨਿਓਰਸ਼ਿਪ ਯਾਨੀ ਕਿ ਏ ਇਸ ਦਾ ਕਰੈਕਟ ਆਪਸ਼ਨ space and entrepreneurship ਦੇਖੋ ਜ਼ਿਆਦਾਤਰ ਮੈਨੂੰ ਪਤਾ ਹੈ ਜ਼ਿਆਦਾਤਰ ਬੱਚਿਆਂ ਨੇ ਇਹ ਸੋਚ ਕੇ ਲਾਇਆ ਹੋਣਾ ਵੀ ਜਿੰਨੀਆਂ ਵੀ ਥੀਮਾਂ ਪੜੀਆਂ ਨੇ ਵੀ ਉਹਦੇ ਸਸਟੇਨੇਬਲ ਸ਼ਬਦ ਜ਼ਰੂਰ ਸੀ ਆਈ نو ਪਰ ਸਾਰਿਆਂ ਦੇ ਆਲਮੋਸਟ 80 90% ਦੇ ਵਿੱਚ ਸਸਟੇਨੇਬਲ ਸ਼ਬਦ ਹੈ ਪਰ ਇਹ ਤਾਂ ਨਹੀਂ ਹੈਗਾ ਵਰਲਡ ਸਪੇਸ ਵੀਕ ਦਾ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸैम ਗਿਲ ਜੀ ਸਪੇਸ ਐਂਡ ਐਂਟਰਪ੍ਰੈਨਿਓਰਸ਼ਿਪ ਵਾਹ ਕੀ ਬਾਤ ਹੈ ਆਜੋ ਵੀ 4 ਤੋਂ 10 ਅਕਤੂਬਰ ਦੇ ਵਿੱਚ ਸਾਹਮਣੇ ਲਿਖਿਆ ਹੋਇਆ ਸੀ ਆਹਦੇ ਲਿਖਿਆ ਹੋਇਆ ਸਪੇਸ ਐਂਡ ਐਂਟਰਪ੍ਰੈਨਿਓਰਸ਼ਿਪ ਹੈ ਨਾ ਲੋ ਜੀ ਅਗਲਾ ਕੁਐਸਚਨ ਬੱਚੇ ਪ੍ਰਧਾਨ ਮੰਤਰੀ ਸਵਾਂ ਨidhi ਯੋਜਨਾ ਲਾਂਚ ਕੀਤੀ ਗਈ ਹੈ ਠੀਕ ਹੈ ਜੀ ਇਹਦਾ ਕਿਹੜੀ ਮਿਨਿਸਟਰੀ ਇਹਨੂੰ ਐਡਮਿਨਿਸਟਰ ਕਰੂਗੀ ਸੰਚਾਲਨ ਕਰੂਗੀ ਕਿਹੜੀ ਮਿਨਿਸਟਰੀ ਪ੍ਰਧਾਨ ਮੰਤਰੀ ਸਵੈ ਨidhi ਸਕੀਮ ਦੇ ਵਿੱਚ ਬੱਚੇ ਜਿਹੜੇ ਛੋਟੇ-ਛੋਟੇ ਜਿਵੇਂ ਫੂਡ ਵੈਂਡਰਸ ਹੋ ਗਏ ਰੇੜੀਆਂ ਰੁੜੀਆਂ ਵਾਲੇ ਛੋਟੇ-ਛੋਟੇ ਬਿਜ਼ਨਸ ਨੇ ਨਾ ਉਹਨਾਂ ਨੂੰ ਇਹਨਾਂ ਨੇ ਲੋਨ ਦੇਣੇ ਨੇ ਸਵਾਂ ਨidhi ਸਕੀਮ ਦੇ ਵਿੱਚ ਸਟਰੀਟ ਵੈਂਡਰਸ ਜਿਹੜੇ ਨੇ ਬੱਚੇ ਰੇੜੀਆਂ ਵਾਲੇ ਠੇਲਿਆਂ ਵਾਲੇ ਉਹਨਾਂ ਨੂੰ ਲੋਨ ਪ੍ਰੋਵਾਈਡ ਕਰਨਾ ਹੈ ਤਾਂ ਕਿ ਉਹ ਆਪਣੇ ਬਿਜ਼ਨਸ ਨੂੰ ਐਕਸਪੈਂਡ ਕਰ ਸਕਣ ਇਸ ਮਿਨਿਸਟਰੀ ਨੂੰ ਜਿਹੜਾ ਹੈ ਉਹ ਸੌਰੀ ਇਹ ਸਕੀਮ ਨੂੰ ਸੰਚਾਲਨ ਕਰਨ ਵਾਲੀ ਮੰਤਰਾਲੇ ਦਾ ਨਾਮ ਕੀ ਹੈ ਦੱਸੋ ਬਈ ਕੀ ਬਾਤ ਹੈ ਜੀ ਐਮ ਐਸ ਐਮ ای ਓ ਹੋ 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 ਐਮ ਐਸ ਐਮ ای ਕਹਿ ਰਹੇ ਨੇ ਪਤਾ ਨਹੀਂ ਕਿਉਂ ਕਹਿ ਰਹੇ ਨੇ ਤੇ ਸਾਰੇ ਦੇ ਸਾਰੇ ਹੀ ਗਲਤ ਨੇ ਕਿਉਂਕਿ ਆਨਸਰ ਹੈ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਜਿਹਦੇ ਮਿਨਿਸਟਰ ਨੇ ਹਰਦੀਪ ਸਿੰਘ ਪੁਰੀ ਜੀ ਹਰਦੀਪ ਸਿੰਘ ਪੁਰੀ ਸੋ ਯਾਦ ਰੱਖ ਲਿਓ ਜੀ ਮਿਨਿਸਟਰ ਐਡਮਿਨਿਸਟ ਸੰਚਾਲਨ ਕਰਨ ਵਾਲੀ ਮਿਨਿਸਟਰੀ ਕਿਹੜੀ ਹੈ ਸਵਾਨidhi ਸਕੀਮ ਨੂੰ ਦਾ ਆਨਸਰ ਇਜ਼ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਠੇਲੇ ਯਾਤਰ ਕਿੱਥੇ ਲੱਗਦੇ ਨੇ ਆਫ ਕੌਰਸ ਵਾਲੇ ਕੁਗਰੀ ਤੁਸੀਂ ਆਓ ਕਲਾਸ ਦੇ ਵਿੱਚ ਤੁਸੀਂ ਬਹੁਤ ਦੇਰ ਬਾਅਦ ਆਏ ਹੋ ਹਨਾ ਤੁਸੀਂ ਤਾਂ ਦਿਖਦੇ ਹੀ ਨਹੀਂ ਹੈਗੇ ਪਤਾ ਨਹੀਂ ਕਿਉਂ ਸੋ ਦੈਟਸ ਨਾਟ ਫੇਅਰ ਸਟੱਡੀ ਕਰਨੀ ਬਹੁਤ ਜ਼ਰੂਰੀ ਹੈ ਲੋ ਜੀ ਮਿਨਿਸਟਰੀ ਆਫ ਹਾਊਸਿੰਗ ਐਂਡ ਅਰਬਨ ਅਫੇਅਰਸ ਐਡਮਿਨਿਸਟਰ ਕਰਦੀ ਹੈ ਪ੍ਰਧਾਨ ਮੰਤਰੀ ਸਵਾਨidhi ਯੋਜਨਾ ਨੂੰ ਅਗਲਾ ਕੁਐਸਚਨ ਇਹਦੇ ਵਿੱਚ ਮੈਕਸਿਮਮ ਲੋਨ ਕਿੰਨਾ ਦਿੱਤਾ ਜਾਣਾ ਹੈ ਜੀ ਮੈਕਸਿਮਮ ਲੋਨ ਕਿੰਨਾ ਦਿੱਤਾ ਜਾਣਾ ਹੈ ਪ੍ਰਾਈਮ ਮਿਨਿਸਟਰ ਸੁਆ ਨidhi ਸਕੀਮ ਦੇ ਅੰਡਰ ਮੈਕਸਿਮਮ ਲੋਨ ਕਿੰਨਾ ਦਿੱਤਾ ਜਾਊਗਾ 50000 75000 1 ਲੱਖ ਜਾਂ 125000 ਛੋਟੇ ਛੋਟੇ ਲੋਨ ਨੇ ਬੱਚੇ ਇਹ ਯਾਦ ਰੱਖ ਲਿਓ ਹੁਣ ਤੁਸੀਂ ਲਾ ਦਿਓ ਆਨਸਰ ਛੋਟੇ ਛੋਟੇ ਲੋਨ ਯੂ ਕੈਨ ਕਮ ਇਨ ਸ਼ਾਬਾਸ਼ ਲੋ ਮੇਰੇ ਵੀਰੇ 1 ਲੱਖ ਨਹੀਂ ਹੈਗਾ ਜੀ ਦਾ ਆਨਸਰ ਇਜ਼ 50000 50000 ਇਸ ਦਾ ਕਰੈਕਟ ਆਪਸ਼ਨ ਮੈਕਸਿਮਮ ਲੋਨ ਇਹਦੇ ਵਿੱਚ 50000 ਹੀ ਦਿੱਤਾ ਜਾਊਗਾ ਮੇਰੇ ਵੀਰਿਓ ਯਾਦ ਰੱਖ ਲਿਓ ਜੀ ਅਗਲਾ ਕੁਐਸਚਨ हेठा ਦਿੱਤੇ ਵਿੱਚ ਉਹ ਕਿਹੜਾ ਸਵਦੇਸ਼ੀ ਹਲਕੇ ਲੜਾਕੂ ਜਹਾਜ਼ ਦਾ ਨਾਮ ਹੈ ਜੋ ਇੰਡੀਅਨ 에ਅਰਫੋਰਸ ਖਰੀਦਣ ਲਈ ਤਿਆਰ ਹੈ ਸੋ ਨਾਮ ਕੀ ਹੈ ਉਸ ਇੰਡੀਜਨਸ ਲਾਈਟ ਕੰਬਟ 에ਅਰਕ੍ਰਾਫਟ ਦਾ ਜਿਹੜਾ ਕਿ ਇੰਡੀਅਨ 에ਅਰਫੋਰਸ ਬਹੁਤ ਜਲਦ ਪ੍ਰਕਿਊਰ ਕਰਨ ਜਾ ਰਹੀ ਹੈ ਇੰਡੀਆ ਨੇ ਖੁਦ ਹੀ ਬਣਾਇਆ ਹੈ ਉਹ ਆਪਣਾ ਜਿਹੜਾ ਹੈ 에ਅਰਕ੍ਰਾਫਟ ਤੇ ਜ਼ਬਰਦਸਤ ਹੈ ਉਹ ਲਾਈਟ ਕੰਬਟ 에ਅਰਕ੍ਰਾਫਟ ਹੈ ਐਚਐਲ ਵੱਲੋਂ ਬਣਾਇਆ ਗਿਆ ਜੀ ਸੋ ਨਾਮ ਇਸ ਨਾਟ ਸੁਖੋਈ ਯਾਰ ਰਜਿੰਦਰ ਸੁਖੋਈ ਨਹੀਂ ਹੈਗਾ ਤੁਨ ਆਨਸਰ ਦਾ ਆਨਸਰ ਇਜ਼ ਤੇਜਸ ਲਾਈਟ ਕੰਬੈਟ 에ਅਰਕ੍ਰਾਫਟ ਤੇਜਸ ਠੀਕ ਹੈ ਜੀ ਸਿੰਗਲ ਜਨਰੇਸ਼ਨ 4ਥ ਜਨਰੇਸ਼ਨ ਸਿੰਗਲ ਇੰਜਨ 4 ਜਨਰੇਸ਼ਨ ਇੰਡੀਜਨਸ ਲਾਈਟ ਕੰਬੈਟ 에ਅਰਕ੍ਰਾਫਟ ਹੈ ਸਾਡਾ ਇਹ ਐਲਸੀਏ ਮਾਰਕ 3 ਦਾ ਨਾਮ ਇਸ ਤੇਜਸ ਅੱਛਾ ਅੱਛਾ ਪਹਿਲੀ ਪ੍ਰਾਈਵੇਟ ਕੰਪਨੀ ਕਿਹੜੀ ਬਣ ਗਈ ਹੈ ਇੰਡੀਆ ਦੀ ਜਿਹੜੀ ਕਿ 에ਅਰਕ੍ਰਾਫਟ ਮੈਨੂਫੈਕਚਰਿੰਗ ਦੇ ਵਿੱਚ ਆਪਣਾ ਹੱਥ ਅਜਮਾਉਗੀ ਤੁਹਾਡੇ ਲਈ ਕੁਐਸਚਨ ਹੈ ਕਿਹੜਾ ਹੋ ਤੇ ਜਿਹੜਾ ਮੈਂ ਤੁਹਾਨੂੰ ਦੱਸ ਦਿੰਦਾ ਉਹ 에ਅਰਕ੍ਰਾਫਟ ਵੀ ਕਿਹੜਾ ਰਹੂਗਾ ਸੀ295 ਜਿਹਦੇ ਨਾਲ ਆਪਾਂ ਨੇ ਬੋਇੰਗ ਵਾਲਿਆਂ ਨਾਲ ਨਹੀਂ ਕੀਤਾ ਹੈਗਾ ਕਰਾਰ ਨਹੀਂ ਕੀਤਾ ਬੋਇੰਗ ਵਾਲੇ ਸਾਨੂੰ ਦੇਣਗੇ ਬੋਇੰਗ ਜਹਾਜ਼ ਵਾਲੇ ਸੋ ਕਿਹੜੀ ਕੰਪਨੀ ਬਣ ਗਈ ਆ ਸਸੀਗਲ ਜਸਪ੍ਰੀ ਜੀ ਵੈਰੀ ਗੁੱਡ ਸ਼ਿਵਮ ਕੀ ਬਾਤ ਹੈ ਰਜਿੰਦਰ ਵੈਰੀ ਗੁੱਡ ਟਾਟਾ ਟਾਟਾ ਬੱਚੇ ਪਹਿਲੀ ਪ੍ਰਾਈਵੇਟ ਕੰਪਨੀ ਬਣ ਗਈ ਹੈ ਜਿਹੜੀ ਕਿ 에어ਕ੍ਰਾਫਟ ਮੈਨੂਫੈਕਚਰਿੰਗ ਦੇ ਵਿੱਚ ਆਊਗੀ ਇੰਡੀਆ ਦੇ ਵਿੱਚ ਹਜੇ ਤੱਕ ਸਿਰਫ ਐਚ ਐਲ ਹੀ ਬਣਾਉਂਦਾ ਸੀ ਅਗਲਾ ਕੁਸ਼ਣ ਬੱਚੇ ਵਰਲਡ ਬੈਂਕ ਨੇ ਗ੍ਰੋਥ ਫੋਰਕਾਸਟ ਰਿਪੋਰਟ ਦੇ ਵਿੱਚ ਕਿਹਾ ਵੀ ਇੰਡੀਆ ਕਿੰਨੇ ਪ੍ਰਤੀਸ਼ਤ ਦੀ ਦਰ ਨਾਲ ਵਧੂਗਾ ਦੱਸੋ ਜੀ आरबीआई ਕਹਿੰਦੀ ਹੈ ਜੀ 7% ਐਸਟੈਂਡਰਡ ਪੀ ਵਾਲੇ ਨੇ ਕੀ ਕਿਹਾ ਸੀ 6.3% ਲੋ ਜੀ ਵਰਲਡ ਬੈਂਕ ਕੀ ਕਹਿੰਦਾ ਜੀ ਕੀ ਬਾਤ ਹੈ ਜੀ ਏ ਇਸ ਦਾ ਕਰੈਕਟ অপਸ਼ਨ ਯਾਨਕਿ 6.3% ਮੀਤ ਸਰਾਏ ਸਤਿ ਸ਼੍ਰੀਕਾਲ ਜੀ ਵੈਰੀ ਗੁੱਡ ਜੀ ਦਾ ਆਨਸਰ ਇਜ਼ ਏ ਯਾਨਕਿ 6.3% ਇਸ ਦਾ ਕਰੈਕਟ অপਸ਼ਨ ਬੱਚੇ ਉੱਤੇ ਮੇਰੀ ਗੱਲ ਸੁਣੋ ਬੱਚੇ ਜਿੰਨੇ ਵੀ ਬੱਚੇ ਲਾਈਵ ਬਟ ਰਹੇ 70 ਬੱਚੇ ਲਾਈਵ ਹੋ ਚੁੱਕੇ ਨੇ ਤੇ 70 ਦੇ 70 ਹੋਣ 1 ਮਿੰਟ ਤੋਂ ਪਹਿਲਾਂ ਬੱਚੇ ਲਾਈਕ ਕਰ ਦਿਓ ਸੈਸ਼ਨ ਨੂੰ 50 ਇੱਕ ਵਾਰ ਝਟਪਾ ਦਿਓ ਇੱਕ ਵਾਰ ਝਟਪਾ ਦਿਓ 50 ਇੱਕ ਵਾਰ ਜੀ ਪੜਾਕੇ ਪਾ ਦਿਓ ਪੂਰੇ ਲਓ ਜੀ ਲਓ ਮੇਰੇ ਵੀਰੋ ਅਗਲੇ ਕੁਐਸਚਨ ਚੱਲਦੇ ਆ ਮਿਹਨਤ ਲੱਗਦੀ ਹੈ ਪੂਰੀ ਅਗਲਾ 2023 ਦੇ ਏਸ਼ੀਅਨ ਗੇਮਸ ਦੇ ਵਿੱਚ ਬੱਚੇ ਇੰਡੀਆ ਨੇ ਅੱਛਾ ਕਿਹੜੀ ਕੰਟਰੀ ਹੈ ਜਿਹਨੇ ਸਭ ਤੋਂ ਜ਼ਿਆਦਾ ਮੈਡਲ ਜਿੱਤੇ ਨੇ ਚਾਈਨਾ ਜਾਪਾਨ ਸਾਊਥ ਕੋਰੀਆ ਇੰਡੀਆ ਤੇ ਇੰਡੀਆ ਦਾ ਕੀ ਰੈਂਕ ਆਇਆ ਉਹਦੇ ਵਿੱਚ ਚੌਥਾ ਰੈਂਕ ਲਓਏ ਇੰਡੀਆ ਦਾ ਕੀ ਆਨਸਰ ਆਊਗਾ 44 ਹੋ ਗਏ ਲਾਈਕ 50 ਅਜੇ ਫੇਰ ਨਹੀਂ ਮੱਝ ਇੱਕ ਵਾਰ ਚ ਸ਼ਾਬਾਸ਼ ਬਹੁਤ ਵਧੀਆ ਜੀ ਦਾ ਆਨਸਰ ਇਜ਼ ਚਾਈਨਾ ਬੱਚੇ ਚਾਈਨਾ ਨੇ ਟਾਪ ਕੀਤਾ ਸੀਗਾ ਯਾਦ ਰੱਖ ਲਿਓ ਜੀ 2023 ਦੇ ਏਸ਼ੀਅਨ ਗੇਮਸ ਦੇ ਵਿੱਚ ਤੇ ਦੂਜਾ ਨੰਬਰ ਆਉਂਦਾ ਹੈ ਜਪਾਨ ਦਾ ਚਾਈਨਾ ਦੂਜਾ ਜਪਾਨ ਦਾ ਤੀਜਾ ਆਉਂਦਾ ਕੋਰੀਆ ਤੇ ਚੌਥਾ ਆਉਂਦਾ ਇੰਡੀਆ ਇੰਡੀਆ ਨੇ ਕਿੰਨੇ ਜਿੱਤੇ ਸੀ 107 ਮੈਡਲ 28 골ਡ ਮੈਡਲ ਸੀ ਬੱਚਿਓ ਜਿਹਦੇ ਵਿੱਚ ਮੈਕਸਿਮਮ ਮੈਡਲ ਅਸੀਂ ਸ਼ੂਟਿੰਗ ਦੇ ਵਿੱਚੋਂ ਲੈਂਦੇ ਨੇ ਸ਼ੂਟਿੰਗ ਵਿੱਚੋਂ ਮੈਡਲ ਲੈਂਦੇ ਨੇ ਅਸੀਂ ਟੋਟਲ 7 골ਡ ਮੈਡਲ ਯਾਦ ਰੱਖ ਲਿਓ ਇਸ ਗੱਲ ਨੂੰ ਵੀ ਲਓ ਜੀ ਮੇਰੇ ਵੀਰਿਓ 19ਵਾਂ ਇਹ ਐਡੀਸ਼ਨ ਸੀਗਾ ਏਸ਼ੀਅਨ ਗੇਮਸ ਦਾ 19ਵਾਂ ਇਹ ਐਡੀਸ਼ਨ ਸੀਗਾ ਏਸ਼ੀਅਨ ਗੇਮਸ ਦਾ ਠੀਕ ਹੈ ਜੀ ਚਲੋ ਜੀ ਅਗਲਾ ਕੁਐਸਚਨ ਗਲੋਬਲ ਇੰਡੀਅਨ ਅਵਾਰਡ ਦਿੱਤਾ ਗਿਆ ਪਹਿਲੀ ਵਾਰੀ ਕਿਸੇ ਮਹਿਲਾ ਨੂੰ ਨਾਮ ਉਹਦਾ ਸੁਦਾ ਮੂਰਤੀ इंफोसिस ਦੇ ਜਿਹੜੇ ਹੈ ਡਾਇਰੈਕਟਰ ਨੇ ਉਹਨਾਂ ਦੀ ਜਿਹੜੀ ਬੀਵੀ ਨੇ ਇਹ ਤੇ ਸੁਦਾ ਮੂਰਤੀ ਜਿਹੜਾ ਅਵਾਰਡ ਦਿੱਤਾ ਹੈ ਗਲੋਬਲ ਇੰਡੀਆ ਅਵਾਰਡ ਦਾ ਇੰਡੀਅਨ ਅਵਾਰਡ ਦਾ ਕਿਹੜੀ ਫਾਊਂਡੇਸ਼ਨ ਦਿੰਦੀ ਹੈ ਇੰਫੋਸਿਸ ਦਿੰਦੀ ਆ ਕੈਨੇਡਾ ਇੰਡੀਆ ਫਾਊਂਡੇਸ਼ਨ ਇੰਡੀਅਨ ਕਮਿਸ਼ਨ ਇਨ ਕੈਨੇਡਾ ਜਾਂ ਫਿਰ ਮਹਾਭਾਰਤ ਫਾਊਂਡੇਸ਼ਨ ਲਾਓ ਵੀ ਆਨਸਰ ਸਤਿ ਸ਼੍ਰੀ ਅਕਾਲ ਆਇਰਿਸ਼ ਅਰਸ਼ ਕੀ ਬਾਤ ਹੈ ਰਿਸ਼ੀ ਸੁਨਗਦੀ ਮਦਦ ਨਹੀਂ ਲਾਓ ਬਿਲਕੁਲ ਠੀਕ ਦਾ ਆਨਸਰ ਇਸ ਕੈਨੇਡਾ ਇੰਡੀਆ ਫਾਊਂਡੇਸ਼ਨ ਦਿੰਦੀ ਆ ਬੱਚੇ ਇਹ ਅਵਾਰਡ ਯਾਦ ਰੱਖ ਲੈ ਗਲੋਬਲ ਇੰਡੀਅਨ ਅਵਾਰਡ ਪਹਿਲੀ ਵਾਰੀ ਕਿਸੇ ਮਹਿਲਾ ਨੂੰ ਦਿੱਤਾ ਗਿਆ ਦਾ ਆਨਸਰ ਇਜ਼ ਸੁਧਾ ਮੂਰਤੀ ਅਗਲਾ ਕੁਐਸਚਨ ਲੋ ਮੇਰੇ ਵੀਰੋ ਸੋ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਦਾ ਅੰਡਰ 19 ਚੈਂਪੀਅਨਸ਼ਿਪ ਵੀ ਇੰਡੀਆ ਨੇ ਹੀ ਜਿੱਤਿਆ ਸੀ ਪਰ ਇਹ ਪੁੱਛ ਰਹੇ ਨੇ ਵੀ ਹਰਾਇਆ ਕਿਨੂੰ ਸੀ ਪਾਕਿਸਤਾਨ ਨੂੰ ਇਹ ਪੁੱਛ ਰਹੇ ਨੇ ਵੀ ਕਿੱਥੇ ਹੋਇਆ ਸੀ ਇਹ ਆ ਇੰਡੀਆ ਪਾਕਿਸਤਾਨ ਨੇਪਾਲ ਜਾਂ ਫਿਰ ਪਟਾਨ ਬੱਚੇ ਸੈਫ ਦਾ ਜਿਹੜਾ ਨਾਰਮਲ ਵਰਲਡ ਕੱਪ ਹੈ ਉਹ ਵੀ ਇੰਡੀਆ ਨੇ ਜਿੱਤਿਆ ਸੀ ਕੁਵੈਤ ਨੂੰ ਹਰਾਇਆ ਸੀ ਸੈਫ ਦਾ ਅੰਡਰ 16 ਉਹ ਵੀ ਇੰਡੀਆ ਨੇ ਜਿੱਤਿਆ ਸੀ ਤੇ ਸੈਫ ਦਾ ਅੰਡਰ 19 ਵੀ ਇੰਡੀਆ ਨੇ ਜਿੱਤਿਆ ਸੀ ਦੱਸੋ ਵੀ ਇਹ ਕਿੱਥੇ ਹੋਇਆ ਸੀ ਇੰਡੀਆ ਪਾਕਿਸਤਾਨ ਨੇਪਾਲ ਭੂਟਾਨ ਕੀ ਬਾਤ ਹੈ ਜੀ ਨੇਪਾਲ ਇਜ਼ ਦਾ ਕਰੈਕਟ ਆਪਸ਼ਨ ਬਚੇਓ ਨੇਪਾਲ ਦੇ ਵਿੱਚ ਬੱਚੇ ਹੋਇਆ ਸੀਗਾ ਤੇ 8ਵੀਂ ਵਾਰ ਇਹ ਐਸੀ ਜਿਹੜਾ ਹੈ ਕੱਪ ਜਿੱਤਿਆ ਸੀਗਾ ਸਾਊਥ ਏਸ਼ੀਅਨ ਫੁੱਟਬਾਲ ਫੈਡਰੇਸ਼ਨ ਅਗਲਾ ਕੁਐਸਚਨ ਬੱਚੇ ਫੇਮਸ ਪਸ਼ਮੀਨਾ ਕਿਹੜੀ ਸਟੇਟ ਦੀ ਹੈ ਜਿਹਦੇ ਕਰਕੇ ਜੀਓਗ੍ਰਾਫੀਕਲ ਇੰਡੀਕੇਸ਼ਨ ਟੈਗ ਦਿੱਤਾ ਗਿਆ ਜੀ ਫੇਮਸ ਪਸ਼ਮੀਨਾ ਪਸ਼ਮੀਨਾ 8 ਨੂੰ ਦਿੱਤਾ ਗਿਆ ਜੀ ਦੱਸੋ ਮੇਰੇ ਪਿਆਰੇ ਵਿਦਿਆਰਥੀ ਲਦਾਖ ਨਹੀਂ ਹੈਗਾ ਕਠੂਆ ਡਿਸਟ੍ਰਿਕਟ ਜੀ ਬਿਸ਼ੋਲੀ ਬਿਲਕੁਲ ਜੀ ਕਠੂਆ ਡਿਸਟ੍ਰਿਕਟ ਦੀ ਬਿਸ਼ੋਲੀ ਪਸ਼ਮੀਨਾ ਉਹਨੂੰ ਦਿੱਤਾ ਗਿਆ ਮੇਰੇ ਪਿਆਰੇ ਵਿਦਿਆਰਥੀਓ ਜੀਆਈ ਟੈਗ ਕਠੂਆ ਡਿਸਟ੍ਰਿਕਟ ਦੇ ਵਿੱਚ ਹਨਾ ਜੀ ਅੱਛਾ ਕਠੂਆ ਡਿਸਟ੍ਰਿਕਟ ਹੈ ਜਿਹੜੀ ਜੰਮੂ ਕਸ਼ਮੀਰ ਦੀ ਉਹਦੇ ਇੱਕ ਹੋਰ ਪ੍ਰੋਡਕਟ ਨੂੰ ਵੀ ਜਿਹੜਾ ਹੈ ਦਿੱਤਾ ਗਿਆ ਕੀ ਕਹਿੰਦੇ ਹੁੰਦੇ ਆ ਆਪਣਾ ਜੀਆਈ ਟੈਗ ਉਹ ਕਿਹੜਾ ਸੀ ਕਥੂਆ ਡਿਸਟ੍ਰਿਕਟ ਦੇ ਇੱਕ ਹੋਰ ਚੀਜ਼ ਸੀ ਜਿਹਨੂੰ ਦਿੱਤਾ ਗਿਆ ਜੀਆਈ ਟੈਗ What is the name of that product? ਦਾ ਆਨਸਰ ਇਸ ਹਾਂਜੀ ਗੋੜ ਤੋਂ ਮਿਲਿਆ ਪਸ਼ਮੀਨਾ ਇਸ ਗੋਟ। ਕੀ ਬਾਝੇ? ਮੀਰ ਸਰਾਂ ਐਸ ਕਲਾਸ ਦੀ ਟਾਈਮਿੰਗ ਹੁੰਦੀ ਹੈ ਜੀ 1 ਪੀਐਮ ਐਨੀਮਲ ਸੀਰੀਜ਼ ਦੀ ਪਰ ਜਿਹੜਾ ਸਾਡਾ ਕਰੰਟ ਅਫੇਅਰ ਆ ਥਿਊਰੀ ਵਾਲਾ ਉਹ ਹੁੰਦਾ 9 ਐਮ ਇਹ ਯਾਦ ਰੱਖਿਓ। ਲਓ ਜੀ ਸੈਫਰਨ ਕੀ ਬਾਤ ਹੈ ਜੀ ਸੈਫਰਨ ਸੈਫਰਨ ਇਸ ਦਾ ਕਰੈਕਟ ਆਪਸ਼ਨ ਚੱਲ ਮੇਰੇ ਵੀਰੇ। ਅਗਲਾ ਕੁਐਸਚਨ ਆਹੋ ਆਹੋ ਕੀ ਬਾਤ ਹੈ ਜੀ ਬੱਚੇ ਨੋਬਲ ਪ੍ਰਾਈਜ਼ ਇਨ ਕੈਮਿਸਟਰੀ ਦਿੱਤਾ ਗਿਆ ਸਾਲ 2013 ਵਾਸਤੇ ਇਹਨਾਂ ਤਿੰਨ ਪਰਸਨੈਲਿਟੀ ਇਹਨਾਂ ਨਾਮ ਹੈ ਮੌਂਗੀ ਜੀ ਬਵੰਡੀ ਲੋਇਸੀ ਬ੍ਰਸ ਤੇ ਅਲੈਕਸੀ ਐਕੀਮੋਵ ਹੁਣ ਇਹ ਗੱਲ ਕਹਿ ਰਿਹਾ ਵੀ ਕਾਦੇ ਲਈ ਦਿੱਤਾ ਗਿਆ ਕੈਮਿਸਟਰੀ ਦੇ ਵਿੱਚ ਇਹਨਾਂ ਤਿੰਨਾਂ ਨੂੰ ਮੌਂਗੀ ਜੀ ਬਵੰਡੀ ਲੋਰੈਸ ਈਬ੍ਰਸ ਯਾ ਅਲੈਕਸੀ ਈ ਐਕੀਮੋਵ ਕੀ ਬਣਾਏ ਇਹਨਾਂ ਨੇ ਕੁਆਂਟਮ ਡਾਟਸ ਬਣਾਏ ਨੇ ਮਿਨੀਸਕਿਊਲ ਸੈਂਸਰ ਬਣਾਏ ਨੇ ਸਲਿਮਰ ਸੋਲਰ ਸੈੱਲ ਬਣਾਏ ਨੇ ਯਾ ਫਿਰ ਕੁਆਂਟਮ ਕਮਿਊਨੀਕੇਸ਼ਨ ਦੀ ਇਨਕ੍ਰਿਪਸ਼ਨ ਦੀ ਡਿਸਕਵਰੀ ਕੀਤੀ ਹੈ द आंसर इज क्वांटम डॉट्स शाबाश डिस्कवरी ਕੀਤੀ ਸੀ ਇਹਨਾਂ ਨੇ क्वांटम डॉट्स ਦੀ ਇਸ ਕਰਕੇ ਇਹਨਾਂ ਨੂੰ ਦਿੱਤਾ ਗਿਆ ਸੀ ਬੱਚਿਓ ਨੋਬਲ ਪ੍ਰਾਈਜ਼ ਇਨ ਕੈਮਿਸਟਰੀ ਯਾਦ ਰੱਖ ਲਿਓ ਮੇਰੇ ਵੀਰੋ क्वांटम डॉट्स टाइनी ਨੈਨੋ ਪਾਰਟੀਕਲ ਨੇ ਹੈ ਅਗਲਾ ਕੁਐਸਚਨ ओडीआई वर्ल्ड कप ਦਾ ਗਲੋਬਲ ਐਮਬੈਸਡਰ ਕਿਹਨੂੰ ਨਿਯੁਕਤ ਕੀਤਾ ਗਿਆ ਗਲੋਬਲ ਐਮਬੈਸਡਰ ਆਈਸੀਸੀ ओडीआई वर्ल्ड कप ਦਾ ਵੈਸੇ ਜਿਹੜਾ ਹੈ 샤ਰੂਖ ਖਾਨ ਸੀ ਇੰਡੀਆ ਲੈਵਲ ਤੇ ਪਰ ਗਲੋਬਲ ਐਮਬੈਸਡਰ ਕਿਹਨੂੰ ਨਿਯੁਕਤ ਕੀਤਾ ਗਿਆ ਸੀ ਦਿਸ ਇਸ ਦਾ ਕੁਐਸਚਨ ਕਿਆ ਬਾਤ ਹੈ ਜੀ ਕਿਆ ਬਾਤ ਹੈ ਬੀਨੂਰੇ ਆਗੇ ਆਨਸਰ ਲੈ ਕੇ ਗੁੱਡੂ ਪੰਡੇ ਤੁਰੇ ਰਜਿੰਦਰ ਅਰਸ਼ ਆਨਸਰ ਇਜ਼ ਸਚਿਨ ਸਚਿਨ ਤੰਦੋਲਕਰ ਇਸ ਦਾ ਕਰੈਕਟ ਆਪਸ਼ਨ ਬੱਚਿਓ ਸਚਿਨ ਤੰਦੋਲਕਰ ਨੂੰ ਬਣਾਇਆ ਗਲੋਬਲ ਐਮਬੈਸਡਰ ਆਫ ਆਈਸੀਸੀ ਵਰਲਡ ਕਪ 2023 ਇੰਡੀਆ ਦੇ ਵਿੱਚ ਕੌਣ ਸੀ ਸ਼ਾਹਰੁਖ ਖਾਨ ਸੀ ਠੀਕ ਹੈ ਜੀ ਉਸ ਤੋਂ ਇਲਾਵਾ ਸਚਿਨ ਤੰਦੋਲਕਰ ਨੂੰ ਇਲੈਕਸ਼ਨ ਕਮਿਸ਼ਨ ਦਾ ਨੈਸ਼ਨਲ ਆਈਕਨ ਬਣੇ ਨੂੰ ਵੀ 3 ਸਾਲ ਹੋ ਗਏ ਨੇ ਇਹ ਵੀ ਯਾਦ ਰੱਖਣਾ ਤੇ ਸਚਿਨ ਤੰਦੋਲਕਰ ਦਾ ਬੱਚੇ ਬੁੱਤ ਲਾਂਚ ਕੀਤਾ ਗਿਆ ਸੀ ਕਿੱਥੇ ਵਾਨਖੜੇ ਸਟੇਡੀਅਮ ਦੇ ਵਿੱਚ ਵਾਨ ਖੇੜੇ ਸਟੇਡੀਅਮ ਦੇ ਵਿੱਚ ਜੋ ਜੀ এবੀ ਤੁਸੀਂ ਯਾਦ ਰੱਖੋਗੇ ਸਟੇ ਡੀ ਐਮ ਸਟੇ ਡੀ ਐਮ ਠੀਕ ਹੈ ਜੀ ਚੱਲ ਮੇਰਾ ਵੀਰੇ ਆਜੋ ਜੀ ਅਗਲੇ ਕੁਐਸਚਨ ਤੇ ਚੱਲਦੇ ਆਂ ਅਗਲਾ ਅਗਲਾ ਕੁਐਸਚਨ ਆ ਗਿਆ ਜੀ ਕਹਿੰਦਾ ਜੀ ਕਿਹੜਾ ਕਥਨ ਸਹੀ ਹੈ ਨੀਰਜ ਚੋਪਣਾ ਨੇ 골ਡ ਮੈਡਲ ਜਿੱਤਿਆ ਏਸ਼ੀਅਨ ਗੇਮਸ ਦੇ ਵਿੱਚ ਦੂਜਾ ਕਿਸ਼ੋਰ ਜਿਨ੍ਹਾਂ ਨੇ ਸਿਲਵਰ ਮੈਡਲ ਜਿੱਤਿਆ 88.82 ਮੀਟਰ ਦਾ ਥਰੋ ਮਾਰ ਕੇ ਲੋਬੀ ਅਨਸਰ ਕਿਹੜਾ ਸਹੀ ਹੈ ਉਹ ਦੱਸੋ ਜੀ スマイル ਦਾ ਬਣ ਐਸ ਅੰਬੈਸਡਰ ਵੀ ਬਿਲਕੁਲ ਸਮਾਈਲ ਕੈਂਪੇਨ ਦਾ ਓਨਲੀ 1 ਇਸ ਦਾ ਕਰੈਕਟ ਆਪਸ਼ਨ ਵੈਰੀ ਗੁੱਡ ਮਹੀਪ ਬਹੁਤ ਵਧੀਆ ਇਹ ਜਿਹੜਾ 88.88 ਮੀਟਰ ਹੈ ਨਾ ਇਹ ਤਾਂ ਨੀਰ ਚੋਪੜ ਨੇ ਮਾਰਿਆ ਸੀ 80.88 ਮੀਟਰ ਏਸ਼ੀਅਨ ਗੇਮ ਦੇ ਵਿੱਚ 골ਡ ਮੈਡਲ ਨੀਰ ਚੋਪੜਾ ਦੂਜੇ ਨੰਬਰ ਤੇ ਕਿਸ਼ੋਰ ਜੀਨਾ ਹੀ ਸੀ ਪਰ ਇਹ ਨੇ 87.15 ਮੀਟਰ ਮਾਰਿਆ ਸੀ ਯਾਰ ਇਹ ਵੀ ਯਾਰ ਮੁੰਡਾ ਘੈਂਟ ਹੀ ਆ ਵੈਸੇ ਦੇਖਿਆ ਜਾਵੇ ਹਨਾ ਸੋ ਪਹਿਲੀ ਵਾਰ ਹੀ ਹੋਇਆ ਕਿ ਜੈਵਲਿਨ ਥਰੋ ਦੇ ਵਿੱਚ 골ਡ ਮੈਡਲ ਵੀ ਇੰਡੀਆ ਤੇ ਸਿਲਵਰ ਵੀ ਮੈਡਲ ਇੰਡੀਆ ਸੋ ਪਹਿਲੀ ਵਾਰ ਹੀ ਹੋਇਆ ਤੇ ਦੋਨੇ ਹੀ ਮੁੰਡੇ ਘੈਂਟ ਨੇ ਆਪਣੇ ਇਹ ਯਾਦ ਰੱਖ ਲਿਓ ਜੀ ਆਪਣੇ ਇੰਡੀਆ ਦੇ ਹੀ ਨੇ ਨੀਰਜ ਚੋਪੜਾ ਤੇ ਕਿਸ਼ੋਰ ਜਿੰਨਾ ਇਹ ਵੀ ਕੋਈ ਜ਼ਿਆਦਾ ਪਿੱਛੇ ਨਹੀਂ ਹੈਗਾ 87.15 ਮੀਟਰ ਤਾਂ ਇਹਨੇ ਵੀ ਮਾਰ ਗਿਆ ਜੀਨਾ ਜ਼ਬਰਦਸਤ ਹੈ ਮੁੰਡਾ ਇਹ ਲਓ ਜੀ ਅਗਲਾ ਕੁਐਸਚਨ ਇੰਡੀਅਨ origin ਪ੍ਰੋਫੈਸਰ ਨੇ ਨਾਮ ਉਹਨਾਂ ਦਾ ਜੋਜਤਾ ਗੁਪਤਾ ਜੀ ਉਹਨਾਂ ਨੂੰ ਦਿੱਤਾ ਗਿਆ ਸਪੀਨੋਜ਼ਾ ਪ੍ਰਾਈਸ ਕਿਹੜੀ ਫੀਲਡ ਦੇ ਵਿੱਚ ਕੰਮ ਕਰਨ ਵਾਸਤੇ ਸਪੀਨੋਜ਼ਾ ਪ੍ਰਾਈਜ਼ ਕਿਹੜੀ ਫੀਲਡ ਦੇ ਵਿੱਚ ਕੰਮ ਕਰਨ ਵਾਸਤੇ ਦਿੱਤਾ ਗਿਆ ਸੀਗਾ ਡਾਕਟਰ ਜੋਇਤਾ ਗੁਪਤਾ ਜੀ ਨੂੰ ਕੋਵਿਡ ਵੈਕਸੀਨ ਕੁਆਂਟਮ ਡਾਟਸ ਕਲਿਕ ਕੈਮਿਸਟਰੀ ਜਾਂ ਫਿਰ ਕਲਾਈਮੇਟ ਚੇਂਜ ਦੱਸੋ ਵੀ ਸਪੀਨੋਜ਼ਾ ਪ੍ਰਾਈਜ਼ ਕਿਹੜੀ ਫੀਲਡ ਦੇ ਵਿੱਚ ਦਿੱਤਾ ਜਾਂਦਾ ਹੈ ਥਿਸ ਇਜ਼ ਦਾ ਕੁਐਸਚਨ ਹਾਂ ਲਓ ਜੀ ਦਾ ਆਨਸਰ ਇਜ਼ ਕਲਾਈਮੇਟ ਚੇਂਜ ਸੋ ਕਲਾਈਮੇਟ ਚੇਂਜ ਇਜ਼ ਦਾ ਕਰੈਕਟ ਆਪਸ਼ਨ ਬੱਚਿਓ ਪ੍ਰੋਫੈਸਰ ਡਾਕਟਰ ਜੋਇਤਾ ਗੁਪਤਾ ਜੀ ਨੂੰ ਦਿੱਤਾ ਗਿਆ ਸਪਲਿਓਨਰ ਦਾ ਪ੍ਰਾਈਸ ਇਨ ਦਾ ਫੀਲਡ ਆਫ ਕਲਾਈਮੇਟ ਚੇਂਜ ਅਗਲਾ ਕੁਐਸਚਨ ਰੂਪਰ ਨਿਊਕਲੀਅਰ ਪਾਵਰ ਪਲਾਂਟ ਬਣ ਰਿਹਾ ਹੈ ਬੰਗਲਾਦੇਸ਼ ਦਾ ਪਹਿਲਾ ਤੇ ਇਹਦੇ ਵਾਸਤੇ ਜਿਹੜਾ ਯੂਰੇਨੀਅਮ ਲੱਗੂਗਾ ਉਹਦੇ ਵਾਸਤੇ ਕਿਹੜੀ ਕੰਟਰੀ ਤੋਂ ਮੰਗਾਉਣਗੇ ਇਹ ਚਾਈਨਾ ਤੋਂ ਇੰਡੀਆ ਤੋਂ ਰਸ਼ੀਆ ਤੋਂ ਜਾਪਾਨ ਤੋਂ ਯੂਰੇਨੀਅਮ ਕਿਹੜੀ ਕੰਟਰੀ ਤੋਂ ਮੰਗਾਉਣੇ ਬੰਗਲਾਦੇਸ਼ੀ ਆਲਿਆਂ ਨੇ ਲਾ ਦਿਓ ਜੀ ਆਨਸਰ ਅੱਜ 16 ਦਸੰਬਰ ਹੈ ਤੇ ਅੱਜ ਜਿਹੜਾ ਹੈ ਜਬਰਦਸਤ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਬਹੁਤ ਵਧੀਆ ਬੱਚਿਓ ਬਹੁਤ ਵਧੀਆ ਦਾ ਆਨਸਰ ਇਜ਼ ਰਸ਼ੀਆ ਦਾ ਰੋਸ ਐਟਮ ਕੀ ਬਾਤ ਹੈ ਜੀ ਰਸ਼ੀਆ ਦਾ ਬੱਚੇ ਰੋਸ ਐਟਮ ਕੰਪਨੀ ਹੈ ਉਹਨਾਂ ਨੇ ਇਹ ਯੂਰੇਨੀਅਮ ਪ੍ਰੋਵਾਈਡ ਕਰਨਾ ਕਿਉਂਕਿ ਇਹ ਬਣਾਇਆ ਵੀ ਉਹਨਾਂ ਨੇ ਹੀ ਹੈ ਰਸ਼ੀਏ ਦੀ ਰੋਸ ਐਟਮ ਨੇ ਠੀਕ ਹੈ ਜੀ ਯਾਦ ਰੱਖਿਆ ਰੋਸ ਰੋਪਰ ਨਿਊਕਲੀਅਰ ਪਾਵਰ ਪਲਾਂਟ ਇਕਲੌਤਾ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਹੈ ਬੰਗਲਾਦੇਸ਼ ਦਾ 올राइट ਜੀ ਬੰਗਲਾਦੇਸ਼ ਦਾ ਇਹ ਪਹਿਲਾ ਨਿਊਕਲੀਅਰ ਪਾਵਰ ਪਲਾਂਟ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖੋਗੇ ਲੋ ਜੀ ਕੈਪੀਟਲ ਜੀ ਬੀ ਨੂੰ ਬਿਲਕੁਲ ਜੀ ਮਾਸਕੋ यूपी ने रीसेंटली ओडीएफ प्लस स्टेटस ਜਿਹੜਾ ਹੈ ਕਵਰੇਜ ਕਰ ਲਿਆ ਓਪਨ ਡੈਫੀਕੇਸ਼ਨ ਫਰੀ प्लस स्टेटस ਤੇ ਕਿੰਨੇ ਰਾਜ ਨੇ ਇੰਡੀਆ ਦੇ ਵਿੱਚ ਜਿਨ੍ਹਾਂ ਨੇ ਇਹ ਸਟੇਟਸ ਪਾਰ ਕੀਤਾ ਹੋਇਆ ਹੈ ओडीएफ प्लस ओडीएफ प्लस ਸਟੇਟਸ ਕੀ ਹੁੰਦਾ ਹੈ ਵੀ ਟਾਇਲਟ ਵਗੈਰਾ ਤਾਂ ਬਣਨੇ ਨੇ ਉਹਦੀ ਮੈਨੇਜਮੈਂਟ ਵੀ ਹੋ ਰਹੀ ਹੈ ਅ ਕੋਈ ਸੀਵਰੇਜ ਪਲੈਂਟ ਵੀ ਲੱਗ ਰਹੇ ਨੇ ਚਾਹੇ ਲਿਕਵਿਡ ਹੋਵੇ ਚਾਹੇ ਡਰਾਈ ਸੀਵਰੇਜ ਪਲੈਂਟ ਵੀ ਲੱਗਿਆ ਹੈ ਉਹਦੀ ਮੇਨਟੇਨੈਂਸ ਹੋਣੀ ओडीएफ प्लस ਸਟੇਟਸ ਹੈ ਬਣਾਉਣੀ ओडीएफ ਸਟੇਟਸ ਹੈ ਕਿ ਬਣ ਗਈ ਉਨੂੰ ਯੂਜ਼ ਕਰਨਾ ਮੇਨਟੇਨ ਕਰਨਾ ODF ਪਲੱਸ ਸਟੇਟਸ ਹੈ ਯੂਪੀ ਨੇ ਅਚੀਵ ਕਰ ਲਿਆ ਆਲਰੇਡੀ ਕਿੰਨੀਆਂ ਸਟੇਟਾਂ ਨੇ ਜਿਨ੍ਹਾਂ ਨੇ ਅਚੀਵ ਕੀਤਾ ਹੋਇਆ ਦਿਸ ਇਜ਼ ਦਾ ਕੁਐਸਚਨ ਬੱਚਿਓ ਵੈਰੀ ਗੁੱਡ ਜੀ ਦਾ ਆਨਸਰ ਇਜ਼ 11 ਕੀ ਬਾਤ ਹੈ ਜੀ 11 ਇਸ ਦਾ ਕਰੈਕਟ ਆਪਸ਼ਨ 11 ਇਹ ਜੇ ਬੱਚੇ ਰਾਜ ਨੇ ਜਿੱਥੇ ਇਹ ਜਿਹੜਾ ਹੈ ਕੰਪਲੀਟ ਕੀਤਾ ਗਿਆ ਜੀ ODF ਪਲੱਸ ਸਟੇਟਸ ਅਗਲਾ ਕੁਐਸਚਨ ਜੌਨ ਫੌਸੇ ਨੇ ਬੱਚੇ ਨੋਬਲ ਪ੍ਰਾਈਜ਼ ਜਿੱਤਿਆ ਕਿਹੜੀ ਕੈਟਾਗਰੀ ਦੇ ਵਿੱਚ ਜੌਨ ਫੌਸੇ ਨੋਬਲ ਪ੍ਰਾਈਜ਼ ਇਹਨੂੰ ਮਿਲਿਆ ਹੈ ਕਿਹੜੀ ਕੈਟਾਗਰੀ ਦੇ ਵਿੱਚ ਸੋ ਦਿਸ ਇਜ਼ ਦਾ ਕੁਐਸਚਨ ਤੁਹਾਡੇ ਲਈ ਗੁੱਡ ਆਫਟਰਨੂੰ ਮਲਕੀਤ ਭਾਜੀ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਵਧੀਆ ਜੀ ਬਹੁਤ ਵਧੀਆ ਐਂਡ ਦਾ ਆਨਸਰ ਇਜ਼ ਲਿਟਰੇਚਰ ਲਿਟਰੇਚਰ ਇਜ਼ ਦਾ ਕਰੈਕਟ ਆਪਸ਼ਨ ਜான் ਫੌਸੇ ਨੂੰ ਮਿਲਿਆ ਨੋਬਲ ਪ੍ਰਾਈਜ਼ ਇਨ ਲਿਟਰੇਚਰ ਫॉर ਥਿਸ ਇਵੈਂਟ ਨੋ ਜான் ਫੌਸੇ ਲਿਟਰੇਚਰ ਦੇ ਵਿੱਚ ਮਿਲਿਆ ਜੀ ਆਪਣੇ ਆਪਣੇ ਜான் ਫੌਸੇਓ ਅੱਛਾ ਇੰਡੀਆ ਦਾ ਬੱਚੇ ਕਿਹੜੀ ਪਰਸਨੈਲਿਟੀ ਨੇ ਜਿਹਨਾਂ ਨੂੰ ਲਿਟਰੇਚਰ ਦੇ ਵਿੱਚ ਮਿਲਿਆ ਹੈ ਲਿਟਰੇਚਰ ਦੇ ਵਿੱਚ ਕਿਹਨੇ ਜਿੱਤਿਆ ਨੋਬਲ ਪ੍ਰਾਈਜ਼ ਇੰਡੀਆ ਦੇ ਵਿੱਚ ਦੱਸੋ ਫੜਾ ਫਟ ਤੇ ਛੜਾ ਸ਼ਟ ਮੇਰੀ ਗੱਲ ਅੱਧੀ ਰਹਿ ਗਈ ਹੁਣ ਤਾਂ ਮੈਂ ਭੁੱਲ ਵੀ ਗਿਆ ਮੁਸਕਾਨ ਨੂੰ ਕਿਹੜੀ ਗੱਲ ਸੀ ਵੈਰੀ ਗੁੱਡ ਜੀ ਦਾ ਆਨਸਰ ਇਜ਼ ਰਵਿੰਦਰਨਾਥ ਟੈਗੋਰ 1913 ਸਭ ਤੋਂ ਪਹਿਲਾ ਨੋਬਲ ਪ੍ਰਾਈਜ਼ ਰਵਿੰਦਰਨਾਥ ਟੈਗੋਰ ਜੀ ਨੂੰ ਹੀ ਮਿਲਿਆ 1913 ਦੇ ਵਿੱਚ ਮਿਲਿਆ ਤੇ ਰੀਸੈਂਟ ਟਾਈਮ ਦੇ ਵਿੱਚ ਰਵਿੰਦਰਨਾਥ ਟੈਗੋਰ ਜੀ ਦਾ ਆਪਾਂ ਨੇ ਦੇਖਿਆ ਬੁੱਤ ਵੀ ਲਾਂਚ ਕੀਤਾ ਸੀਗਾ ਆਪਣੇ ਐਕਸਟਰਨਲ ਅਫੇਅਰ ਮਿਨਿਸਟਰ ਐਸ ਜੈ ਸ਼ੰਕਰ ਨੇ ਕਿੱਥੇ ਵਿਅਤ ਨਾਮ ਦੇ ਵਿੱਚ ਇਹ ਵੀ ਯਾਦ ਰੱਖ ਲਓ ਜੀ हां 16 दिसंबर अच्छा भाई आज बांग्लादेश दी गल हो रही सीगी आज 16 दिसंबर है जी वेरी गुड सिधाना जी ਤੁਸੀਂ ਮੈਨੂੰ ਦੱਸਿਆ 16 दिसंबर ਬੱਚੇ ਬੰਗਲਾਦੇਸ਼ ਨਾਲ ਸਬੰਧ ਰੱਖਦਾ ਹੈ ਕਿਉਂਕਿ ਉਦੋਂ ਮਨਾਉਂਦੇ ਨੇ ਇਹ ਵਿਜੋਏ ਦਿਵਸ ਵਿਜੋਏ ਦਿਵਸ ਤੁਸੀਂ ਇਹਨੂੰ ਕਹਿ ਸਕਦੇ ਹੋ ਵਿਜੇ ਦਿਵਸ ਵੀ ਕਹਿ ਸਕਦੇ ਹੋ ਇੰਡੀਆ ਵੀ ਮਨਾਈ ਲੈਂਦਾ ਇਹਨੂੰ ਕਿਉਂਕਿ ਇਸ ਦਿਨ ਐਸੀ ਨੇ ਜਿਹੜੀ ਹੈ 1971 ਦੀ ਲੜਾਈ ਜਿੱਤ ਲਈ ਸੀ ਪਾਕਿਸਤਾਨ ਦੇ 93000 ਸੋਲਜਰਸ ਨੂੰ ਐਸੀ ਨੇ ਬੱਚਿਓ ਅਰੇਸਟ ਕਰ ਲਿਆ ਸੀਗਾ ਉਹਨਾਂ ਨੇ ਇੰਨਾ ਵੱਡਾ ਜਿਹੜਾ ਹੈ ਨੇ ਜਿਆਦਾ ਬੰਦਿਆਂ ਦੇ ਨਾਲ ਵਿੱਚ ਸਰੈਂਡਰ ਕੀਤਾ ਸੀ ਅੱਜ ਤੱਕ ਦੀ ਹਿਸਟਰੀ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਵਿਜੋਏ ਦਿਵਸ ਯਾਦ ਰੱਖ ਲਿਓ 16 ਦਸੰਬਰ ਨੂੰ ਮਨਾਇਆ ਜਾਂਦਾ ਹੈ ਜਿਸ ਦਿਨ ਅਸੀਂ ਜੰਗ ਜਿੱਤੀ ਹੈ ਜੀ ਤੇ ਈਸਟ ਪਾਕਿਸਤਾਨ ਬਣਾਇਆ ਲਓ ਜੀ ਬੱਚਿਓ ਬਹੁਤ ਵਧੀਆ ਕੀ ਬਾਤ ਹੈ ਜੀ ਬਹੁਤ ਵਧੀਆ ਜਰਨਲ ਕੌਣ ਸੀ ਆਪਣਾ ਅਰੋੜਾ ਸੀ ਅਰੋੜਾ ਸੀਗਾ ਜਗਜੀਤ ਸਿੰਘ ਅਰੋੜਾ ਅਦਰਵਾਈਜ਼ ਸैम ਮਾਨਿਕਸ਼ਾ ਸੀਗਾ ਜਿਹੜਾ ਓਵਰਆਲ ਵੱਡਾ ਸੀ ਸਭ ਤੋਂ ਲਓ ਜੀ ਅਗਲਾ ਕੁਐਸਚਨ ਨੋਬਲ ਪ੍ਰਾਈਜ਼ ਆ ਹੋ ਗਿਆ ਜான் ਫੌਸੀ ਵਾਲਾ ਆਜੋ ਵੀ ਅਗਲੇ ਕੁਐਸਚਨ ਤੇ ਲਓ ਜੀ ਬੱਚੋ ਜ਼ਬਰਦਸਤ ਕੁਐਸਚਨ ਹੈ ਜੀ ਕਹਿੰਦਾ ਕਿਹੜਾ ਇਹ ਜਾਂ ਤਿਉਹਾਰ ਹੈ ਜਿਹਨੂੰ ਸੈਲੀਬ੍ਰੇਟ ਕੀਤਾ ਜਾਂਦਾ ਐਜ਼ ਅ ਮੇਦਾ ਰਾਮ ਤੇ ਇਹ ਟ੍ਰਾਈਬਲ ਲੋਕਾਂ ਦਾ ਸਭ ਤੋਂ ਵੱਡਾ ਦੁਨੀਆ ਦਾ ਸਭ ਤੋਂ ਵੱਡੀ ਲਾਰਜੈਸਟ ਗੈਦਰਿੰਗ ਹੁੰਦੀ ਹੈ ਇਸ ਫੈਸਟੀਵਲ ਦੇ ਵਿੱਚ ਇੱਕ ਤੁਹਾਨੂੰ ਹਿੰਟ ਦੇ ਦੇਣਾ ਬੱਚੇ ਇਹ ਤਲੰਗਣਾ ਦੇ ਵਿੱਚ ਹੁੰਦਾ ਹੈ ਇਹ ਟ੍ਰਾਈਬਲਸ ਦਾ ਇਹ ਫੈਸਟੀਵਲ ਹੈ ਮੇਦਾ ਰਾਮ ਦੱਸੋ ਬਈ ਇਹਦਾ ਨਾਮ ਕੀ ਹੈ ਜੀ ਫੈਸਟੀਵਲ ਦਾ ਦੱਸੋ ਬਈ ਹਾਂ 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 ਸੀ ਲਾਉਣਗੇ ਤਲੰਗਣਾ ਸੁਣ ਕੇ ਠੀਕ ਹੈ ਠੀਕ ਹੈ ਕੋਈ ਨਹੀਂ ਚੱਕ ਦਿਆਂਗੇ ਫੱਟੇ ਤੁਹਾਡੇ ਵੀ ਸੋ ਤੁਸੀਂ ਸਾਰੇ ਕਹਿ ਰਹੇ ਹੋ ਗੋਬਿੰਦ ਮਹਿਰਾ ਵੀ ਕਹਿ ਰਿਹਾ ਵੀ ਜਗੋਬਾ ਜਤਾਰਾ ਤਲੰਗਣਾ ਨਹੀਂ ਇਹ ਵੈਸੇ ਤਲੰਗਣਾ ਚ ਹੀ ਹੈ ਸਮਾਕਾ ਸਰਲਮਾ ਜਤਾਰਾ ਠੀਕ ਹੈ ਜੀ ਸਮਾਕਾ ਸਰਲਮਾ ਜਤਾਰਾ ਫੈਸਟੀਵਲ ਦੁਨੀਆ ਦਾ ਸਭ ਤੋਂ ਵੱਡਾ ਟ੍ਰਾਈਬਲ ਫੈਸਟੀਵਲ ਹੈ ਜੀ ਅਰਾਊਂਡ ਇਹਦਾ ਜੀ ਇਹ ਪਟੋਕੜ 3-4 ਲੱਖ ਲੋਕ ਆਉਂਦੇ ਹੀ ਆ ਇਹਦੇ ਵਿੱਚ ਮਨਾਉਣੇ ਨੂੰ ਟ੍ਰਾਈਬਲ ਫੈਸਟੀਵਲ ਜੀ ਹੈ ਦੁਨੀਆ ਦਾ ਸਭ ਤੋਂ ਵੱਡਾ ਤੇ ਤੇਲੰਗਾਨਾ ਦੇ ਨਵੇਂ ਸੀਐਮ ਰੇਵਾਂਤ ਰੈਡੀ ਅਪਾਇੰਟ ਕੀਤੇ ਗਏ ਨੇ ਇਸ ਪੁਆਇੰਟ ਨੂੰ ਵੀ ਤੁਸੀਂ ਯਾਦ ਰੱਖਣਾ ਹੈ ਇਸ ਪੁਆਇੰਟ ਨੂੰ ਵੀ ਤੁਸੀਂ ਰੱਖੋਗੇ ਯਾਦ ਲੋ ਜੀ ਮੇਰੇ ਵੀਰੋ ਤੇਲੰਗਾਨਾ ਕਦੋਂ ਬਣਿਆ ਸੀ 2014 ਚ ਬਣਿਆ ਸੀ ਲੋ ਜੀ ਅਗਲਾ ਕੁਐਸਚਨ ਜੀ ਅਗਲਾ ਕੁਐਸਚਨ ਪੁੱਛ ਰਿਹਾ ਜੀ ਕਹਿੰਦਾ ਜੀ ਕਿਹੜੀ ਕੰਟਰੀ ਨੇ ਰੀਸੈਂਟਲੀ ਅਨਾਉਂਸ ਕੀਤੀ ਹੈ ਬੁਰੇ ਵਿਸਤ੍ਰਿਕ ਨਿਊਕਲੀਅਰ ਪਾਵਰਡ ਮਿਸਾਈਲ ਦੁਨੀਆ ਸ਼ੌਕ ਹੋ ਗਈ ਸੀ ਨਿਊਕਲੀਅਰ ਪਾਵਰ ਨਾਲ ਚੱਲਣ ਵਾਲੀ ਮਿਸਾਈਲ ਲਾਂਚ ਕਰਤੀ ਹੈ ਨਾ ਮੈਂ ਬੁਰਵੇਸਤਨਿਸਤਿਕ ਨਿਊਕਲੀਅਰ ਪਾਵਰ ਮਿਸਾਈਲ ਕਿਹੜੀ ਕੰਟਰੀ ਨੇ ਲਾਂਚ ਕੀਤੀ ਹੈ ਨਾਮ ਤੋਂ ਹੀ ਪਤਾ ਲੱਗਦਾ ਹੈ ਕਿ ਨਹੀਂ ਜਿਹਨੂੰ ਨਾਟੋ ਵਾਲੇ ਕਹਿੰਦੇ ਨੇ ਸਕਾਈਫਾਲ ਕੀ ਬਾਤ ਹੈ ਜੀ ਬਿਲਕੁਲ ਜੀ ਸਕਾਈਫਾਲ ਵਾਲੇ ਕਹਿੰਦੇ ਵੀ ਇਹ ਨਾਟੋ ਸੌਰੀ ਨਾਟੋ ਵਾਲੇ ਕਹਿੰਦੇ ਵੀ ਇਹ ਸਕਾਈਫਾਲ ਹੈ ਜੀ ਸਕਾਈਫਾਲ ਲੋ ਅਨਸਰ ਕੀ ਹੋਊਗਾ ਦਾ ਰਸ਼ੀਆ ਰਸ਼ੀਆ ਇਸ ਦਾ ਕਰੈਕਟ ਆਪਸ਼ਨ ਬੱਚਿਓ ਰਸ਼ੀਆ ਵਾਲਿਆਂ ਨੇ ਲਾਂਚ ਕੀਤੀ ਹੈ ਇਹ ਮਿਸਾਈਲ ਰਸ਼ੀਆ ਨੇ ਪੂਰੀ ਦੁਨੀਆ ਸ਼ੌਕ ਕਰਤੀ ਨਿਊਕਲੀਅਰ ਪਾਵਰ ਨਾਲ ਚੱਲਣ ਵਾਲੀ ਮਿਸਾਈਲ ਲਾਂਚ ਕੀਤੀ ਹੈ ਚੱਕ ਦੋ ਫਟੇ ਤੇ ਨਪ ਦੋ ਕਿਲੇ ਬੁਰਤ ਵਿਸਤਨਿਕ ਮਿਸਾਈਲ ਅਗਲਾ ਕੁਐਸਚਨ ਅਗਲਾ ਕੁਐਸਚਨ ਹੈ ਬੱਚਿਓ ਕਹਿੰਦਾ ਜੀ ਕਿਨੇ ਇਨੋਗਰੇਟ ਕੀਤਾ ਇੰਡੀਆ ਦਾ ਪਹਿਲਾ ਹਾਈ ਟੈਕ ਸਪੋਰਟਸ ਟ੍ਰੇਨਿੰਗ ਸੈਂਟਰ ਕਿਨਾਂ ਵਾਸਤੇ ਦਿਵਿਆਂਗ ਜਨ ਪਰਸਨਸ ਵਾਸਤੇ ਜਿਨ੍ਹਾਂ ਨਾਮ ਰੱਖਿਆ ਗਿਆ ਅਟਲ ਬਿਹਾਰੀ ਜੀ ਦੇ ਨਾਮ ਤੋਂ ਯਾਨੀ ਕਿ ਅਟਲ ਬਿਹਾਰੀ ਵਾਜਪਾਈ ਟ੍ਰੇਨਿੰਗ ਸੈਂਟਰ ਫॉर ਡਿਸੇਬਲਡ ਇਨ ਸਪੋਰਟਸ ਇਹਨੂੰ ਇਨੋਗਰੇਟ ਕਰਨ ਕੌਣ ਆਇਆ ਸੀ ਅਮਿਤ ਸ਼ਾ ਨਰਿੰਦਰ ਮੋਦੀ ਰਾਹੁਲ ਗਾਂਧੀ ਸਮ੍ਰਿਤੀ ਰਾਣੀ ਦੇਖੋ ਪਹਿਲਾ ਤਾਂ ਫਿਰ ਕੌਣ ਆਇਆ ਹੋਊਗਾ ਸ਼ਾਬਾਸ਼ ਮੋਦੀ ਸਾਹਿਬ ਆਈਸੀਜੀ ਮੋਦੀ ਸਾਹਿਬ ਆਈਸੀ ਮੋਦੀ ਸਾਹਿਬ ਮੋਦੀ ਸਾਹਿਬ ਕਿੱਥੇ ਨੇ ਇੱਥੇ ਹੈਗੇ ਨੇ ਹਰਿੰਦਰ ਮੋਦੀ ਇਸ ਦਾ ਕਰੈਕਟ ਆਪਸ਼ਨ ਦੂਜੀ ਗੱਲ ਮੈਂ ਤੁਹਾਡੇ ਤੋਂ ਪੁੱਛਣਾ ਵੀ ਇਹ ਕਿਹੜੀ ਜਗ੍ਹਾ ਵੈਨਿਊ ਕੀ ਹੈ ਦਾ ਕਿੱਥੇ ਖੋਲਿਆ ਗਿਆ ਇਹ ਕਿੱਥੇ ਖੋਲਿਆ ਗਿਆ ਇਹ ਕੁਐਸਚਨ ਜੇ ਤੁਹਾਨੂੰ ਹਿੰਟ ਚਾਹੀਦਾ ਤਾਂ ਮੈਂ ਤੁਹਾਨੂੰ ਦੱਸ ਦਿੰਦਾ ਉਹ ਜਿਹੜੀ ਸਿਟੀ ਦੇ ਵਿੱਚ ਹੈ ਉਹ ਸਿਟੀ ਨੂੰ ਯੂਨੈਸਕੋ ਵਾਲੇ ਨੇ ਰੀਸੈਂਟਲੀ ਕ੍ਰੀਏਟਿਵ ਸਿਟੀ ਨੈਟਵਰਕ ਦੇ ਵਿੱਚ ਇਨਕਲੂਡ ਕੀਤਾ ਤੇ ਉਹਨੂੰ ਕਿਹਾ ਵੀ ਉਹ ਸਿਟੀ ਹੈਗੀ ਆ ਸਿਟੀ ਆਫ 뮤직 ਲਓ ਜੀ ਹੁਣ ਲਾ ਦਿਓ ਗਵਾਲੀਅਰ ਇਸ ਦਾ ਕਰੈਕਟ ਆਪਸ਼ਨ ਗਵਾਲੀਅਰ ਇਸ ਦਾ ਸਿਟੀ ਆਫ 뮤직 ਅਕੋਰਡਿੰਗ ਟੂ ਦਾ ਯੂਨੈਸਕੋ ਕ੍ਰੀਏਟਿਵ ਸਿਟੀਜ਼ ਨੈਟਵਰਕ ਹੈ ਨਾ ਰੀਸੈਂਟਲੀ ਐਡ ਕੀਤਾ ਨਾ ਯਾਦ ਹੈ ਨਾ ਤੁਹਾਨੂੰ ਯੂਨੈਸਕੋ ਵਾਲਿਆਂ ਨੇ ਕਿਹਾ ਸੀ ਗਵਾਲੀਅਰ ਸਿਟੀ ਆਫ 뮤직 ਹੈ ਇੱਕ ਹੋਰ ਸਿਟੀ ਸੀ ਉਹਨੂੰ ਵੀ ਇਨਕਲੂਡ ਕੀਤਾ ਸੀ ਸਿਟੀ ਆਫ ਲਿਟਰੇਚਰ ਉਹ ਕਿਹੜੀ ਸੀ ਯਾਦ ਹੈ ਕਿਸੇ ਨੂੰ ਕੋਜ਼ੀ ਕੋੜੇ ਕੀ ਆ ਬਾਤ ਹੈ ਯੂਨੈਸਕੋ ਨੇ ਹੈ ਦੋ ਕੰਮ ਕੀਤੇ ਨੇ ਯੂਨੈਸਕੋ ਦਾ ਇੱਕ ਨੈਟਵਰਕ ਹੈ ਜੀ ਕ੍ਰੀਏਟਿਵ ਸਿਟੀਜ਼ ਨੈਟਵਰਕ ਕ੍ਰੀਏਟਿਵ ਸਿਟੀਆਂ ਤੇ ਨੈਟਵਰਕ ਉਹਦੇ ਵਿੱਚ ਪਹਿਲਾ ਨੰਬਰ ਆ ਗਿਆ ਜੀ ਤੁਹਾਡਾ ਅਗਵਾਲੀਅਰ ਦਾ ਸਿਟੀ ਆਫ 뮤직 ਦੂਜਾ ਇਹਨਾਂ ਨੇ ਪਤਾ ਜੀ ਕੋਸੀ ਕੋੜੇ ਕੋਸੀ ਕੋੜੇ ਕੇਰਲਾ ਜਿਹਨੂੰ ਕਹਿੰਦਾ ਸਿਟੀ ਆਫ ਲਿਟਰੇਚਰ ਸਿਟੀ ਆਫ ਲਿਟਰੇਚਰ ਜான் ਫੋਸੇ ਨੋਬਲ ਪ੍ਰਾਈਜ਼ ਇਨ ਲਿਟਰੇਚਰ ਆਜੋ ਜੀ ਅਗਲਾ ਕੁਐਸਚਨ ਬੱਚੇ ਕਚੁਰਪੀ ਹੈ ਇੱਕ ਤਰੀਕੇ ਦਾ ਇਹ ਮੱਖਣ ਹੈ ਇਹਨੂੰ ਜੀਆਈ ਟੈਗ ਦਿੱਤਾ ਹੈ ਯਾਕ ਮਿਲਕ ਤੋਂ ਬਣਦਾ ਹੈ ਇਹ ਕਿਹੜੀ ਸਟੇਟ ਦਾ ਇਹ ਪ੍ਰੋਡਕਟ ਹੈ this is the question ਜੇ ਤੁਹਾਨੂੰ ਹਿੰਟ ਚਾਹੀਦਾ ਤਾਂ ਹਿੰਟ ਤੁਹਾਡਾ ਹੈਗਾ ਜੀ ਚਾਚਿੰਗ ਗਰੇਜ਼ਿੰਗ ਫੈਸਟੀਵਲ ਉੱਥੇ ਮਨਾਇਆ ਜਾਂਦਾ ਹੈ ਚਾਚਿੰਗ ਗਰੇਜ਼ਿੰਗ ਫੈਸਟੀਵਲ ਨਾ ਮੇਰੇ ਵੀਰ ਮੈਂ ਤਾਂ ਨਹੀਂ ਪਉਂਦਾ ਰਵਿੰਦਰ ਲਾ ਦਿਓ ਬਈ ਵੈਰੀ ਗੁੱਡ ਅਵਤਾਰ ਆਨਸਰ ਹੈ ਜੀ ਤੁਹਾਡਾ ਹਿਮਾਚਲ ਉਹ ਸੌਰੀ ਉਹ ਅਰਨਾਚਲ ਪ੍ਰਦੇਸ਼ ਠੀਕ ਹੈ ਜੀ ਅਰਨਾਚਲ ਪ੍ਰਦੇਸ਼ ਇਸ ਦਾ ਕਰੈਕਟ ਆਪਸ਼ਨ ਲਵਲੀ ਸ਼ਰਮਾ ਵੈਰੀ ਗੁੱਡ ਜੀ ਏਪੀ ਇਸ ਦਾ ਕਰੈਕਟ ਆਪਸ਼ਨ ਆਂਧਰਾ ਪ੍ਰਦੇਸ਼ ਦੇ ਸੌਰੀ ਯਾਰ ਕੀ ਅਰੁਣਾਚਲ ਪ੍ਰਦੇਸ਼ ਦਾ ਇਹ ਯੋਕ ਹੈ ਜੀ ਇਹ ਇਹਦੀ ਦੁੱਧ ਤੋਂ ਬਣਦਾ ਹੈ ਜੀ ਇਹ ਚੁਰਪੀ ਇੱਕ ਤਰੀਕੇ ਦਾ ਤੁਸੀਂ ਮੱਖਣ ਜਿਹਾ ਹੁੰਦਾ ਹੈ ਇਹ ਅਗਲਾ ਕੁਐਸਚਨ ਬਾਲ ਸਾਹਿਤਿਆ ਪੁਰਸਕਾਰ ਕਿਹਨੂੰ ਦਿੱਤਾ ਗਿਆ ਫੋਰ ਦਾ ਇਅਰ 2023 ਬਾਈ ਦਾ ਸਾਹਿਤਿਆ ਅਕਾਡਮੀ ਬਾਲ ਸਾਹਿਤਿਆ ਪੁਰਸਕਾਰ ਕਿਹਨੂੰ ਦਿੱਤਾ ਗਿਆ ਜੀ ਥਿਸ ਇਜ਼ ਦਾ ਕੁਐਸਚਨ ਪੇਮਾ ਖੰਡੂ ਜੀ ਬਿਲਕੁਲ ਜੀ ਕਿਆ ਬਾਤ ਹੈ ਜੀ ਮਨੀਪੁਰ ਦਾ ਇਹ ਬੰਦਾ ਜੀ ਨਾਮ ਹੈ ਦਿਲਪ ਨੌਂਗਮਾਈਥੋਂਨ ਦਿਲਪ ਨੌਂਗਮਾਈਥੋਂਨ ਹੈ ਜੀ ਬੱਚਿਓ ਜਿਨ੍ਹਾਂ ਨੂੰ ਮਿਲਿਆ ਜੀ ਬਾਲ ਸਾਹਿਤਿ ਪ੍ਰਸ਼ਕਾਰ ਬਾਇਦਾ ਸਾਹਿਤਿ ਅਕੈਡਮੀ ਅਵਾਰਡ ਅਗਲਾ ਕੁਐਸਚਨ ਓਹੋ ਚਲੋ ਜੀ ਹੁਣ ਦੱਸਤਾ ਹੁਣ ਤਾਂ ਇੰਡੀਅਨ 에ਅਰ ਫੋਰਸ ਡੇ ਮਨਾਇਆ ਜਾਂਦਾ ਜੀ 8 ਅਕਤੂਬਰ ਨੂੰ 8 ਅਕਤੂਬਰ ਨੂੰ ਮਨਾਉਂਦੇ ਇੰਡੀਅਨ 에ਅਰ ਫੋਰਸ ਡੇ ਇਹੀ ਪੁੱਛਣਾ ਸੀ ਬਸ ਹੋਰ ਕੁਝ ਨਹੀਂ ਸੀ ਅਗਲਾ ਕੁਐਸਚਨ ਕਿਹੜੀ ਸਪੋਰਟ ਹੈ ਜੀਦੇ ਵਿੱਚ ਇੰਡੀਆ ਵਾਲੇ ਸਭ ਤੋਂ ਜ਼ਿਆਦਾ 골ਡ ਮੈਡਲ ਲਿੱਤੇ ਨੇ 2023 ਦੇ ਏਸ਼ੀਅਨ ਗੇਮਸ ਦੇ ਵਿੱਚ ਜੇ ਕਿਸ ਨੇ ਗਲਤ ਕੀਤਾ ਨਾ ਫਿਰ ਬਾਈ ਹੁਣ ਤਾਂ ਦੇਖੀ ਚੱਲਿਓ ਫਿਰ ਤੁਸੀਂ ਸਾਰੇ ਲਾਓ ਸਾਰੇ ਆਨਸਰ ਜਿੰਨੇ ਵੀ ਬੱਚੇ ਬੈਠੇ ਸਭ ਲਾਓ ਪ੍ਰਬਲਤ ਆਪਣੀ ਉਹ ਸੀ ਨਾ ਪਿਸਤੌਲ ਸੀ ਇੰਡੀਆ ਦੀ ਪਹਿਲੀ ਹਾਂ ਸੋ ਇਹਦਾ ਆਨਸਰ ਜਿਹੜਾ ਹੈ ਬੱਚੇ ਸ਼ੂਟਿੰਗ ਸ਼ੂਟਿੰਗ ਦੇ ਵਿੱਚ ਐਸੀ ਨੇ 7 골ਡ ਮੈਡਲ ਜਿੱਤੇ ਨੇ ਜਾਨੀ ਕਿ ਇਸ ਗੇਮ ਦੇ ਵਿੱਚ ਸਭ ਤੋਂ ਜ਼ਿਆਦਾ 골ਡ ਮੈਡਲ ਜਿੱਤੇ ਨੇ ਏਸ਼ੀਅਨ ਗੇਮਸ ਦੇ ਵਿੱਚ 19ਵੀਆਂ ਏਸ਼ੀਅਨ ਗੇਮਸ ਚਾਈਨਾ ਦੇ ਵਿੱਚ ਹੋਈਆਂ ਸੀ ਹੁਆੰਗਜ਼ਾਓ ਦੇ ਵਿੱਚ ਹੋਈਆਂ ਸੀ ਜਿਹਦੇ ਫਲੈਗ ਬੀਰਰ ਕੌਣ ਬਣੇ ਸੀ ਕੰਟੀਨੈਂਟ ਦੇ ਮੂਰੇ ਝੰਡਾ ਚੱਕੇ ਕਿਹੜੇ-ਕਿਹੜੇ ਤੁਰੇ ਸੀ ਲਵਲੀਨਾ ਬਾਰਲੋਕ ਤੇ ਹਰਮਨਪ੍ਰੀਤ ਤੇ ਕਲੋਜ਼ਿੰਗ ਸੈਰੇਮਨੀ 'ਚ ਕੌਣ ਸੀਗਾ ਪੀਆਰ ਸ਼੍ਰੀਜੀਤ ਨਾਮ ਯਾਦ ਰੱਖ ਲਿਓ ਜੀ ਅਗਲਾ ਕੁਐਸਚਨ 49th ਐਡੀਸ਼ਨ 올 ਇੰਡੀਆ ਪੁਲਿਸ ਕਾਂਗਰਸ ਦਾ ਕੀ ਕੀਤਾ ਗਿਆ 7 ਅਕਤੂਬਰ ਨੂੰ ਆਰਗੇਨਾਈਜ਼ ਕਿਹੜੇ ਸ਼ਹਿਰ ਦੇ ਵਿੱਚ ਕਰਵਾਇਆ ਗਿਆ ਜੈਪੁਰ ਦੇ ਵਿੱਚ ਦੇਹਰਾ ਦੂਨ ਦੇ ਵਿੱਚ ਲਖਨਊ ਦੇ ਵਿੱਚ ਜਾਂ ਫਿਰ ਗੁਰੂਗਰਾਮ ਦੇ ਵਿੱਚ ਜੇ ਹਿੰਟ ਚਾਹੀਦਾ ਤਾਂ ਉਹ ਰਾਜ ਬਣਿਆ ਸਾਲ 2000 ਦੇ ਵਿੱਚ ਯੂਪੀ ਤੋਂ ਏਰੀਆ ਕੱਢ ਕੇ ਬਣਾਇਆ ਸੀ ਦੂਨ ਨਾਲ ਭਰਿਆ ਪਿਆ ਉਹ ਨਾਮ ਕੀ ਹੈ ਸੀਐਮ ਤੰਮੀ ਬਿਲਕੁਲ ਜੀ ਤੇ ਆਨਸਰ ਹੈ ਜੀ ਦੇਹਰਾ ਦੂਨ ਦੇਹਰਾ ਦੂਨ ਇਸ ਦਾ ਕਰੈਕਟ ਆਪਸ਼ਨ ਜਿੱਥੇ ਕਰਵਾਇਆ ਗਿਆ ਜੀ 49th 올 ਇੰਡੀਆ ਪੁਲਿਸ ਸਾਇੰਸ ਕਾਂਗਰਸ ਜਿਹਨੂੰ ਬਿਊਰੋ ਆਫ ਪੁਲਿਸ ਇਹ ਕਹਿੰਦਾ ਬਿਊਰੋ ਪੁਲਿਸ ਇਸ ਯਾਰ ਉਹੀ ਸੀ ਆ ਉਹਨਾਂ ਨੇ ਆਰਗੇਨਾਈਜ਼ ਕਰਵਾਇਆ ਸੀ ਬੀਪੀਆਰਡੀ ਨੇ ਬਿਊਰੋ ਆਫ ਪੁਲਿਸ ਰਿਸਰਚ ਐਂਡ ਡਿਵੈਲਪਮੈਂਟ ਠੀਕ ਹੈ ਜੀ ਚਲੋ ਜੀ ਜਿਹਦਾ ਥੀਮ ਸੀਗਾ ਪੋਲਿਸਿੰਗ ਇਨ ਅਮ੍ਰਿਤਕਾਲ ਲਓ ਜੀ ਅਗਲਾ ਕੁਐਸਚਨ ਕਹਿੰਦਾ ਜੀ ਯੂਪੀ ਦੀ ਪਹਿਲੀ ਸੋਲੋ ਸਿਟੀ ਕਿਹੜੀ ਆ ਦੇਖੋ ਜੀ ਇੰਡੀਆ ਦੀ ਨਹੀਂ ਪੁੱਛੀ ਗਈ ਯੂਪੀ ਦੀ ਕਿਹੜੀ ਸੋਲੋ ਸਿਟੀ ਆ ਇਹ ਪੁੱਛਿਆ ਗਿਆ ਬਣੂਗੀ ਇਹ ਵੀ ਤੇ ਯਾਦ ਰੱਖ ਲਿਓ ਵੀ ਹਜੇ ਬਣੀ ਨਹੀਂ ਬਣੂਗੀ ਇਹ ਬਹੁਤ ਵੱਡਾ ਇੱਕ ਉਹਨਾਂ ਨੇ ਇਨੀਸ਼ੀਏਟਿਵ ਲੈ ਕੇ ਆਏ ਨੇ ਯੂਨਾਈਟਿਡ ਨੇ ਸੌਰੀ ਯੂਪੀ ਵਾਲੇ ਨੇ ਆਪਣੀ ਇੱਕ ਰੀਨੇਬਲ એનર્ਜੀ ਅਥਾਰਟੀ ਵੀ ਬਣਾਈ ਐ ਇਸ ਕੰਮ ਲਈ ਉੱਥੇ ਅੱਜ ਦੀ ਨਿਊਜ਼ ਆਈ ਸੀ ਮੈਂ ਕਵਰ ਨਹੀਂ ਕੀਤੀ ਕਿਉਂਕਿ ਇੰਪੋਰਟੈਂਟ ਨਹੀਂ ਸੀਗਾ 에어ਪੋਰਟ ਅਥਾਰਟੀ ਆਫ ਇੰਡੀਆ ਨੇ ਅਯੋਧਿਆ ਚ 에어ਪੋਰਟ ਨੂੰ ਵੀ ਮਨਜ਼ੂਰੀ ਦਿੱਤੀ ਐ ਵੀ 에어ਪੋਰਟ ਵੀ ਬਣਾਓ ਟੇਰਾਮ ਟੈਂਪਲ ਬਣ ਰਿਹਾ ਉੱਥੇ ਜੀ ਤੁਹਾਨੂੰ ਸਾਰੇ ਨੂੰ ਪਤਾ ਐ ਸੋ ਆਨਸਰ ਇਸ ਅਯੋਧਿਆ ਵੈਰੀ ਗੁੱਡ ਜੀ अयोध्या इज द करेक्ट ऑप्शन यूपी दी पहली सोलर सिटी बनके दिखाओगी जड़ी पर हुन जड़ी मैं क्वेश्चन पूछ रहा हूं हुन ਤੁਸੀਂ ਆਨਸਰ ਲਾਇਓ इंडिया दी पहली सोलर सिटी ਕਿਹੜੀ ਹੈ ਜੀ इंडिया दी पहली सोलर सिटी ਕਿਹੜੀ ਹੈ ਐਮਪੀ ਦੇ ਵਿੱਚ ਹੈ ਮੱਧਿਆ ਪ੍ਰਦੇਸ਼ ਦੇ ਵਿੱਚ ਹੈ ਤੇ ਉੱਥੇ ਸਤੂਪ ਹੈ ਸਤੂਪਾ ਹੁਣ ਦੱਸ ਦਿਓ ਕੀ ਬਾਤ ਹੈ ਜੀ ਗੁਰੂਗ੍ਰਾਮ ओहो ਗੁਰੂਗ੍ਰਾਮ ਕਿੱਥੋਂ ਆ ਗਿਆ ਨਹੀਂ ਸਾਂਚੀ ਸਾਂਚੀ ਇਸ ਦਾ ਕਰੈਕਟ ਆਪਸ਼ਨ ਸਾਂਚੀ ਜਿਹੜੀ ਹੈ ਬੱਚਿਓ ਬਣ ਚੁੱਕੀ ਹੈ ਜੀ ਤੁਹਾਡੀ ਯੂਨੈਸਕੋ ਹੈਰੀਟੇਜ ਸਾਈਟ ਤਾਂ ਹੈਗੀ ਆ ਜੀ ਪਹਿਲੀ ਸੋਲਰ ਸਿਟੀ ਯਾਦ ਰੱਖ ਲਿਓ ਜੀ ਇੰਡੀਆ ਦੀ ਅਗਲਾ ਕੁਐਸਚਨ ਅਗਲਾ ਕੁਐਸਚਨ ਕਹਿੰਦਾ ਜੀ ਇਹਨਾਂ ਵਿੱਚੋਂ ਕਿਹੜੇ ਪ੍ਰੋਡਕਟ ਨੇ ਜਿਨ੍ਹਾਂ ਨੂੰ ਜੀਆਈ ਟੈਗ ਮਿਲ ਚੁੱਕੇ ਆ ਅਰਨਾਚਲ ਪ੍ਰਦੇਸ਼ ਦੇ ਉਹ ਪ੍ਰੋਡਕਟ ਨੇ ਲਓ ਜੀ ਦੇਖੋ ਯੱਕ ਚੁਰਪੀ ਤਾਂ ਹੈਗਾ ਹੀ ਹੈਗਾ ਯੋਕ ਚੁਰਪੀ ਤੇ ਓਕ ਚੁਰਪੀ ਹੈਗਾ ਹੀ ਹੈਗਾ ਤਾਂ ਫਿਰ ਸਾਰੇ ਹੀ ਹੋ ਗਏ ਨਾ ਯਾਰ ਆਨਸਰ ਗਏ ਖਮਤੀ ਰਾਈਸ ਵੀ ਹੈ ਤੇ ਤੰਗ ਸਾਬ ਵੀ ਹੈ ਇਹਨਾਂ ਸਾਰਿਆਂ ਨੂੰ ਹੀ ਇੱਕ ਵਾਰ ਤੁਸੀਂ ਰੀਡ ਜਰੂਰ ਕਰੋਗੇ ਯਾਨੀ ਕਿ 올 ਆਫ द ਅਬਵ ਯਕ ਚੁਰਪੀ ਖਮਤੀ ਰਾਈਸ ਤੇ ਸੰਗਪਾ ਇਸ ਦਾ ਕਰੈਕਟ ਆਪਸ਼ਨ ਜਿੰਨਾਂ ਨੂੰ ਮਿਲਿਆ ਹੈ ਜੀ ਆਈ ਟੈਗ ਅਗਲਾ ਕੁਐਸਚਨ World Mental Health Day ਦਾ ਥੀਮ ਕੀ ਹੈ World Mental Health Day ਬੱਚੇ 11 ਅਕਤੂਬਰ ਨੂੰ ਮਨਾਉਂਦੇ پتہ ਨਹੀਂ 20 ਅਕਤੂਬਰ ਹੈ پتہ ਨਹੀਂ 11 ਅਕਤੂਬਰ ਹੈ ਥੀਮ ਦੱਸੋ ਕੀ ਹੈ ਉਹ ਤੁਹਾਨੂੰ ਮੈਂ ਦੱਸ ਦੇਣਾ ਦਿਨ ਥੀਮ ਕੀ ਸੀ ਬੱਚਿਓ ਸ਼ਾਬਾਸ਼ ਬੱਚੇ ਕਹਿੰਦੇ ਜੀ ਮੈਂਟਲ ਹੈਲਥ ਤੁਹਾਡਾ ਯੂਨੀਵਰਸਲ ਯੂਨੀਵਰਸਲ ਹਿਊਮਨ ਰਾਈਟ ਹੈ ਦਿਸ ਇਜ਼ ਦਾ ਥੀਮ ਮੈਂਟਲ ਹੈਲਥ ਬਹੁਤ ਜ਼ਰੂਰੀ ਹੈ ਮੈਂਟਲ ਹੈਲਥ ਜੇ ਨਹੀਂ ਹੈਗੀ ਤਾਂ ਫਿਰ ਜੋ ਮਰਜੀ ਖਾਈ ਚੱਲੋ ਬਦਾਮ ਖਾਈ ਚੱਲੋ ਜਿੰਨੀ ਮਰਜੀ ਬੈਸਟ ਚੀਜ਼ਾਂ ਖਾਈ ਚੱਲੋ ਜੇ ਮੈਂਟਲ ਹੈਲਥ ਖਰਾਬ ਹੈ ਤਾਂ ਸਭ ਕੁਝ ਡੈਡ ਹੈ ਜੇ ਮੈਂਟਲ ਹੈਲਥ ਠੀਕ ਹੈ ਜਿੰਨੀ ਮਰਜੀ ਬੇਕਾਰ ਚੀਜ਼ ਖਾਈ ਜਾਓ ਕੋਲੇਸਟ੍ਰੋਲ ਨਾਲ ਭਰੀ ਹੋਈ ਖਾਈ ਜਾਓ ਬੋਡੀ ਫੇਰ ਵੀ ਪੋਜ਼ਿਟਿਵ ਰਿਐਕਟ ਕਰੂਗੀ 멘ਟਲ ਹੈਲਥ ਇੰਨੀ ਜ਼ਰੂਰੀ ਹੈ ਯਾਦ ਰੱਖ ਲਿਓ ਜੀ ਯੂਨੀਵਰਸਲ ਹਿਊਮਨ ਰਾਈਟ ਹੈ ਜੀ ਇਹ ਯਾਦ ਰੱਖ ਲਿਓ ਤੇ 10 ਅਕਤੂਬਰ ਨੂੰ ਅਸੀਂ ਮਨਾਉਨੇ ਆ ਜੀ ਇਹ ਯਾਦ ਰੱਖ ਲਿਓ ਜੀ ਵਰਲਡ 멘ਟਲ ਹੈਲਥ ਡੇ 10 ਅਕਤੂਬਰ 10 ਅਕਤੂਬਰ ਨੂੰ ਮਨਾਉਨੇ ਆ ਜੀ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਜੀ ਠੀਕ ਹੈ ਜੀ ਸ਼ਾਬਾਸ਼ 10 ਅਕਤੂਬਰ ਮਹੀ ਮੇਰੀ ਡੈਡ ਹੈ ਉਹ ਸਾਰਿਆਂ ਦੀ ਡੈਡ ਆ ਯਾਰ ਇਹ 멘ਟਲ ਹੈਲਥ ਅਗਲਾ ਕੁਐਸਚਨ ਕਹਿੰਦਾ ਪੰਜ ਸਟੇਟਾਂ ਦੇ ਵਿੱਚ ਡੇਟਾ ਅਸੈਂਬਲੀ ਦੀਆਂ ਜਿਹੜੀਆਂ ਅਸੈਂਬਲੀ ਇਲੈਕਸ਼ਨ ਸੀ ਹੋ ਗਈਆਂ ਠੀਕ ਹੈ ਜੀ ਕੋਈਡੀ ਸਟੇਟ ਵਿਧਾਨ ਸਭਾਵਾ ਮੇ ਦੇ ਵਿੱਚ ਰਾਜ ਵਿਧਾਨ ਸਭਾਵਾ ਮੇ ਵਿੱਚ ਕੌਣ ਕਰਵਾਉਂਦਾ ਹੈ ਇਲੈਕਸ਼ਨਸ ਥਿਸ ਇਜ਼ ਦਾ ਕੁਐਸਚਨ ਸਟੇਟ ਇਲੈਕਸ਼ਨ ਕਮਿਸ਼ਨ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਗਵਰਨਰ ਆਫ ਦਾ ਸਟੇਟ ਜਾਂ ਫਿਰ ਹਾਈ ਕੋਰਟ ਰਾਜ ਦੀ ਕੌਣ ਕਰਵਾਉਂਦਾ ਹੁੰਦਾ ਹੈ ਸਟੇਟਾਂ ਦੇ ਵਿੱਚ ਇਲੈਕਸ਼ਨਸ ਥਿਸ ਇਜ਼ ਦਾ ਕੁਐਸਚਨ ਜੇ ਕਿਸ ਨੇ ਗਲਤ ਕੀਤਾ ਨਾ ਫਿਰ ਦੇਖਿਓ ਰਵਿੰਦਰ ਹਾਈ ਕੋਰਟ ਤੇਰੀ ਓਏ ਡੰਡੇ ਪੈਣਗੇ ਤੇਰੇ ਓਏ ਹਾਈ ਕੋਰਟ ਵਾਲੇ ਦੋ ਆਗੇ ਰਵਿੰਦਰ ਅੱਛਾ ਰਵਿੰਦਰ ਨਹੀਂ ਦੋ ਵਾਰੀ ਕਹਤਾ ਹਾਈ ਕੋਰਟ ਇੰਨਾ 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 ਕੌਨਫੀਡੈਂਸ ਆ ਤੇਨੂੰ ਮੇਰੇ ਭਰਾ ਨਹੀਂ ਇਹ ਕਰਵਾਉਂਦੀ ਜੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਕਰਾਉਂਦੀ ਹੈ ਜੀ ਜਿਹਦੇ ਆਰਟੀਕਲ ਨੇ ਬਚਿਓ 324 ਤੋਂ ਲੈ ਕੇ 329ਏ ਅੰਡਰ ਵਿੱਚ ਪਾਰਟ ਕਿਹੜੇ ਪਾਰਟ ਦੇ ਵਿੱਚ ਪੈਂਦਾ ਪਾਲਿਟੀ ਦੇ ਵਿੱਚ ਮੈਨੂੰ ਦੱਸਿਓ ਮੜਾ ਜਾ ਤੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈਗਾ ਕੌਣ ਹੈ ਰਾਜੀਵ ਕੁਮਾਰ ਰਾਜੀਵ ਕੁਮਾਰ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਹੈ ਇਹਨੂੰ ਵੀ ਯਾਦ ਰੱਖ ਲਿਓ ਤੇ ਬਿਲ ਪਾਸ ਹੋਇਆ ਜਮੀ ਰੀਸੈਂਟਲੀ ਕੱਲ ਪਰਸੋਂ ਦੀ ਗੱਲ ਹੈ ਬਿਲ ਪਾਸ ਹੋਇਆ ਇੱਕ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦਾ ਕਹਿੰਦੇ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਜਾਂ ਇਲੈਕਸ਼ਨ ਕਮਿਸ਼ਨ ਲਾਉਣਾ ਹੈ ਨਾ ਪਹਿਲੇ ਇੱਕ ਸਿਲੈਕਸ਼ਨ ਕਮੇਟੀ ਬੈਠੂਗੀ ਉਹ ਬਣਾਉਗੀ ਉਹ ਲਾਉਗੀ ਸੋ ਇਹ ਵੀ ਬਿਲ ਵੀ ਪਾਸ ਹੋਇਆ ਹੈ ਰਾਜੀਵ ਕੁਮਾਰ 15ਵਾਂ ਪਾਰਟ ਹੈ ਜੀ ਵੈਰੀ ਗੁੱਡ ਜੀ ਕੀ ਆ ਬਾ 15ਵੇਂ ਪਾੜ ਦੇ ਵਿੱਚ ਬੱਚੇ ਉਹ ਹੀ ਪੈਂਦਾ ਜੀ 15ਵੇਂ ਪਾੜ ਦੇ ਵਿੱਚ ਠੀਕ ਹੈ ਜੀ ਯਾਦ ਰੱਖ ਲਿਓ ਇਸ ਗੱਲ ਨੂੰ ਲੋ ਮੇਰੇ ਵੀਰੋ ਆਜੋ ਅਗਲੇ ਕੁਐਸਚਨ ਤੇ ਕਹਿੰਦਾ ਜੀ ਇੰਡੀਆ ਦਾ ਅਨਇੰਪਲੋਇਮੈਂਟ ਰੇਟ ਕਾਫੀ ਜ਼ਿਆਦਾ ਡਿਕਲਾਈਨ ਕੀਤਾ ਹੋ ਗਿਆ ਅਰਬਨ ਏਰੀਆਜ਼ ਦੇ ਵਿੱਚ ਪਹਿਲੇ ਕੁਆਟਰ ਚ April ਤੇ June ਦੇ ਵਿੱਚ ਕਿੰਨਾ ਹੋ ਗਿਆ 5.9 6.4 6.6 7.1 ਲਾਓ ਵੀ ਆਨਸਰ ਗੋਇਨ ਮੈਰਿਜ ਕਰਦੇ ਆ ਉਹਦੇ ਬਾਰੇ ਗੱਲ ਕੋਈ ਨਹੀਂ ਵੈਰੀ ਗੁੱਡ ਆਨਸਰ ਹੈ ਬੱਚਿਓ ਇੱਥੇ 6.6% ਇੱਕ ਮੈਂ ਤੁਹਾਡੇ ਤੋਂ ਕੁਐਸਚਨ ਪੁੱਛਣ ਲੱਗਿਆ ਉਹ ਮੈਂ ਦੱਸਿਓ ਇੰਡੀਆ ਦਾ ਉਹ ਕਿਹੜਾ ਰਾਜ ਹੈ ਸਟੇਟ ਹੈ ਜਿੱਥੇ ਅਰਬਨ ਅਰਬਨ ਏਰੀਆ ਅਰਬਨ ਯੂਥ ਸਭ ਤੋਂ ਜ਼ਿਆਦਾ ਅਨਇੰਪਲੋਇਮੈਂਟ ਹੈ 34% ਦੀ ਦਰ ਨਾਲ ਉਹ ਕਿਹੜਾ ਰਾਜ ਹੈ ਜਿੱਥੇ ਸਭ ਤੋਂ ਜ਼ਿਆਦਾ ਅਨਇੰਪਲੋਇਮੈਂਟ ਹੈ ਸ਼ਹਿਰੀ ਖੇਤਰਾਂ ਦੇ ਵਿੱਚ ਕੁਐਸਚਨ ਪੁੱਛਿਆ ਹੋਇਆ ਤਾਂ ਪੁੱਛਨੇ ਕੀਤਾ ਹੋਇਆ ਤੁਸੀਂ ਇਹ ਤਾਂ ਪੁੱਛ ਰਹੇ ਆ ਆਪਣੇ ਕੋਲ ਨਹੀਂ ਪੁੱਛ ਰਹੇ तेरे मुक्के ने लवली शर्मा तेरे मुक्की ने रविंदर ठीक हो गया मुक्का, आंसर है जी हिमाचल प्रदेश हिमाचल प्रदेश द करैक्ट ऑप्शन बचो जिथे चौंती प्रतिशत दर न बचियो अरबन एरिया जरबन एरिया है? अनइम्पलॉयमेंट है रीसेंट पीरियोडिक लेबर फोर्स सर्वे की रिपोर्ट आई सी लो जी शाबाश अगला क्वेश्चन <laughs> ਬੱਚੇ ਇੱਕ ਸਕੀਮ ਆਈ ਹੈ ਜਿਹਦਾ ਨਾਮ ਹੈ ਸ਼੍ਰੇਸ਼ਟ ਸਕੀਮ ਇਹ ਸ਼੍ਰੇਸ਼ਟ ਸਕੀਮ ਕੱਢਿਆ ਯੂਨੀਅਨ ਮਿਨਿਸਟਰ ਆਫ ਸੋਸ਼ਲ ਜਸਟਿਸ ਐਂਡ ਏਮਪਾਵਰਮੈਂਟ ਦੇ ਵਿਰਿੰਦਰ ਕੁਮਾਰ ਜੀ ਨੇ ਇਹਦਾ ਮੇਨ ਪਰਪਸ ਕੀ ਹੈ ਸ਼੍ਰੇਸ਼ਟਾ ਸਕੀਮ ਦਾ ਮੇਨ ਪਰਪਸ ਕੀ ਹੈ ਐਸਸੀ ਸਟੂਡੈਂਟਸ ਨੂੰ ਰੈਜ਼ੀਡੈਂਸ਼ੀਅਲ ਐਜੂਕੇਸ਼ਨ ਦੇਣੀ ਗਰਲਸ ਹਾਇਰ ਐਜੂਕੇਸ਼ਨ ਪ੍ਰੋਵਾਈਡ ਕਰਨੀ ਸੈਂਟੀਫਿਕ ਨੋਲਜ ਮਦਰਾਸਾ ਦੇ ਵਿੱਚ ਲੈ ਕੇ ਆਉਣੀ ਜਾਂ ਫਿਰ ਫਿਜ਼ੀਕਲੀ ਚੈਲੈਂਜਡ ਸਟੂਡੈਂਟਸ ਨੂੰ ਐਜੂਕੇਸ਼ਨ ਪ੍ਰੋਵਾਈਡ ਕਰਨੀ ਸ਼੍ਰੇਸ਼ਟਾ ਸਕੀਮ ਦਾ ਮੇਨ ਮਕਸਦ ਹੈ ਵਟ ਇਜ਼ ਦਾ ਮਕਸਦ ਆਫ ਸ਼੍ਰੇਸ਼ਟਾ ਸਕੀਮ ਲਾਂਚ ਕੀਤੀ ਗਿਆ ਵਰਿੰਦਰ ਕੁਮਾਰ ਜੀ ਵੱਲੋਂ ਯੂਨੀਅਨ ਮਿਨਿਸਟਰ ਨੇ ਸੋਸ਼ਲ ਜਸਟਿਸ ਐਂਡ empowerment ਦੇ ਲਓ ਵੀ ਆਨਸਰ ਕੀ ਬਾਤ ਹੈ ਜੀ ਵੈਰੀ ਗੁੱਡ 인ਦਰ ਗੱਲਬਾਤ ਪੂਰੀ ਹੈ ਨੌਵੀਂ ਤੋਂ 12ਵੀਂ ਦੇ ਜਿਹੜੇ ਜਵਾਕ ਨੇ ਐਸਸੀ ਸਟੂਡੈਂਟ ਨੇ ਸ਼ੈਡਿਊਲ ਕਾਸਟ ਦੇ ਸਟੂਡੈਂਟਸ ਨੇ ਉਹਨਾਂ ਵਾਸਤੇ ਐਜੂਕੇਸ਼ਨ ਪ੍ਰੋਵਾਈਡ ਕਰਨੀ ਹੈ ਬੱਚਿਓ ਯਾਦ ਰੱਖ ਲਿਓ ਜੀ ਐਨਜੀਓਸ ਨਾਲ ਇਹਨਾਂ ਨੇ ਵਧੀਆ ਜਿਹੜਾ ਹੈ ਟਾਈ ਅਪ ਕਰਨਾ ਹੈ ਦਿਸ ਇਜ਼ ਦਾ ਫੁੱਲ ਫਾਰਮ ਰੈਜ਼ੀਡੈਂਸ਼ੀਅਲ ਐਜੂਕੇਸ਼ਨ ਫਾਰ ਸਟੂਡੈਂਟਸ ਇਨ ਹਾਇਰ ਸਕੂਲ ਇਨ ਟਾਰਗੇਟਡ ਏਰੀਆ ਸਕੀਮ ਅਗਲਾ ਕੁਐਸਚਨ ਇਸਰੋ ਨੇ ਬੱਚੇ ਇੱਕ ਮਿਸ਼ਨ ਛੱਡਿਆ ਸੀ ਜਿਹਦਾ ਨਾਮ ਹੈ ਅਦਿੱਤਿਆ L1 ਇਹ ਕਿਦੀ ਸਟੱਡੀ ਕਰਨ ਵਾਸਤੇ ਛੱਡਿਆ ਗਿਆ ਸੀ ਵੀਨਸ ਦੀ ਮਾਰਸ ਦੀ ਸੂਰਜ ਦੀ ਜਾਂ ਫਿਰ ਜੁਪੀਟਰ ਦੀ ਲਓ ਵੀ ਅਦਿੱਤਿਆ L1 ਮਿਸ਼ਨ ਕਿਦੀ ਸਟੱਡੀ ਕਰਨ ਵਾਸਤੇ ਛੱਡਿਆ ਗਿਆ ਸੀ ਤੇ 70 ਬੱਚੇ ਲਾਈਵ ਨੇ ਤੇ ਮੈਂ ਚਾਹੁੰਦਾ ਵੀ ਜਿੰਨੇ ਬੱਚੇ ਨੇ ਅਜੇ ਤੱਕ ਲਾਈਵ ਨਹੀਂ ਕੀਤਾ ਗਦਾਰੀਆਂ ਕਰ ਰਹੇ ਹੋ ਤੰਗਦਾਰੀਆਂ ਨਾ ਕਰੋ ਸੈਸ਼ਨ ਨੂੰ ਲਾਈਕ ਮਿੰਟ ਤੋਂ ਪਹਿਲਾਂ ਕਰ ਦਿਓ ਹੁਣ ਬਰਾਬਰ ਕਰ ਦਿਓ ਜੀ ਲਾਈਕ ਬਰਾਬਰ ਬਰਾਬਰ ਚੱਲਿਆ ਕਰੋ ਨਾਲ ਮੇਰੇ ਪਹਿਲੀ ਪੱਕੀ ਭੇਜਤੀ ਕੀ ਬਾਤ ਹੈ ਜੀ ਸੋ ਆਨਸਰ ਇਸ ਦਾ ਆਨਸਰ ਇਸ ਅਦਿੱਤਿਆਲ ਵਿੱਚ ਮੂਨ ਕਿ ਨਹੀਂ ਲਿਖਿਆ ਓਏ ਰਵਿੰਦਰ ਮਾਂ ਤੂੰ ਲਾਇਬ੍ਰੇਰੀ 'ਚ ਬੈਠਾ ਨਾ ਤੂੰ ਕੋ ਨਹੀਂ ਤੇਰੇ ਦੇਖੀ ਪੈਂਦੇ ਮੁਕੇ ਆਨਸਰ ਸਨ ਹੈ ਅਦਿੱਤਿਆਲ ਬਣ ਯਾਰ ਕੀ ਗੱਲ ਕਰਦੇ ਹੋ ਅਦਿੱਤਿਆਲ ਬਣ ਮਿਸ਼ਨ ਸੂਰਜ ਨੂੰ ਸਟੱਡੀ ਕਰਨ ਵਾਸਤੇ ਛੱਡਿਆ ਸੀ ਨੇ ਅਦਿੱਤ્યਲਵਨ ਮੈਂ ਕਰਵਾਇਆ ਬੇਸੀਗਾ ਲੇਗਰੇਜਨ ਪੁਆਇੰਟ 1 ਲੇਗਰੇਜਨ ਪੁਆਇੰਟ 1 ਉਹ ਪੁਆਇੰਟ ਜਿੱਥੇ ਸੂਰਜ ਤੇ ਧਰਤੀ ਦੀ ਜਿਹੜੀ ਗ੍ਰੈਵਿਟੇਸ਼ਨਲ ਫੋਰਸ ਹੈ ਇਕੁਅਲ ਹੋ ਜਾਂਦੀ ਹੈ ਹਨਾ ਜੀ ਫਿਊਲ ਐਫੀਸ਼ੀਐਂਟ ਹੋ ਜਾਂਦਾ ਉੱਥੇ ਚਲੋ ਜੀ ਯਾਦ ਰੱਖ ਲਿਓ ਲੋ ਜੀ ਬੱਚਿਓ ਅਗਲਾ ਕੁਐਸਚਨ ਆ ਗਿਆ ਇਹਨੂੰ ਸਰੂਪੇ ਪਾਉਣੇ ਹਨ ਅਗਲਾ ਕੁਐਸਚਨ ਲੋ ਜੀ ਬੱਚਿਓ ਕਿਹਨੇ ਡਿਕਲੇਅਰ ਕੀਤਾ ਡਿਪਲॉयਮੈਂਟ ਆਫ ਯੂ ਐਸ ਐਸ ਜੇਰਾਲਡ ਆਰਫੋਰਡ ਬੱਚੇ ਬੰਬਰ ਸ਼ਿਪ ਹੈ ਇਹ ਕਿਹੜੀ ਕੰਟਰੀ ਨੇ ਹੁਣੇ ਰੀਸੈਂਟਲੀ ਕਿਹਾ ਵੀ ਅਸੀਂ ਮੈਡੀਟੇਰੀਨੀਅਨ ਓਸ਼ਨ ਚ ਭੇਜ ਰਹੇ ਹਾਂ ਕਿਉਂਕਿ ਇਜ਼ਰਾਈਲ ਤੇ ਪਲੇਸਟਾਈਨ ਦੀ ਲੜਾਈ ਚੱਲ ਰਹੀ ਹੈ ਇਜ਼ਰਾਈਲ ਦੀ ਸਪੋਰਟ ਵਿੱਚ ਭੇਜਿਆ ਸੀ ਯੂ ਐਸ ਐਸ ਜੇਰਾਲਡ ਆਰ ਫੋਰਡ ਵਿਸਫੋਟਕ ਡਿਸਟਰੋਇਰ 에ਅਰਕ੍ਰਾਫਟ ਕੈਰੀਅਰ ਹੈ ਜੀ ਇਹ ਕਿਹੜੀ ਕੰਟਰੀ ਦਾ ਹੈ ਲਓ ਜੀ ਸ਼ਾਬਾਸ਼ ਵੈਰੀ ਗੁੱਡ ਆਨਸਰ ਕੀਆ ਜੀ ਦ ਅਨਸਰ ਇਜ਼ ਦ ਅਨਸਰ ਇਜ਼ ਪ੍ਰੈਜ਼ੀਡੈਂਟ ਆਫ ਜੋਏ ਬਾਡਨ ਜੋਏ ਬਾਡਨ ਠੀਕ ਹੈ ਯੂ ਐਸ ਏ ਦੇ ਪ੍ਰੈਜ਼ੀਡੈਂਟ ਨੇ ਭੇਜਿਆ ਜੀ ਇਹ ਅੱਛਾ ਯੂ ਐਸ ਏ ਦੇ ਪ੍ਰੈਜ਼ੀਡੈਂਟ ਜੋਏ ਬਾਡਨ ਜੀ ਨੇ 26 ਜਨਵਰੀ ਨੂੰ ਆਉਣਾ ਸੀ ਸਾਡੀ ਪਰੇਡ ਤੇ ਮੁੱਕਰ ਗਏ ਕਹਿੰਦੇ ਆ ਨਹੀਂ ਸਕਦੇ ਕੁਆਡ ਦੀ ਮੀਟਿੰਗ ਵੀ ਇੰਡੀਆ ਨੇ ਹੋਸਟ ਕਰਨੀ ਸੀ ਇਹਦੇ ਨਾਲ ਹੀ ਕਰਨੀ ਸੀ ਉਹ ਵੀ ਮੁੱਕਰ ਗਏ ਕੁਆਡ ਦੀ ਮੀਟਿੰਗ ਵੀ ਹੁਣ ਮਿਡ 2024 ਚ ਹੋਊਗੀ ਹੁਣ ਰਿਪਬਲਿਕ ਡੇ ਪਰੇਡ ਤੇ ਜੋਬ ਬਾਡਨ ਨੇ ਆਉਣਾ ਨਹੀਂ ਹੈਗਾ ਤੇ ਦੇਖਾਂਗੇ ਕੌਣ ਆਊਗਾ ਵਾਟਐਵਰ ਉਹ ਬਾਅਦ ਦੀ ਗੱਲ ਹੈ ਨਾਲ ਦੱਸਾਂ ਤੁਹਾਨੂੰ ਲੋ ਮੇਰੇ ਵੀਰੋ ਆ ਜਾਓ ਮੇਰੇ ਉਹ ਲੈਟਸ ਮੂਵ ਫਾਰਵਰਡ ਟੂ ਦਾ ਨੈਕਸਟ ਐਮਸੀਕਿਊ ਆ ਜਾਓ ਜੀ ਅਗਲਾ ਕੁਐਸਚਨ ਕੀ ਕਹਿੰਦਾ ਹੈ ਕਹਿੰਦਾ 52ਵੀਂ ਜੀਐਸਟੀ ਕਾਉਂਸਲ ਮੀਟਿੰਗ ਹੋਈ ਆ ਨਵੀਂ ਦਿੱਲੀ ਦੇ ਵਿੱਚ ਉਹਨੂੰ ਚੇਅਰ ਕਿਹਨੇ ਕੀਤਾ ਚੇਅਰਮੈਨ ਕੌਣ ਆ ਉਹਦਾ ਸ਼ਾਬਾਸ਼ ਹਾਂ ਵੀਟੋ ਵੀ ਇਹ ਨਹੀਂ ਕੀਤੀ ਸੀ ਕੀ ਬਾਤ ਹੈ ਜੀ ਕੀ ਬਾਤ ਹੈ ਬਹੁਤ ਵਧੀਆ ਵਾਹ निर्मला सीतारामन जी निर्मला सीतारामन ਸਾਡੇ ਫਾਈਨੈਂਸ ਮਿਨਿਸਟਰ ਉਹੀ ਕਰਦੇ ਹੁੰਦੇ ਨੇ ਬੱਚੇ ਅੱਛਾ GST ਨੂੰ ਅਸੀਂ ਗoods ਐਂਡ ਸਰਵਿਸਿਜ਼ ਟੈਕਸ ਨੂੰ ਅਸੀਂ ਸੰਵਿਧਾਨਿਕ ਹੱਕ ਦਿੱਤਾ ਸੀ ਕਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਐਕਟ ਦੇ ਵਿੱਚ ਦਿਸ ਇਜ਼ ਕੁਐਸਚਨ ਫॉर ਯੂ ਗਾਈਜ਼ ਦੱਸੋ ਭਾਈ ਵੈਰੀ ਗੁੱਡ ਮੁਸਕਾਨ ਗੁੱਡੂ ਸੌਰਵ ਹਰਪ੍ਰੀਤ ਸਾਰੇ ਘੈਂਟ ਨੇ ਬੱਚੇ 101ਵੀਂ 101 ਕਨਸਟੀਟਿਊਸ਼ਨਲ ਅਮੈਂਡਮੈਂਟ ਇੱਕ ਦੇ ਵਿੱਚ ਜੀਐਸਟੀ ਨੇ ਅਸੀਂ ਕੀਤਾ ਕਰਾਰ ਕੀ ਦਿੱਤਾ ਜੀ ਸਵਿਧਾਨਿਕਾ ਕਰ ਦਿੱਤਾ 1 ਜੁਲਾਈ ਨੂੰ ਅਸੀਂ ਮਨਾਉਂਦੇ ਆ ਜੀਐਸਟੀ ਡੇ ਤੇ ਜੀਐਸਟੀ ਕੌਂਸਲ ਕਿਹੜੇ ਆਰਟੀਕਲ ਚ ਹੈ ਆਰਟੀਕਲ ਨੰਬਰ 279ਏ ਯਾਦ ਰੱਖ ਲਓ ਜੀ 279 ਚੇਅਰਮੈਨ ਕੌਣ ਹੁੰਦਾ ਇਹਦਾ ਫਾਈਨੈਂਸ ਮਿਨਿਸਟਰ ਹੁੰਦਾ ਇਹਦੇ ਵਿੱਚ ਜਿਹੜਾ 1/3 ਵੇਟੇਜ ਹੈ ਸੈਂਟਰ ਕੋਲੇ ਹੈ 2/3 ਵੇਟੇ ਜਿਹੜੀ ਹੈਗੇ ਕਿਹਦੇ ਕੋਲ ਹੈ ਜੀ ਤੁਹਾਡੀ ਸਟੇਟ ਕੋਲੇ ਹੈ ਠੀਕ ਹੈ ਜੀ ਸੋ ਇਸ ਗੱਲ ਨੂੰ ਰੱਖੋਗੇ ਯਾਦ ਲੋ ਮੇਰੇ ਵੀਰੋ ਸੋ ਥਿਸ ਇਜ਼ ਦਾ ਇਟ ਅੱਗੇ ਆ ਜਾਓ ਜੀ ਆ ਐਕਸਟਰਾ ਇਨਫੋਰਮੇਸ਼ਨ ਇਹਦੇ ਵਿੱਚ ਪਾ ਦਿੱਤੀ ਆ ਚੱਕ ਦੋ ਫੱਟੇ ਅਗਲਾ ਕੁਐਸਚਨ ਬੱਚੇ ਕਦੋਂ ਸਕੀਮ ਲਾਂਚ ਕੀਤੀ ਆ ਬੀਮਾ ਵਾਹਕ ਹਰ ਘਰ ਦੇ ਵਿੱਚ ਜਿਹੜੀ ਹੈ ਹਰੇਕ ਪੰਚਾਇਤ ਦੇ ਵਿੱਚ ਅਸੀਂ ਜਿਹੜੇ ਹੈ ਬੀਮਾ ਵਾਹਕ ਲਾਉਣੇ ਨੇ ਹਨਾ ਜੀ ਕੌਣ ਰਿਸਪੌਂਸੀਬਲ ਹੈ ਵੀ ਕਿਹੜੀ ਕਿਹਨੂੰ ਰਿਸਪੌਂਸੀਬਿਲਟੀ ਦਿੱਤੀ ਗਈ ਹੈ ਵੀ ਆਰ ਤੂੰ ਹਰੇਕ ਉਹਦੇ ਵਿੱਚ ਹਰੇਕ ਵਿਲੇਜ ਦੇ ਵਿੱਚ ਪੰਚਾਇਤ ਦੇ ਵਿੱਚ ਇੱਕ ਬੀਮਾ ਵਾਹਕ ਪੱਕਾ ਭੇਜਣਾ ਹੈ ਘਰਾਂ ਘਰਾਂ ਚ ਜਾਏਗਾ ਤੇ ਬੀਮਾ ਵੇਚੇਗਾ ਬੀਮਾ ਵਾਹਕ ਕੀ ਕੀ ਹੈ ਵੀ ਇੱਕ ਬੰਦਾ ਹੋਗਾ ਪੁਆਇੰਟ ਕੀਤਾ ਇਹਨੂੰ ਐਸ ਅ ਬੀਮਾ ਵਾਹਕ ਘਰ ਘਰ ਚ ਜਾਊਗਾ ਜਿਨ੍ਹਾਂ ਦਾ ਬੀਮਾ ਨਹੀਂ ਹੋਇਆ ਹੋਊਗਾ ਇੰਸ਼ੋਰੈਂਸ ਕਰਕੇ ਦਊਗਾ ਉਹਨਾਂ ਨੂੰ ਕਿਹਦੀ ਰਿਸਪੌਂਸੀਬਿਲਟੀ ਹੈ ਬੀਮਾ ਵਾਹਕ ਲਾਉਣਾ ਸ਼ਾਬਾਸ਼ ਜਿਹੜੀ ਬੱਚੇ ਇੰਸ਼ੋਰੈਂਸ ਸੈਕਟਰ ਦੀ ਕਰਤਾ ਧਰਤਾ ਹੈ ਇਨਸ਼ੋਰੈਂਸ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ ਆਫ ਇੰਡੀਆ ਇਰਡਾਈ ਇਰਡਾਈ ਇਹਦਾ ਚੇਅਰਮੈਨ ਕੌਣ ਹੈ ਜੀ ਕਿਹਨੇ ਦੱਸਣਾ ਹੈ ਕੌਣ ਦੱਸੂਗਾ ਵੈਰੀ ਗੁੱਡ ਪਹਿਲੇ ਦੱਸਤਾ ਜੀ ਦਾ ਆਨਸਰ ਇਸ ਸੁਧਾਰਤ ਮਹੌਂਤੇ ਇਸਦਾ ਚੇਅਰਮੈਨ ਆਫ ਦਿਸ ਇਰਡਾਈ ਯਾਦ ਰੱਖੋਗੇ ਜੀ ਲੋ ਜੀ ਅਗਲਾ ਕੁਐਸਚਨ ਇਰਡਾਈ ਨੇ ਕਿਹਾ ਵੀ ਚਲੋ ਇਹ ਗੱਲ ਥੋੜੀ ਠੀਕ ਹੈ ਵੀ ਅਸੀਂ ਲਾ ਦਾਂਗੇ ਬੀਮਾ ਵਾਹਕ ਤੇ ਇਹਨਾਂ ਨੇ ਇੱਕ ਟਾਰਗੇਟ ਬਣਾਇਆ ਵੀ ਹਰੇਕ ಗ್ರಾಮ ਪੰਚਾਇਤ ਦੇ ਵਿੱਚ ਅਸੀਂ ਬੀਮਾ ਵਾਹਕ ਲਾਵਾਂਗੇ ਕਦੋਂ ਡੈਡ ਲਾਈਨ ਕੀ ਰੱਖੀ ਗਈ ਹੈ ਕਦੋਂ ਤੱਕ ਅਸੀਂ ਸਾਰਾ ਕੰਮ ਕਰਕੇ ਦਿਖਾ ਦੇਣਾ ਕਹਿੰਦੇ ਸ਼ਾਬਾਸ਼ ਮੁਸਕਾਨ 31 ਦਸੰਬਰ ਵੈਰੀ ਗੁੱਡ ਤੇ ਆਨਸਰ ਹੈ ਜੀ 31 ਦਸੰਬਰ 2024 ਇਸ ਦਾ ਕਰੈਕਟ ਆਪਸ਼ਨ ਇਹਦੀ ਡੈਡ ਲਾਈਨ ਰੱਖੀ ਗਈ ਹੈ 31 ਦਸੰਬਰ 2024 ਤੋਂ ਪਹਿਲਾਂ ਪਹਿਲਾਂ ਹਰੇਕ ਘਰ ਦੇ ਵਿੱਚ ਐਸੀ ਜਿਹੜਾ ਹੈ ਇੰਸ਼ੋਰੈਂਸ ਪ੍ਰੋਵਾਈਡ ਕਰ ਦੇਣਾ ਥਰੂ ਬੀਮਾ ਵਾਹਕ ਅਗਲਾ ਕੁਐਸਚਨ ਰੀਸੈਂਟ ਟਾਈਮ ਦੇ ਵਿੱਚ ਬੱਚੇ ਕਿਹਨੇ ਟੋਟਲ ਹੀ ਸੀਜ਼ ਕੇ ਰਵੰਦੀ ਕਾਲੀ ਗਾਜਾ ਪੱਟੀ ਦੀ ਤੇ ਪੂਰਾ ਦਾ ਪੂਰਾ ਹਮਾਸ ਗਰੁੱਪ ਉੱਤੇ ਟੁੱਟ ਕੇ ਪੈ ਗਏ ਨੇ ਕੌਣ ਲੈ ਇਹ ਤਾਂ ਜੰਮੀ ਸੌਖਾ ਕੁਐਸਚਨ ਹੈ ਗਾਜਾ ਪੱਟੀ ਦੀ ਕੇਰਬੰਦੀ ਕਿਹਨੇ ਕਰ ਲਈ ਤੇ ਉਹਨਾਂ ਦੇ ਮੁਖੇ ਕੌਣ ਲਾ ਰਿਹਾ ਹੈ ਥਿਸ ਇਜ਼ ਦਾ ਕੁਐਸਚਨ ਅਗਲੇ ਵੀ ਲਾ ਰਹੇ ਨੇ ਸਿੰਪਲ ਕੁਐਸਚਨ ਹੈ ਜੀ ਦਾ ਆਨਸਰ ਇਜ਼ ਇਜ਼ਰਾਈਲ ਇਜ਼ਰਾਈਲ ਇਜ਼ ਦਾ ਕਰੈਕਟ ਆਪਸ਼ਨ ਅਗਲਾ ਕੁਐਸਚਨ ਕਿਹੜੀ ਕੰਪਨੀ ਨੇ ਸਿਕਿਉਰ ਕੀਤਾ ਹੈ 810 ਮੈਗਾਵਾਟ ਦਾ ਸੋਲਰ ਫੋਟੋਵੋਲਟਿਕ ਪਾਵਰ ਪ੍ਰੋਜੈਕਟ ਰਾਜਸਥਾਨ ਦੇ ਵਿੱਚ ਰਾਜਸਥਾਨ ਦੇ ਵਿੱਚ 810 ਮੈਗਾਵਾਟ ਦਾ ਸੋਲਰ ਫੋਟੋਵੋਲਟਿਕ ਪਾਵਰ ਪ੍ਰੋਜੈਕਟ ਲਾਂਚ ਕੀਤਾ ਗਿਆ ਜੀ ਕਿਹੜੀ ਕੰਪਨੀ ਨੇ ਇਹ ਜਿਹੜਾ ਸਿਕਿਉਰ ਕਰ ਲਿਆ ਐਨ ਐਲ ਸੀ ਇੰਡੀਆ ਰਾਜਸਥਾਨ ਰਾਜ्‍य ਵਿਧੂਤ ਉਤਪਤ ਨਿਗਮ ਲਿਮਟਿਡ ਮਿਨਿਸਟਰੀ ਆਫ ਕੋਲ ਨਵਰਤਨਾ ਸੈਂਟਰਲ ਪਬਲਿਕ ਸੈਕਟਰ ਅੰਟਰਪ੍ਰਾਈਜ਼ਸ ਆਹ ਦੇਖੀ ਮੈਂ ਲਿਖਤਾ ਤਾਂ ਤਿੰਨੇ ਹੀ ਆਪਸ਼ਨ ਨੇ ਲਓ ਮੇਰੇ ਵੀਰੋ ਆਨਸਰ ਲਾ ਦਿਓ ਜੀ ਦਾ ਆਨਸਰ ਇਜ਼ ਏ ਏ ਇਸ ਦਾ கரੈਕਟ ਆਪਸ਼ਨ ਬੱਚਿਓ ਐਨਐਲਸੀ ਇੰਡੀਆ ਨੇ ਕੀਤਾ ਹੈ ਅੱਛਾ ਤੁਹਾਡੇ ਲਈ ਕੁਐਸਚਨ ਪੁੱਛ ਰਿਹਾ ਮੈਂ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਲਾਂਟ ਲੱਗ ਰਿਹਾ ਹੈ ਕਿਹੜੀ ਕੰਟਰੀ ਦੇ ਵਿੱਚ ਕਾਨਫਰੰਸ ਆਫ ਪਾਰਟੀ 28 ਦੇ ਵਿੱਚ ਇਹ ਗੱਲ ਅਨਾਉਂਸ ਕੀਤੀ ਗਈ ਹੈ ਕਿਹੜੀ ਕੰਟਰੀ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਸੋਲਰ ਪਾਰਕ ਬਣ ਰਿਹਾ ਹੈ ਦੱਸੋ ਬਈ ਇੰਡੀਆ ਨੇ ਹੈਗਾ लवली ਦਾ ਆਨਸਰ ਇਸ UAE United Arab Emirates is the correct option lo ji agla question aa gaya lo ji kon kar reha hai lead ek initiative nu jida naam hai Digital India Act acha eh act banaya ditta gaya eh act ban gaya eh tenu leke kon aaya si Digital India Act kyunki digital bahut zyada badh reha hai bache digitality ਡਿਜੀਟਲ ਇੰਡੀਆ ਦੇ ਵਿੱਚ ਜਿਹੜੀ ਸਭ ਤੋਂ ਮੇਨ ਦਿੱਕਤ ਆ ਸਾਈਬਰ ਕਰਾਈਮਸ ਦੀ ਇਸ ਕਰਕੇ ਐਕਟ ਪਾਸ ਕੀਤਾ ਗਿਆ ਤੇ ਕਿਹੜੀ ਮਿਨਿਸਟਰੀ ਨੇ ਇਹ ਲਾਂਚ ਕੀਤਾ ਹੋਊਗਾ ਤੁਸੀਂ ਆਪੇ ਸੋਚ ਕੇ ਦੱਸ ਸਕਦੇ ਦੇਖ ਸਕਦੇ ਹੋ ਵੀ ਕਿਹੜੀ ਮਿਨਿਸਟਰੀ ਇਨਵੋਲਵ ਹੋ ਸਕਦੀ ਹੈ ਦੱਸੋ ਬਈ ਮਾਈਟੀ ਇਜ਼ ਦਾ ਕਰੈਕਟ ਆਪਸ਼ਨ ਵਾਹ ਕੀ ਬਾਤ ਹੈ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਇਨਫੋਰਮੇਸ਼ਨ ਟੈਕਨੋਲੋਜੀ ਵਾਲੇ ਨੇ ਲਾਂਚ ਕੀਤਾ ਸੀਗਾ ਡਿਜੀਟਲ ਇੰਡੀਆ ਐਕਟ ਲੋ ਜੀ ਅਗਲਾ ਕੁਐਸਚਨ ਬੱਚੇ ਟਾਈਫੂਨ ਇੱਕ ਆਇਆ ਜਿਹਦਾ ਨਾਮ ਹੈ ਕੋਇਨੂ ਇਹ ਨੇ ਬੱਚੇ ਫਲੱਡ ਲਿਆ ਤੇ ਕਿੱਥੇ ਜਪਾਨ ਚ ਫਿਲੀਪੀਨਸ ਚ ਹਾਂਗਕਾਂਗ ਜਾਂ ਫਿਰ ਥਾਈਲੈਂਡ ਦੱਸੋ ਬਈ ਕੀ ਨਾਮ ਹੈ ਦਾ ਟਾਈਫੂਨ ਕੋਇਨੂ ਜਪਾਨ ਚ ਆਇਆ ਫਿਲੀਪੀਨਸ ਚ ਆਇਆ ਹਾਂਗਕਾਂਗ ਚ ਆਇਆ ਜਾਂ ਫਿਰ ਥਾਈਲੈਂਡ ਚ ਆਇਆ ਜਪਾਨ ਹਾਂਗਕਾਂਗ ਪਵਨਮਾਨ ਕਹਿੰਦੀ ਹੈ ਹਾਂਗਕਾਂਗ ਮੁਸਕਾਨ ਨਹੀਂ ਕਰਤਾ ਸਕਿਪ ਕੋਈ ਗੱਲ ਨਹੀਂ ਬੱਚਿਓ ਦਾ ਆਨਸਰ ਇਜ਼ ਹਾਂਗਕਾਂਗ ਹਾਂਗਕਾਂਗ ਦੇ ਵਿੱਚ ਇਹ ਤਬਾਹੀ ਮਚਾਈ ਹੈ ਬੱਚੇ ਇਸ ਟਾਈਫੂਨ ਨੇ ਯਾਦ ਰੱਖਣਾ ਹੈ ਜੀ ਅੱਛਾ ਆਸਟ੍ਰੇਲੀਆ ਦੇ ਵਿੱਚ ਮੈਂ ਤੁਹਾਨੂੰ ਅੱਜ ਸਵੇਰੇ ਕਰਵਾਇਆ ਵੀ ਆਇਆ ਹੋਇਆ ਕਿਹੜਾ ਨਾਮ ਆਉਦਾ ਆਸਟ੍ਰੇਲੀਆ ਦੇ ਵਿੱਚ ਜਿਹੜਾ ਆਇਆ ਸੀ ਸਵੇਰੇ ਕਰਵਾਇਆ ਸੀ 9am ਕਲਾਸ ਦੇ ਵਿੱਚ ਵਾਟ ਇਜ਼ ਦਾ ਨੇਮ ਆਫ दैट ਟ੍ਰੋਪੀਕਲ ਸਾਈਕਲਨ ਦੱਸੋ ਬਈ ਵਾਹ ਵਿਲੀ ਵਿਲੀ ਅਦਰਵਾਈਜ਼ ਕਹਿੰਦੇ ਨੇ लवली ਨਾਮ ਉਹਦਾ ਜਿਹੜਾ ਆਇਆ ਹੈ that is jasper ਕੀ ਬਾਤ ਹੈ that is jasper jasper ਜਿਹੜਾ ਹੈ ਆਇਆ ਹੈ ਆਪਣਾ ਤੇ ਕੋਈ ਨਾ ਕਿੱਥੇ ਆਇਆ ਕੋਈ ਨੂੰ ਕਿੱਥੇ ਹੈ ਹਾਂਗਕਾਂਗ ਚ ਆਇਆ ਇਸ ਗੱਲ ਨੂੰ ਤੁਸੀਂ ਯਾਦ ਰੱਖੋਗੇ ਅਗਲਾ ਕੁਐਸਚਨ ਲੋ ਜੀ ਬੱਚਿਓ Indian Ocean Rim Association ਇਹਦੀ ਚੇਅਰਮੈਨਸ਼ਿਪ ਹੁਣ ਕਿਹੜੀ ਕੰਟਰੀ ਕੋਲੇ ਚਲੀ ਗਈ ਹੈ ਕਿਹੜੀ ਕੰਟਰੀ ਕੋਲੇ ਚੇਅਰਮੈਨਸ਼ਿਪ ਚਲੀ ਗਈ ਹੈ ਅਗਲੇ 2 ਸਾਲਾਂ ਵਾਸਤੇ 23 ਤੋਂ 25 ਤੱਕ ਕਿਹੜੀ ਕੰਟਰੀ ਕੋਲੇ ਚਲੀ ਗਈ ਹੈ ਇਹਦੀ ਚੇਅਰਮੈਨਸ਼ਿਪ Indian Ocean Rim Association ਦੀ ਸ਼ਾਬਾਸ਼ ਸਤਿ ਸ਼੍ਰੀ ਅਕਾਲ नेहा ਬਦਮ ਜੀ ਤੁਸੀਂ ਲੇਟ ਆਉਣੇ ਹੋ ਯਾਰ ਹਨਾ ਵਾਈ ਥਿਸ ਇਜ਼ ਸੋ ਮੈਨ ਚੱਕ ਦੋ ਫੱਟੇ ਨੱਪ ਦੋ ਕਿੱਲੀ ਸੁਭਾ ਜਨੰਦਰ ਦੇ ਸ਼ਾਮ ਨੂੰ ਦਿੱਲੀ ਤੇ ਆਨਸਰ ਕਹਿੰਦੇ ਨੇ ਬੰਗਲਾਦੇਸ਼ ਦੇਖਦੇ ਆ ਭਈ ਬੰਗਲਾਦੇਸ਼ ਹੈ ਕਿ ਨਹੀਂ ਪਰ ਨਹੀਂ ਬੰਗਲਾਦੇਸ਼ ਨਹੀਂ ਹੈਗਾ ਤਾਂ ਆਨਸਰ ਸ਼੍ਰੀਲੰਕਾ ਬੰਗਲਾਦੇਸ਼ ਕੋਲੇ ਹੁਣ ਤੱਕ ਸੀ ਬੰਗਲਾਦੇਸ਼ ਕੋਲੇ ਹੁਣ ਤੱਕ ਸੀ ਤੇ ਉਹਨਾਂ ਨੇ ਹੁਣ ਗਾਂਹ ਸ਼੍ਰੀਲੰਕਾ ਨੂੰ ਦੇ ਦਿੱਤੀ ਹੈ ਬੱਚਿਓ ਸੋ ਡੀ ਇਸ ਦਾ ਕਰੈਕਟ ਆਪਸ਼ਨ ਇੰਡੀਅਨ ਓਸ਼ਨ ਰਿੰਮ ਐਸੋਸੀਏਸ਼ਨ ਦੇ ਹੁਣ ਜਿਹੜੀ ਚੇਅਰਮੈਨ ਹੈ ਉਹ ਕੌਣ ਬਣ ਗਏ ਨੇ ਆਪਣੇ ਸ਼੍ਰੀਲੰਕਾ ਵਾਲੇ 23 ਤੋਂ ਲੈ ਕੇ 25 ਤੱਕ 23 ਤੋਂ ਲੈ ਕੇ 25 ਤੱਕ ਹੁਣ ਇਹਨਾਂ ਕੋਲੇ ਰਹੂਗੀ ਚੇਅਰਮੈਨਸ਼ਿਪ ਅਗਲਾ ਕੁਐਸਚਨ ਇਹਨੂੰ ਮਾਰੋ ਗੋਲ ਤੁਸੀਂ ਇਹ ਵਧੀਆ ਕੁਐਸਚਨ ਹੀ ਹੈਗਾ ਅਗਲਾ ਕੁਐਸਚਨ ਆਉਣ ਦੇ ਆ ਜਬਰਦਸਤ ਕੁਐਸਚਨ ਹੈ ਬੱਚੇ ਕਿਹੜੀ ਰੀਵਰ ਸੈਪਰੇਟ ਕਰਦੀ ਹੈ ਬੰਗਲਾਦੇਸ਼ ਨੂੰ ਇੰਡੀਆ ਨਾਲੋਂ ਤੇ ਮੇਜਰ ਵਾਟਰਵੇਅ ਹੈ ਜੀ ਇਹ ਨੈਸ਼ਨਲ ਵਾਟਰਵੇ ਨੰਬਰ 1 ਵੀ ਇੱਥੇ ਚੱਲਦਾ ਹੈ ਤੇ ਇਸ ਰੀਵਰ ਦਾ ਨਾਮ ਕੀ ਹੈ ਗੰਗਾ ਬ੍ਰਹਮਪੁੱਤਰ ਯਮੁਨਾ ਜਾਂ ਫਰੇਤੀਸਤਾ ਜੇ ਮੈਂ ਤੁਹਾਨੂੰ ਇੱਕ ਹਿੰਟ ਦੇ ਦਵਾਂ ਇਹ ਉਹ ਰੀਵਰ ਹੈ ਜਿਹਨੂੰ ਬੰਗਲਾਦੇਸ਼ ਦੇ ਵਿੱਚ ਕਹਿੰਦੇ ਨੇ ਪਦਮਾ ਸੋ ਵਾਟ ਇਜ਼ ਦਾ ਆਨਸਰ ਕੀ ਬਾਤ ਹੈ ਜੀ ਕੀ ਬਾਤ ਹੈ ਬ੍ਰਹਮਪੁੱਤਰ ਨਹੀਂ ਹੈਗੀ ਮੇਰੇ ਮੇਰੇ ਪਿਆਰੇ ਵਿਦਿਆਰਥੀ ਬ੍ਰਹਮਪੁੱਤਰ ਨਹੀਂ ਹੈ अच्छा 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 ओके ओके ठीक है नहीं अब तुम ओके डन जी सो गंगा इज द करेक्ट ऑप्शन सो गंगा ही है जेडी की इंडिया ते बांग्लादेश दा ਬਣਾਉਂਦੀ ਆ ਬਾਰਡਰ ਮੇਰੇ ਪਿਆਰੇ ਵਿਦਿਆਰਥੀਓ ਅਗਲਾ ਕੁਐਸਚਨ ਕਿਹੜਾ ਇਹ ਜਾ ਬੱਚੇ ਫਾਈਟਰ ਜੈਟ ਹੈ ਇੰਡੀਆ ਦਾ ਜਿਹਨੂੰ ਅਸੀਂ ਫਰਾਂਸ ਤੋਂ ਲੈਣਾ ਆਪਣੇ 에ਅਰਕ੍ਰਾਫਟ ਕੈਰੀਅਰ ਵਾਸਤੇ ਅਗਨਸ ਵਿਕਰਾਂਤ ਸਾਡੇ ਕੋਲ ਦੋ 에ਅਰਕ੍ਰਾਫਟ ਕੈਰੀਅਰ ਨੇ ਇੱਕ ਵਿਕਰਾਂਤ ਹੈ ਇੱਕ ਕਿਹੜਾ ਸੀਗਾ ਵਿਸ਼ਖਾਪਟਨਮ ਕਿਹੜਾ ਫਾਈਟਰ ਜੈਟ ਲੈ ਰਹੇ ਆਂ ਸੀ ਫਰਾਂਸ ਤੋਂ ਇਹ ਤਾਂ ਸਿੰਪਲ ਕੁਐਸਚਨ ਹੈ ਸੁਖੋਈ ਕਿੱਥੋਂ ਹੈ ਸੁਖੋਈ ਰਸ਼ੀ ਵਾਲਿਆਂ ਦਾ ਯਾਰ ਮੁਸਕਾਨ ਰੋਮਨ ਸੁਖੋਈ ਰਸ਼ੀ ਵਾਲਿਆਂ ਦਾ ਹੈ ਜਦ ਫਰਾਂਸ ਤੋਂ ਹੀ ਲੈ ਲਿਆ ਯਾਰ ਜਦ ਜਦ ਫਰਾਂਸ ਤੋਂ ਹੀ ਲੈ ਲਿਆ ਫੇਰ ਆ ਵਿਕਰਮ ਦਿਤੀ ਹਾਰੀ ਠੀਕ ਹੈ ਜੀ ਮੈਂ ਦੱਸਦਾ ਆਨਸਰ ਇਹਦਾ ਰਫਾਲ ਐਮ ਫਾਈਟਰ ਹੈ ਰਫਾਲ ਮੈਰੀਟਾਈਮ ਫਾਈਟਰ ਰਫਾਲ ਅਦਰਵਾਈਜ਼ ਵੀ ਅਸੀਂ ਫਰਾਂਸ ਤੋਂ ਹੀ ਲੱਤਾ ਸੀਗਾ ਤੇ ਉਹਦਾ ਜਿਹੜਾ ਮੈਰੀਟਾਈਮ ਵਰਜਨ ਹੈ ਯਾਨੀ ਕਿ ਨੇਵੀ ਵਾਲਾ ਵਰਜ਼ਨ ਹੈ ਉਹ ਐਸੀ ਲੈ ਕੇ ਆਵਾਂਗੇ ਤਾਂ ਕਿ ਅਸੀਂ ਆਪਣੇ 에ਅਰਕ੍ਰਾਫਟ ਕੈਰੀਅਰਸ ਵਾਸਤੇ ਯੂਜ਼ ਕਰੀਏ ਸਾਡੇ ਕੋਲ ਦੋ ਹੀ ਨੇ ਆਈਐਨਐਸ ਵਿਕਰਾਂਤ ਹੈ ਜੀ ਇੱਕ ਤੇ ਇੱਕ ਹੈਗਾ ਸਾਡਾ ਆਈਐਨਐਸ ਵਿਕਰਮ ਅਦਿੱਤਿਆ ਵਿਕਰਮ ਅਦਿੱਤਿਆ ਦੋ ਸਾਡੇ ਕੋਲ 에ਅਰਕ੍ਰਾਫਟ ਕੈਰੀਅਰ ਨੇ ਯਾਦ ਰੱਖ ਲਿਓ ਇਸ ਗੱਲ ਨੂੰ ਠੀਕ ਹੈ ਜੀ ਦੋ 에ਅਰਕ੍ਰਾਫਟ ਕੈਰੀਅਰ ਨੇ ਸ਼ਾਬਾਸ਼ ਬੱਚੇ ਸਾਡੇ ਕੋਲ ਦੋ ਹੀ ਨਿਊਕਲੀਅਰ ਪਾਵਰਡ ਸਬਮਰੀਨ ਨੇ ਕਿਹੜੇ ਨੇ ਪੰਡੂਬੀਆਂ ਜਿਹੜੀਆਂ ਨਿਊਕਲੀਅਰ ਪਾਵਰਡ ਨੇ ਦੋ ਨੇ ਸਾਡੇ ਕੋਲ ਯਾਦ ਹੈ ਕਿਸ ਨੂੰ 9ym கரنٹ افਇਰ ਸੈਸ਼ਨ ਦੇ ਵਿੱਚ ਕੰਪਲੀਟ ਕੀਤਾ ਸੀ ਜਦੋਂ ਰਸ਼ੀਆ ਵਾਲੇ ਲਾਂਚ ਕੀਤਾ ਸੀ ਤੁਹਾਨੂੰ ਮਦਦ ਕਰਵਾਇਆ ਸੀ ਵੀ ਦੋ ਸਾਡੇ ਕੋਲ ਨੇ ਦੋ ਨਿਊਕਲੀਅਰ ਪਾਵਰਡ ਸਬਮਰੀ ਪੰਡੂਬੀਆਂ ਜਿਹੜੀ ਨਿਊਕਲੀਅਰ ਪਾਵਰ ਦੀ ਸ਼ਕਤੀ ਨਾਲ ਚੱਲਦੀਆਂ ਨੇ ਨਾਮ ਕੀ ਹੈ ਕੀ ਬਾਤ ਹੈ ਜੀ ਹਾਂ ਅਰੀਘਾਤ ਤੇ ਅਰੀਹੰਤ ਠੀਕ ਹੈ ਜੀ ਅਰੀਹੰਤ ਤੇ ਅਰੀਘਾਤ ਨਿਊਕਲੀਅਰ ਪਾਵਰ ਸਬਮਰੀਜ਼ ਨੇ ਸਾਡੀਆਂ ਯਾਦ ਰੱਖ ਲਿਓ ਜੀ ਚੱਲ ਮੇਰੇ ਵੀਰੇ ਅਗਲੇ ਕੁਐਸਚਨ ਤੇ ਆਜਾ ਥੈਂਕ ਯੂ ਗੁੱਡੂ ਗੁੱਡੂ ਪੰਡੇ ਜੀ ਆਇਆ ਕਰੋ ਤੁਸੀਂ ਅੱਜ ਤੁਸੀਂ 9am ਸੈਸ਼ਨ ਹੀ ਲਾਇਆ ਜਿਹਨੇ 9am ਪੜੇ ਹੋਏ ਨਾ ਸੈਸ਼ਨ ਉਹਨਾਂ ਬਾਅਦ ਸੇ ਤਾਂ ਇਹ ਵਰਦਾਨ ਹੀ ਨੇ ਸੈਸ਼ਨ ਅਗਲਾ ਕੁਐਸਚਨ ਕ੍ਰਿਸ ਗੇਲ ਦਾ ਰਿਕਾਰਡ ਓਹੋ ਚਲ ਦੱਸ ਦਿੰਨਾ ਹੈ ਕ੍ਰਿਸ ਗੇਲ ਦਾ ਰਿਕਾਰਡ ਤੋੜਤਾ ਜੀ ਸਾਡੇ ਹਿੱਟਮੈਨ ਰੋਹਿਤ ਸ਼ਰਮਾ ਨੇ ਯੈਸ ਕਰਾਤੀ ਆ ਜੀ 555 ਛੱਕੇ ਲਾਤੇ ਨੇ ਕ੍ਰਿਸ ਗੇਲ ਦਾ 553 ਛੱਕਿਆਂ ਦਾ ਰਿਕਾਰਡ ਸੀਗਾ ਤੋੜਤਾ ਤੇ ਨਾਲ ਇੱਕ ਹੋਰ ਅਪਡੇਟ ਦੇ ਦਵਾਂ ਹਿੱਟਮੈਨ ਮੁੰਬਈ ਇੰਡੀਅਨ ਦਾ ਜਿਹੜਾ ਕਪਤਾਨ ਹੈ ਹੁਣ ਨਹੀਂ ਰਿਹਾ ਮੁੰਬਈ ਇੰਡੀਅਨ ਦਾ ਕਪਤਾਨ ਬਣ ਚੁੱਕਿਆ ਸਾਡਾ ਪਾਂਡਿਆ ਹਾਰਦਿਕ ਪਾਂਡਿਆ ਹਾਰਦਿਕ ਪਾਂਡਿਆ ਜੀ ਬਣ ਚੁੱਕੇ ਨੇ ਮੁੰਬਈ ਇੰਡੀਅਨਸ ਦੇ ਪ੍ਰਧਾਨ ਇਹਦੇ ਹੁਣ ਕਪਤਾਨ ਬਣ ਚੁੱਕੇ ਨੇ ਗੁਜਰਾਤ ਟਾਈਟਨਸ ਦੇ ਕਿਹਨੂੰ ਨਿਯੁਕਤ ਕੀਤਾ ਗਿਆ ਸ਼ੁਭਮਨ ਗਿਲਨੂੰ ਸ਼ੁਭਮਨ ਤੇ ਗਿਲ ਸ਼ੁਮਨ ਗੇਲ ਜੀ ਅਦਰਵਾਈਜ਼ ਐਮਬੈਸਡਰ ਵੀ ਨੇ ਟਾਟਾ ਕੈਪੀਟਲ ਦੇ ਇਹ ਵੀ ਮੈਂ ਤੁਹਾਨੂੰ ਕੁਐਸ਼ਨ ਕਰਵਾਇਆ ਸੀ ਉਸ ਤੋਂ ਇਲਾਵਾ ਆਪਣਾ ਕੋਲਕਾਤਾ ਨਾਈਟ ਰਾਈਡਰਸ ਦਾ ਜਿਹੜਾ ਕਪਤਾਨ ਨਿਯੁਕਤ ਕੀਤਾ ਗਿਆ ਥੈਟ ਇਜ਼ ਸ਼੍ਰੇਸ਼ ਅਈਅਰ ਸ਼੍ਰੇਸ਼ ਆ ਯਾਰ ਇਹ ਵੀ ਤੁਸੀਂ ਯਾਦ ਰੱਖ ਲੋਗੇ ਨਾਲ ਦੀ ਨਾਲ ਇਹ ਜੰਮੀ ਰੀਸੈਂਟ ਵਾਲੀਆਂ ਖਬਰਾਂ ਨੇ ਵਿੱਚ ਜਿਹੜੀਆਂ ਮੈਂ ਤੁਹਾਨੂੰ ਕਵਰ ਕਰਵਾ ਰਿਹਾ ਹਾਂ 올 ਰਾਈਟ ਚਲੋ ਜੀ ਆਜ ਵੀ ਅੱਗੇ ਅਗਲਾ ਕੁਐਸਚਨ ਆ ਗਿਆ ਜੀ ਕੀ ਆਪਾਂ ਆ ਬਹੁਤ ਸੋਣਾ ਕੁਐਸਚਨ ਹੈ ਜੀ ਇਹ ਕਹਿੰਦਾ ਜੀ ਉਸ ਆਪਰੇਸ਼ਨ ਦਾ ਨਾਮ ਦੱਸੋ ਜਿਹੜਾ ਇੰਡੀਆ ਨੇ ਚਲਾਇਆ ਸੀ ਤਾਂ ਕਿ ਸਾਡੇ ਇੰਡੀਅਨ ਸਿਟੀਜ਼ਨਸ ਨੂੰ ਇਜ਼ਰਾਈਲ ਦੇ ਵਿੱਚੋਂ ਕੱਢਿਆ ਜਾ ਸਕੇ ਇੱਥੇ ਰਿਵੀਜ਼ਨ ਹੋ ਗਈ ਹੁਣ ਤੁਹਾਡੀ ਵਧੀਆ ਰਿਵੀਜ਼ਨ ਕਰਾਉਂਗਾ ਤੁਹਾਡੀ ਹੁਣ ਮੈਂ ਨਾਮ ਕੀਆ ਉਸ ਆਪਰੇਸ਼ਨ ਦਾ ਜਿਸ ਆਪਰੇਸ਼ਨ ਦੇ ਵਿੱਚ ਅਸੀਂ ਸਿਟੀਜ਼ਨਸ ਨੂੰ ਕੱਢਣਾ ਜੀ ਇਜ਼ਰਾਈਲ ਦੇ ਵਿੱਚੋਂ ਤੇ ਨਾਮ ਹੈ ਉਸ ਦਾ ਗੁਰਸੰਗਮ ਯਾਰ ਇਹਦੇ ਬਾਰੇ ਹੁਣ ਪਤਾ ਨਹੀਂ ਆ ਦੇਖ ਲਾ ਹੁਣ ਕੀ ਆ ਬਾਤ ਹੈ ਜੀ ਬਹੁਤ ਵਧੀਆ ਜੀ ਦਾ ਅਨਸਰ ਇਸ ਆਪਰੇਸ਼ਨ ਅਜੀ ਆਪਰੇਸ਼ਨ ਅਜੀ ਹੁਣ ਦੁਬਾਰਾ ਚੱਲੂਗਾ 2022 ਤੋਂ ਯੂਕਰੇਨ ਦੇ ਵਿੱਚ ਕਿਹੜਾ ਮਿਸ਼ਨ ਚਲਾਈ ਸੀ ਯੂਕਰੇਨ ਦੇ ਵਿੱਚ ਜਦੋਂ ਲੜਾਈ ਛੜੀ ਹੈ ਉਹਦੇ ਵਿੱਚ ਅਸੀਂ ਬੰਦੇ ਲੈ ਕੇ ਜਾਣੇ ਸੀ ਵਾਪਸ ਉਥੋਂ ਤਾਂ ਉਸ ਆਪਰੇਸ਼ਨ ਦਾ ਨਾਮ ਕੀ ਸੀ ਗੰਗਾ ਬੀਨੂ ਸ਼ਰਮਾ ਮਹੀਪ ਚਲੋ ਸਿੱਧਾ ਹੀ ਦੱਸ ਦਿੰਦਾ ਫਿਰ ਟਾਈਮ ਵੇਸਟ ਨਹੀਂ ਹੋਊਗਾ ਬੱਚਿਓ ਚੱਕ ਮੈਂ ਤੁਹਾਡੇ ਲਈ ਲੈ ਕੇ ਆਇਆ ਲਿਖ ਲਿਆ ਸੀ ਮੈਂ ਤੁਹਾਡੇ ਵਾਸਤੇ ਆਪਰੇਸ਼ਨ ਗੰਗਾ ਚਲਾਇਆ ਸੀ ਅਸੀਂ ਯੂਕਰੇਨ ਦੇ ਵਿੱਚ ਆਪਰੇਸ਼ਨ ਕਾਵੇਰੀ ਚਲਾਇਆ ਸੀ ਅਸੀਂ ਸੁਡਾਨ ਦੇ ਵਿੱਚ ਤੇ अदरवाइज ऑपरेशन करुणा ਚਲਾਇਆ ਸੀ ਜਦੋਂ ਮੌਕਾ ਆਇਆ ਸੀ ਸਾਈਕਲੋਨ ਆਇਆ ਸੀ ਤੇ ਮਾਇਨਮਾਰਚ ਤਬਾਹੀ ਮਚਾਈ ਸੀ ਤੋਂ ਆਹ ਤਿੰਨ ਚਾਰ ਯਾਦ ਰੱਖੋਗੇ ਗੰਗਾ ਯੂਕਰੇਨ ਕਾਵੇਰੀ ਸੁਡਾਨ ਕਰुणा ਮਾਇਨਮਾਰ ਤੇ ਅਜੇ ਇਜ਼ਰਾਈਲ ਇਹ ਆਪਰੇਸ਼ਨ ਚਲਾਏ ਨੇ ਰੀਸੈਂਟ ਟਾਈਮ ਦੇ ਵਿੱਚ ਇਹਦੇ ਵਿੱਚ ਕੁਐਸਚਨ ਬਣਦੇ ਚਾਂਸਸ ਬਹੁਤ ਨੇ ਬਹੁਤ ਨੇ ਹਾਂ ਭਗਵਾਨ ਜੀ ਤੁਹਾਨੂੰ ਕਹਿੰਦਾ 2 ਵਜੇ ਤੱਕ ਕੰਮ ਹੋ ਜਾਵੇ ਠੀਕ ਆ ਆਈ ਵਿਲ ਟ੍ਰਾਈ ਮਾਈ ਬੈਸਟ ਵੀ 2 ਵਜੇ ਤੱਕ ਕੰਮ ਹੋ ਜਾਵੇ ਮੈਨੂੰ ਵੀ ਯਾਦ ਆ ਗਈ ਉਹਦੀ ਵੀਡੀਓ ਉਕੀ ਨਵਾਂ ਮੁੰਡਾ ਬੜਾ ਮਸ਼ਹੂਰ ਹੋ ਰਿਹਾ ਉਹ ਕੀ ਕਹਿੰਦੇ ਨੇ ਉਹਨੂੰ ਉਹਦੇ ਬੜੀਆਂ ਵੀਡੀਓਂ ਜਿਹਾ ਪਾਉਂਦਾ ਉਹਨੇ ਬੜੀ ਕੀਤੀ ਸੀ ਹੈ ਨਾ ਆ 4 ਵਜੇ ਤੱਕ ਕੰਮ ਹੋ ਜਾਵੇ ਪਹਿਲਾ ਬਟਨ ਸਾਡਾ ਹੈ ਦੂਜਾ ਬਟਨ ਉਹਨਾਂ ਦਾ ਇਹ ਜਾ ਕੁਝ ਕਹਿੰਦਾ ਸੀ ਨਾ ਚਲੋ ਮੇਰੇ ਵੀਰੇ ਆਜੋ ਵੀ ਆਜੋ ਅਗਲਾ ਕੁਐਸਚਨ ਆ ਗਿਆ ਕਹਿੰਦਾ ਹਾਈਡਨਬਰਗ ਰਿਸਰਚ ਦੇ ਵਿੱਚ ਅਦਾਨੀ ਗਰੁੱਪ ਉੱਤੇ ਕੀ ਲਾਲਚ ਨੇ ਲਗਾਈ ਗਈ ਸੀ ਬਿਨਰ ਟੈਕਸ ਅਵੇਜਨ ਕੀਤੀ ਹੈ ਕਿ ਉਹਨਾਂ ਨੇ ਸਟਾਕ ਮੈਨੀਪੂਲੇਸ਼ਨ ਕੀਤੀ ਹੈ ਕੀਤਾ ਕੀ ਹੈ ਉਹਨਾਂ ਨੇ ਸਟਾਕ ਮੈਨੀਪੂਲੇਸ਼ਨ ਵੈਰੀ ਗੁੱਡ ਜੀ ਸਟਾਕ ਮੈਨੀਪੂਲੇਸ਼ਨ ਕੀਤੀ ਸੀ ਇਹ ਇਹ ਇਲਜ਼ਾਮ ਲੱਗੇ ਸੀ ਦਾਨੀ ਗਰੁੱਪ ਦੇ ਪਰ ਇਹਦੀ ਜਿਹੜੀ ਮੈਂ ਤੁਹਾਨੂੰ ਬਿਲਕੁਲ ਹੀ ਅਪਡੇਟ ਦੱਸ ਦੇਣਾ ਤੈਨੂੰ ਯੂ ਐਸ اے ਨੇ ਯੂਨਾਈਟਿਡ ਸਟੇਟਸ ਆਫ ਅਮਰੀਕਾ ਨੇ ਹਾਈਡਨਬਰਗ ਦੀ ਜਿਹੜੀ ਆ ਰਿਪੋਰਟ ਸੀ ਇਹਨੂੰ ਕੈਨਸਲ ਕਰਤਾ ਖਾਰਜ ਕਰਤਾ ਉਹ ਕਹਿੰਦੇ ਐਵੇਂ ਹੀ ਕਰਤਾ ਇਹਨਾਂ ਨੇ ਇਦਾਂ ਦਾ ਦਾਨੀ ਵਾਲਿਆਂ ਨੇ ਕੁਝ ਵੀ ਨਹੀਂ ਕੀਤਾ ਯੂਐਸਏ ਦੀ ਸਰਕਾਰ ਨੇ ਇਹ ਜਿਹੜੀ ਹੈ ਕੰਮ ਕੀਤਾ ਹਾਈਡਨਬਰਗ ਰਿਸਰਚ ਨੂੰ ਪੂਰਾ ਹੀ ਨਲ ਐਂਡ ਵਾਇਡ ਕਰਾ ਦਿੱਤਾ ਬਿਲਕੁਲ ਲੇਟੈਸਟ ਅਪਡੇਟ ਦੇ ਰਿਹਾ ਤੁਹਾਨੂੰ ਮੈਂ ਹਾਂ ਗਲਤ ਕਰਾਰ ਦਿੱਤਾ ਵੈਰੀ ਗੁੱਡ ਜੀ ਅਗਲਾ ਕੁਐਸਚਨ ਜੀ ਲਓ ਮੇਰੇ ਵੀਰੋ ਬੱਚੇ ਇੱਕ ਇਵੈਂਟ ਲਾਂਚ ਕੀਤਾ ਗਿਆ ਸੀਗਾ ਮੇਰਾ ਯੁਵਾ ਭਾਰਤ ਮਿਨਿਸਟਰੀ ਆਫ ਯੂਥ ਐਂਡ ਸਪੋਰਟਸ ਨੇ ਲਾਂਚ ਕੀਤਾ ਸੀਗਾ ਮੇਰਾ ਯੁਵਾ ਭਾਰਤ ਇਹਦੇ ਵਿੱਚ ਆਪਾਂ ਨੇ ਪ੍ਰਾਇਮਰੀ ਏਜ ਗਰੁੱਪ ਨੂੰ ਕਿਹਨੂੰ ਟਾਰਗੇਟ ਕਰਨਾ ਹੈ ਮੇਰਾ ਯੁਵਾ ਭਾਰਤ ਇਹਦੇ ਵਿੱਚ ਯੁਵਾ ਲੋਕਾਂ ਨੂੰ ਟ੍ਰੇਨ ਕੀਤਾ ਜਾਊਗਾ ਵੀ ਤੁਸੀਂ ਸਰਕਾਰ ਤੇ ਸਿਟੀਜ਼ਨਸ ਨਾਗਰਿਕਾਂ ਦੇ ਵਿੱਚ ਐਜ਼ ਅ ਬ੍ਰਿਜ ਦਾ ਕੰਮ ਕਰੋ ਸੋ ਕਿਹੜੇ ਏਜ ਗਰੁੱਪ ਨੂੰ ਟਾਰਗੇਟ ਕੀਤਾ ਜਾਣਾ ਹੈ ਮਾਈ ਯੁਵਾ ਭਾਰਤ ਦੇ ਵਿੱਚ ਥਿਸ ਇਜ਼ ਦਾ ਕੁਐਸਚਨ ਇਜ਼ ਦਾ ਕੀ ਬਾਤ ਹੈ ਕੀ ਬਾਤ ਹੈ ਬਹੁਤ ਵਧੀਆ ਜੀ ਸ਼ਾਬਾਸ਼ ਜੀ ਵੈਰੀ ਗੁੱਡ ਆਨਸਰ ਹੈ ਜੀ ਤੁਹਾਡਾ 15 ਤੋਂ 29 ਸਾਲਾਂ ਦੇ ਆਲੇ ਜਵਾਬ 15 ਤੋਂ 29 ਦੇ ਵਿੱਚ ਜਿਹੜੇ ਜਵਾਬ ਨੇ ਉਹਨਾਂ ਵਾਸਤੇ ਇਹ ਲਾਂਚ ਕੀਤਾ ਗਿਆ ਜੀ ਮੇਰਾ ਯੁਵਾ ਭਾਰਤ ਆਟੋਨਮਸ ਬਾਡੀ ਮੇਰਾ ਯੁਵਾ ਭਾਰਤ ਅੰਡਰ ਆਉਗਏ ਮਿਨਿਸਟਰੀ ਆਫ ਯੂਥ ਐਂਡ ਸਪੋਰਟਸ ਅਗਲਾ ਕੁਐਸਚਨ ਬੱਚੇ ਕਸ਼ਮੀਰ ਫਾਈਲਸ ਫਿਲਮ ਹੈ ਠੀਕ ਹੈ ਜੀ ਉਹਦਾ ਡਾਇਰੈਕਟਰ ਕੌਣ ਹੈ ਤੇ ਉਹਦੇ ਹੀ ਡਾਇਰੈਕਟਰ ਨੇ ਇੱਕ ਬੁੱਕ ਵੀ ਲਾਂਚ ਕੀਤੀ ਹੈ ਦ ਬੁੱਕ ਆਫ ਲਾਈਫ ਮਾਈ ਡਾਂਸ ਵਿਦ ਬੁੱਧਾ ਫॉर ਸਕਸੈਸ ਵਟ ਇਜ਼ ਦਾ ਨੇਮ ਆਫ ਦਾ ਡਾਇਰੈਕਟਰ ਔਫ ਕਸ਼ਮੀਰ ਫਾਈਲਸ ਜਿਹਨੂੰ 69th ਫਿਲਮ ਨੈਸ਼ਨਲ ਫਿਲਮ ਬੋਰਡ ਦੇ ਵਿੱਚ ਨਰਗਿਸ ਦੱਤ ਅਵਾਰਡ ਵੀ ਦਿੱਤਾ ਗਿਆ ਸੀ ਨਰਗਿਸ ਦਾ ਬੈਸਟ ਫੀਚਰ ਫਿਲਮ ਕੀ ਬਾਤ ਹੈ ਜੀ ਕੀ ਬਾਤ ਕੀ ਬਾਤ ਕੀ ਬਾਤ ਆਨਸਰ ਹੈ ਵਿਵੇਕ ਅਗਨੀ ਹੋਤਰੀ ਇਸ ਦਾ ਕਰੈਕਟ ਆਪਸ਼ਨ ਕਸ਼ਮੀਰ ਫਾਈਲਸ ਨੂੰ ਮਿਲਿਆ ਸੀ ਨਰਗਿਸ ਦੱਤ ਬੈਸਟ ਫੀਚਰ ਫਿਲਮ ਦਾ ਅਵਾਰਡ ਇਹ ਵੀ ਗੱਲ ਯਾਦ ਰੱਖ ਲਿਓ ਠੀਕ ਹੈ ਜੀ ਅਦਰਵਾਈਜ਼ ਬੈਸਟ ਫੀਚਰ ਫਿਲਮ ਕਿਨੂੰ ਮਿਲਿਆ ਸੀ ਬੈਸਟ ਫੀਚਰ ਫਿਲਮ ਜੇ ਕੱਲੀ ਬੈਸਟ ਫੀਚਰ ਫਿਲਮ ਦਾ ਅਵਾਰਡ ਦਿੱਤਾ ਜਾਵੇ ਤਾਂ ਉਹ ਦਿੱਤਾ ਗਿਆ ਸੀ ਆਪਣੇ ਰਾਕਟਰੀ ਦਾ ਨਾਮ ਵੀ ਇਫੈਕਟ ਰਾਕਟਰੀ ਦਾ ਨੰਬੀ ਇਫੈਕਟ ਠੀਕ ਹੈ ਜੀ ਇਹ ਗੱਲ ਵੀ ਯਾਦ ਰੱਖ ਲਿਓ ਨਰਗੀਸ ਦਾਤ ਜਿਹਨੂੰ ਦਿੱਤਾ ਸੀ ਕਸ਼ਮੀਰ ਫਾਈਲਸ ਨੂੰ ਫॉर ਨੈਸ਼ਨਲ ਇੰਟੀਗ੍ਰੇਸ਼ਨ ਇਹ ਵੀ ਯਾਦ ਰੱਖ ਲੈਣਾ ਆਰ ਮਾਧਵਨ ਇਹਦੇ ਵਿੱਚ ਐਕਟਰ ਸੀਗਾ ਕੀ ਬਾਤ ਹੈ ਜੀ ਬਹੁਤ ਵਧੀਆ 让我们 ਮੂਵ ਫਾਰਵਰਡ ਟੂ ਦ ਨੈਕਸਟ ਕਵੈਸਚਨ ਆਫ ਦਿ ਡੇ ਨੋਵਲ ਪੀਸ ਪ੍ਰਾਈਜ਼ ਦਿੱਤਾ ਨਰਗਿਸ ਕਿਊਰੀ ਨਹੀਂ ਨਰਗਿਸ ਮੁਹੰਮਦੀ ਅੱਗੇ ਅੱਗੇ ਆਜੋ ਜੀ ਹੋ 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 ਬੱਚੇ 62nd ਨੈਸ਼ਨਲ ਓਪਨ ਐਥਲੈਟਿਕ ਚੈਂਪੀਅਨਸ਼ਿਪ ਕਿੱਥੇ ਹੋਇਆ ਸੀ ਇਹ ਜ਼ਰੂਰੀ ਇਸ ਕਰਕੇ ਸੀ ਕਿਉਂਕਿ 100 ਮੀਟਰ ਦਾ ਨੈਸ਼ਨਲ ਰਿਕਾਰਡ ਇੱਥੇ ਟੁੱਟਿਆ ਸੀ ਇਸ ਕਰਕੇ ਮੈਂ ਕਵੈਸਚਨ ਪਾਇਆ ਮੈਂ ਚੱਲ ਆ ਉਹ ਵੀ ਤੁਹਾਨੂੰ ਨਾਲ ਹੀ ਕਰਾ ਦੂੰਗਾ ਕਿੱਥੇ ਹੋਇਆ ਸੀ ਇਹ ਕਹਿੰਦੇ ਜੀ ਉਹ ਏ ਸਿਟੀ ਹੈ ਜਿਹੜੀ ਸਿਲੀਕਨ ਵੈਲੀ ਆਫ ਇੰਡੀਆ ਹੈ ਜਿੱਥੇ ਇੰਡੀਆ ਦਾ ਪਹਿਲਾ 3D ਪ੍ਰਿੰਟਡ ਪੋਸਟ ਆਫਿਸ ਲੱਗਿਆ ਤੇ ਇੰਡੀਆ ਦਾ ਪਹਿਲਾ ਅੰਡਰਗਰਾਉਂਡ ਟਰਾਂਸਫਾਰਮਰ ਵੀ ਉੱਥੇ ਹੀ ਹੈ ਲਾ ਦਿਓ ਜੀ ਹੁਣ ਆਨਸਰ ਬੈਂਗਲੋਰੂ ਇਸ ਦਾ ਕਰੈਕਟ ਆਪਸ਼ਨ ਸੋ ਬੈਂਗਲੋਰੂ ਦੇ ਵਿੱਚ ਇਹ ਹੋਸਟ ਕੀਤਾ ਗਿਆ ਸੀ ਬੱਚਿਓ ਯਾਦ ਰੱਖ ਲਿਓ ਪਹਿਲੀ ਗੱਲ ਉਸ ਤੋਂ ਇਲਾਵਾ ਇੱਥੇ ਜਿਹੜਾ ਨੈਸ਼ਨਲ ਰਿਕਾਰਡ ਤੋੜਿਆ ਸੀ SSC ਤੋਂ ਬਿਲੋਂਗ ਕਰਦਾ ਮੁੰਡਾ 100 ਮੀਟਰ ਦਾ ਨੈਸ਼ਨਲ ਰਿਕਾਰਡ ਤੋੜਤਾ ਜੀ 10.33 ਕਿੰਟਾਂ ਦੇ ਵਿੱਚ ਨਾਮ ਯਾਦ ਰੱਖ ਲਿਓ ਮਨੀ ਕਾਂਤਾ ਹੋਬਲੀਦਰ ਮਨੀ ਕਾਂਤਾ ਹੋਬਲੀਦਾਰ ਸੀ ਬੱਚਿਓ ਜਿਨੇ 100 ਮੀਟਰ ਦਾ ਨੈਸ਼ਨਲ ਰਿਕਾਰਡ ਆਪਣੇ ਨਾਮ ਕੀਤਾ ਹੈ ਅਗਲਾ ਕੁਐਸਚਨ ਕਿਹੜਾ ਬੈਂਕ ਹੈ ਬੱਚੇ ਜਿਨੇ ਇੰਡੀਆ ਦਾ ਪਹਿਲਾ ਕ੍ਰੈਡਿਟ ਕਾਰਡ ਲਾਂਚ ਕੀਤਾ ਜਿਹਦੇ ਵਿੱਚ ਕੋਈ ਵੀ ਨੰਬਰ ਐਕਸਪਾਇਰੀ ਡੇਟ ਜਾਂ ਫਿਰ ਏਅਰਲੀ ਚਾਰਜ ਨਹੀਂ ਹੈਗੇ ਦੱਸੋ ਵੀ ਕਿਹੜਾ ਬੈਂਕ ਆ ਸ਼ਾਬਾਸ਼ ਐਕਸਸ ਸਭ ਕੁਝ ਕਹਿ ਰਹੇ ਨੇ ਬੱਚੇ ਸਭ ਕੁਝ ਹੀ ਕਹਿ ਰਹੇ ਨੇ ਪਰ ਆਨਸਰ ਹੈ ਬੱਚੇ ਤੁਹਾਡਾ ਐਕਸਿਸ ਬੈਂਕ ਐਕਸਿਸ ਬੈਂਕ ਨੇ ਬੱਚੇ ਪਾਰਟਨਰਸ਼ਿਪ ਕੀਤੀ ਸੀਗੀ ਇੱਕ ਉਹਦੇ ਨਾਲ ਆਰਗੇਨਾਈਜੇਸ਼ਨ ਦਾ ਜਿਹਦਾ ਨਾਮ ਹੈ 5 ਐਕਸਿਸ ਬੈਂਕ ਤੇ 5 ਨੇ ਪਾਰਟਨਰਸ਼ਿਪ ਕਰਕੇ ਇੰਡੀਆ ਦਾ ਪਹਿਲਾ ਨੰਬਰਲੈਸ ਕ੍ਰੈਡਿਟ ਕਾਰਡ ਲਾਂਚ ਕੀਤਾ ਹੈ ਯਾਦ ਰੱਖ ਲਓਗੇ ਤੁਸੀਂ ਯਾਦ ਰੱਖ ਲਿਓ ਇਹਨੂੰ ਕੀ ਬਾਤ ਹੈ ਜੀ ਅਗਲਾ ਕੁਐਸਚਨ ਇੰਟਰਨੈਸ਼ਨਲ ਡੇ ਫੋਰ ਡਿਜ਼ਾਸਟਰ ਰਿਸਕ ਰਿਡਕਸ਼ਨ ਇਹ ਕਦੋਂ ਮਨਾਇਆ ਜਾਂਦਾ ਹੈ ਡਿਜ਼ਾਸਟਰ ਰਿਸਕ ਰਿਡਕਸ਼ਨ ਆ ਇੰਟਰਨੈਸ਼ਨਲ ਡੇ ਕਿਹੜੇ ਦਿਨ ਨੂੰ ਮਨਾਇਆ ਜਾਂਦਾ ਹੈ 12 11 13 ਜਾਂ ਫਿਰ 10 10 ਤਾਂ ਹੋ ਨਹੀਂ ਸਕਦਾ ਕਿਉਂਕਿ 10 ਨੂੰ ਨੈਸ਼ਨਲ ਮੈਂਟਲ ਹੈਲਥ ਵਰਲਡ ਮੈਂਟਲ ਹੈਲਥ ਡੇ ਬਣਾਇਆ ਸੀ 13 ਕੁਐਸਚਨ ਮਾਰਕ ਸैम ਗਿਲ ਕਹਿੰਦਾ ਯੂ ਚੱਕ ਦਿੰਨੇ ਫੱਟੇ ਦੇਖ ਲੈਣੇ ਆ ਕੀ ਸੀਨ ਇਹਦਾ ਸੋ ਆਨਸਰ ਇਹਦਾ ਆਊਗਾ ਜੀ 12 ਪਹਿਲਾ ਟ੍ਰਾਂਜ਼ਿਟ ਕਾਰਡ ਐਸਬੀਆ ਨੇ ਲਾਂਚ ਕੀਤਾ ਵੈਰੀ ਗੁੱਡ ਪਵਨ ਆਨਸਰ ਇਹਦਾ ਆਊਗਾ ਮੇਰੇ ਪਿਆਰੇ ਵਿਦਿਆਰਥੀਓ ਦ ਅਨਸਰ ਇਜ਼ ਅਕਤੂਬਰ 13 ਅਕਤੂਬਰ 13 ਨੂੰ ਮਨਾਇਆ ਜਾਂਦਾ ਇੰਟਰਨੈਸ਼ਨਲ ਡੇ ਫਾਰ ਡਿਜ਼ਾਸਟਰ ਰਿਸਕ ਰਿਡਕਸ਼ਨ ਤੇ ਇਹਦਾ ਥੀਮ ਸੀਗਾ ਫਾਈਟਿੰਗ ਇਨ ਇਕੁਐਲਿਟੀ ਫਾਰ ਅ ਰੈਜ਼ੀਲिएंट ਫਿਊਚਰ ਅਗਲਾ ਕੁਐਸ਼ਨ ਪੀ 20 ਸਮਿਟ 2023 ਦੀ ਥੀਮ ਕੀ ਸੀ ਪਾਰਲੀਮੈਂਟਰੀ 20 ਪਾਰਲੀਮੈਂਟਰੀ 20 ਨਵਾਂ ਐਡੀਸ਼ਨ ਹੋਇਆ ਸੀਗਾ ਨਿਊ ਦਿੱਲੀ ਦੇ ਵਿੱਚ ਹੋਇਆ ਸੀਗਾ ਤੇ ਇਹਦੀ ਥੀਮ ਕੀ ਹੈ ਇਹ ਤੁਸੀਂ ਨੇ ਦੱਸਣਾ ਹੈ ਵਾਟ ਇਜ਼ ਦਾ ਥੀਮ ਆਫ ਥਿਸ ਪਾਰਲੀਮੈਂਟਰੀ 20 ਸਮਿਟ ਜਿਹੜੀ G20 ਵਾਲੀ ਸੀ ਸ਼ਾਬਾਸ਼ G20 ਵਾਲੀ ਪਾਰਲੀਮੈਂਟ ਫੋਰ 1 ਅਰਥ 1 ਫੈਮਿਲੀ 1 ਫਿਊਚਰ ਠੀਕ ਹੈ ਜੀ ਸੋ ਇਹ ਇਸ ਦਾ ਕਰੈਕਟ ਆਪਸ਼ਨ ਬੱਚਿਓ ਯਾਦ ਰੱਖ ਲਿਓ ਜੀ ਇਹ ਨਵੀਂ ਦਿੱਲੀ ਵਿੱਚ ਹੋਈ ਸੀ ਨੌਵਾਂ ਐਡੀਸ਼ਨ ਸੀ G20 ਦੇ ਅੰਡਰ ਹੀ ਹੋਈ ਸੀ ਯਾਦ ਰੱਖ ਲਿਓ ਜੀ ਅਗਲਾ ਕੁਐਸਚਨ 10ਵਾਂ ਵਾਈਬਰੈਂਟ ਪੰਜਾਬ ਵਾਈਬਰੈਂਟ ਗੁਜਰਾਤ ਸਮਿਟ ਹੋਈ ਹੈ ਠੀਕ ਹੈ ਜੀ ਹੋਈ ਹੈ ਜੀ ਮੰਨ ਲਿਆ ਜੀ 10 11 12 ਜਨਵਰੀ ਨੂੰ ਹੋਈ ਸੀ ਠੀਕ ਹੈ ਜੀ ਇਹਦਾ ਥੀਮ ਕੀ ਸੀ ਵਾਈਬਰੈਂਟ ਗੁਜਰਾਤ ਸਮਿਟ ਥੀਮ ਕੀ ਸੀ ਵਾਈਬਰੈਂਟ ਗੁਜਰਾਤ ਵੀ ਗੇਟਵੇ ਥਰੂ ਦਾ ਫਿਚਰ ਗੁਜਰਾਤ ਇਨਵੈਸਟਿੰਗ ਇਨ ਦਾ ਫਿਚਰ ਗੁਜਰਾਤ ਇੱਕ ਗਲੋਬਲ ਇਨਵੈਸਟੀਗੇਸ਼ਨ ਹਬ ਸੋ ਵਾਟ ਇਜ਼ ਦਾ ਥੀਮ ਦਾ ਆਨਸਰ ਇਜ਼ ਗੇਟਵੇ ਟੂ ਦਾ ਫਿਚਰ ਗੇਟਵੇ ਟੂ ਦਾ ਫਿਚਰ ਇਸ ਦਾ ਥੀਮ ਫੋਰ 10ਵੀਂ ਵਾਈਬਰੈਂਟ ਗੁਜਰਾਤ ਸਮਿਟ ਅਗਲਾ ਕੁਐਸਚਨ ਕਿਹੜੀ ਆਰਗੇਨਾਈਜੇਸ਼ਨ ਨੇ ਬੱਚੇ ਪ੍ਰਪੇਅਰ ਕੀਤਾ ਸੀ ਗਲੋਬਲ ਹੰਗਰ ਇੰਡੈਕਸ ਜਿਦੇ ਵਿੱਚ ਇੰਡੀਆ ਦਾ ਰੈਂਕ ਕਿੰਨਾ ਸੀ 111ਵਾਂ ਸ਼ਾਇਦ ਹੈ ਨਾ 126ਵਾਂ ਸੀ 126ਵਾਂ ਸੀ ਕਿੰਨਾ ਰੈਂਕ ਆਇਆ ਸੀ ਸੋਰੀ ਸੋਰੀ ਕੌਣ ਇਹਨੂੰ ਲਾਂਚ ਕਰਦਾ ਹੈ ਕਿਹੜੀ ਆਰਗੇਨਾਈਜੇਸ਼ਨ ਯੂਨੀਸੇਫ World Health Organization Concern Worldwide Welt World Hunger Welfare FAO UNESCO Red Cross Oxfam 111ਵਾਂ ਕਿ 126ਵਾਂ ਚਲੋ ਲੈਟਸ ਸੀ ਦੇਖਦੇ 111ਵਾਂ ਹੀ ਸੀ ਮੇਰੇ ਸਾਹਮਣੇ 111ਵਾਂ ਹੀ ਸੀ ਹਾਂ ਠੀਕ ਹੈ ਠੀਕ ਹੈ ਕੋਈ ਨਹੀਂ ਕੋਈ ਕੋਈ ਨਹੀਂ ਸੋ ਇਹਦਾ ਜਿਹੜਾ ਆਨਸਰ ਹੈ ਬੱਚੇ ਉਹ ਲਾਓ ਪਹਿਲਾਂ ਇਹ ਤਾਂ ਆਪਾਂ ਕਰਵਾ ਦਾਂਗੇ ਕੋਈ ਇੰਟੈਂਸ਼ਨ ਨਹੀਂ ਇਹਦੀ ਸੋ ਇਹਦਾ ਜਿਹੜਾ ਆਨਸਰ ਹੈ ਬੱਚਿਓ ਐਨ ਜੀਓ ਬਣਾਉਂਦੀ ਹੈ ਜੀ ਇਹ ਕਨਸਰਨ ਵਰਲਡਵਾਈਡ ਤੇ ਹੈਲਥ ਵੈਲਟ ਹੰਗਰ ਹਿਲਫੇ ਦੋਨਾਂ ਨੇ ਮਿਲ ਕੇ ਇਹ ਲਾਂਚ ਕੀਤਾ ਸੀਗਾ ਗਲੋਬਲ ਹੰਗਰ ਇੰਡੈਕਸ ਜਿਹਦੇ ਵਿੱਚ ਇੰਡੀਆ ਦੀ ਰੈਂਕ ਬੱਚੇ ਚਾਰ ਪਲੇਸਿਸ ਹੋਰ ਪਿੱਛੇ ਹੋ ਗਈ ਸੀ ਤੇ 111ਵਾਂ ਰੈਂਕ ਆਇਆ ਸੀ ਇੰਡੀਆ ਦਾ 111ਵਾਂ ਤੇ ਪਹਿਲੀ ਕੰਟਰੀ ਕਿਹੜੀ ਸੀ ਬੈਲਾਰੂਸ ਦੂਜੀ ਬੋਸਨੀਆ ਐਂਡ ਹਰਜ਼ੇਗੋਵਾ ਤੀਜੀ ਚਿਲੀ ਤੇ ਚੌਥਾ ਹੈਗਾ ਚਾਈਨਾ ਤੇ ਪੰਜਵਾਂ ਹੈਗਾ ਕਰੋਸ਼ੀਆ ਸੋ ਪੰਜਵਾਂ ਆਪਣਾ ਜਿਹੜਾ ਪੋਜੀਸ਼ਨ ਸੀਗੀ 111ਵਾਂ ਸੀ ਪਿਛਲੇ ਸਾਲ ਆਪਾਂ ਇਹਦੇ ਵਿੱਚ 107ਵਾਂ ਰੈਂਕ ਸੀ ਉਦੋਂ ਪਿੱਛੇ ਹੋਰ ਹੋ ਗਿਆ ਆਪਾਂ ਗਲੋਬਲ ਹੰਗਰ ਇੰਡੈਕਸ ਦੇ ਵਿੱਚ ਠੀਕ ਹੈ ਜੀ ਚਲੋ ਜੀ ਸ਼ਾਂਤੀ ਤੇ ਖੁਸ਼ੀ ਵਾਲਾ ਸੀ ਬਿਲਕੁਲ ਜੀ ਮਿਸਟਰ ਪੁੱਲਰ ਪ੍ਰੈਸ ਫਰੀडम ਇੰਡੈਕਸ ਦੇ ਵਿੱਚ ਵੀ 126ਵਾਂ ਸੀ ਰਿਪੋਰਟਰਸ ਵਿਦਾਊਟ ਬਾਰਡਰਸ ਜੀ ਨੂੰ ਲਾਂਚ ਕਰਦੀ ਹੈ ਪ੍ਰੈਸ ਫਰੀडम ਇੰਡੈਕਸ ਨੂੰ ਵੈਰੀ ਗੁੱਡ ਸ਼ਾਬਾਸ਼ ਲੋ ਜੀ ਆਜੋ ਮੇਰੇ ਪਿਆਰੇ ਵਿਦਿਆਰਥੀਓ 让我们 ਮੂਵ ਫਾਰਵਰਡ ਟੂ ਦ ਨੈਕਸਟ ਕੁਐਸਚਨ ਆਫ ਦ ਡੇ ਕਹਿੰਦਾ ਜੀ ਉਸ ਟ੍ਰੀਟੀ ਦਾ ਨਾਮ ਦੱਸ ਦਿਓ ਗਲੋਬਲ ਉਹ ਟ ਜਿਹੜੀ ਡਿਜ਼ਾਈਨ ਕੀਤੀ ਗਈ ਹੈ ਤਾਂ ਕਿ ਸਸਟੇਨੇਬਿਲਟੀ ਯੂਟिलाइज ਕੀਤਾ ਜਾ ਸਕੇ ਵੈਟਲੈਂਡਸ ਆਫ ਇੰਟਰਨੈਸ਼ਨਲ ਇੰਪੋਰਟੈਂਸ ਇੰਟਰਨੈਸ਼ਨਲ ਇੰਪੋਰਟੈਂਸ ਵਾਲੇ ਵੈਟਲੈਂਡਸ ਨੂੰ ਯੂਟिलाइज ਕੀਤਾ ਜਾ ਸਕੇ ਇਸ ਕਰਕੇ ਗਲੋਬਲ ਟ੍ਰੀਟੀ ਦਾ ਨਾਮ ਦੱਸ ਦਿਓ 1972 ਦੇ ਵਿੱਚ ਉਹ ਟ੍ਰੀਟੀ ਸਾਈਨ ਕੀਤੀ ਗਈ ਹੈ ਜੀ ਦਾ ਨੇਮ ਇਸ RAMSAR CONVENTION ਕੀ ਆਪਾਂ ਹੈ ਜੀ ਦਾ RAMSAR CONVENTION 1971 ਦੇ ਵਿੱਚ ਇਹਨੂੰ ਸਾਈਨ ਕੀਤਾ ਗਿਆ ਸੀ 1972 ਦੇ ਵਿੱਚ ਈਰਾਨ ਦੀ ਇਹ ਸਿਟੀ ਹੈ ਜੀ RAMSAR ਤੇ ਉਥੇ ਇਹ ਸਟਰੀਟੀ ਸਾਈਨ ਕੀਤੀ ਗਈ ਸੀ ਤਾਂ ਕਿ ਵੈਟਲੈਂਡਸ ਦੀ ਕੀਤੀ ਜਾ ਸਕੇ ਵਧੀਆ ਤਰੀਕੇ ਨਾਲ ਯੂਸ ਉਹਨੂੰ ਕੀਤਾ ਜਾ ਸਕੇ ਯੂਟਿਲਾਈਜ਼ ਕੀਤਾ ਜਾ ਸਕੇ ਅਗਲਾ ਕੁਐਸਚਨ ਕਹਿੰਦਾ ਜੀ ਉਹ ਕਿਹੜਾ ਰਾਜ ਹੈ ਜਿਨੇ ਡਾਲਫਿਨ ਨੂੰ ਡਿਕਲੇਅਰ ਕੀਤਾ ਸਟੇਟ ਅਕੁਆਟਿਕ ਐਨੀਮਲ ਕਿਹੜੀ ਡਾਲਫਿਨ ਮੈਂ ਇੱਥੇ ਲਿਖ ਦੇਣਾ ਸਪੈਸੀਫਾਈ ਕਰ ਦੇਣਾ ਗੰਜਾਟਿਕ ਡਾਲਫਿਨ ਗੰਜਾਟਿਕ ਕਿਉਂਕਿ ਕਹਿ ਗਿਆ ਇੰਡਸ ਡਾਲਫਿਨ गंजेटिक डॉल्फिन किन्ना ने केहा स्टेट क्वार्टर एनिमल ਸਾਡਾ ਜੀ ਹੁਣ ਅਜ ਤੋਂ ਬਾਅਦ ਕੀ ਆ ਬਾਤ ਹੈ ਜੀ ਕੀ ਆ ਬਾਤ ਯੂਪੀ ਇਸ ਦਾ ਕਰੈਕਟ ਆਪਸ਼ਨ ਪ੍ਰਕਾਸ਼ ਸਿੰਘ ਬਾਦਲੂਰੇ ਆਗੇ ਨੇ ਫਾਰਮਰ ਸੀਐਮ ਨਹੀਂ ਸੀਐਮ ਤਾਂ ਕਦੇ ਬਣੇ ਨਹੀਂ ਤੁਸੀਂ ਯਾਰ ਡਿਪਟੀ ਸੀਐਮ ਸੀ ਉਹ ਵੀ ਫਾਰਮਰ ਲਾਓ ਤੁਸੀਂ ਪਿੱਛੇ ਸੋ ਬੱਚੇ ਅ ਯੂਪੀ ਵਾਲਿਆਂ ਨੇ ਡਿਕਲੇਅਰ ਕੀਤੀ ਹੈ ਇਹ ਗੰਜੈਟਿਕ ਡੋल्फिन ਤੇ ਇੰਡਸ ਡੋल्फिन ਕਿੰਨਾ ਦੀ ਹੈ ਪੰਜਾਬ ਦੀ ਅੱਛਾ ਪੰਜਾਬ ਤੋਂ ਯਾਦ ਆਇਆ ਇੱਕ ਆਪਣੀ ਰਿਵਰ ਹੈ ਜਿਹਦਾ ਨਾਮ ਹੈ ਸਤਲੁਜ ਜਿਹਨੂੰ ਅਸੀਂ ਕਹਿੰਦੇ ਆ ਬੈਕਬੋਨ ਆਫ ਪੰਜਾਬ ਸਤਲੁਜ ਰਿਵਰ ਦੇ ਵਿੱਚ ਮਿਲਿਆ ਸੀ ਟੈਂਟਲਮ ਪਹਿਲੀ ਵਾਰ ਹੀ ਮਿਲੇ ਕਰ ਰੇਅਰ ਅਰਥ ਐਲੀਮੈਂਟ ਟੈਂਟਲਮ ਤੇ ਇਹਨੂੰ ਕਿਹੜੀ ਆਈਆਈਟੀ ਨੇ ਲੱਭਿਆ ਕਿਹੜੀ ਆਈਆਈਟੀ ਵਾਲਿਆਂ ਨੇ ਇਹਨੂੰ ਫਾਈਂਡ ਆਊਟ ਕੀਤਾ ਥਿਸ ਇਜ਼ ਦਾ ਕੁਐਸਚਨ ਫॉर ਯੂ ਗਾਈਸ ਲਾਓ ਮੇਰੇ ਵੀਰੋ ਓਹੋਹੋ ਕੀ ਬਾਤ ਹੈ ਜੀ ਕੀ ਬਾਤ ਹੈ ਜੀ ਆਈਆਈਟੀ ਰੋਪੜ ਆਈਆਈਟੀ ਰੋਪੜ ਇਸ ਦਾ ਕਰੈਕਟ ਆਪਸ਼ਨ ਲੈ ਵੀ ਇੱਕ ਮੁੰਡੇ ਨੇ ਮੈਨੂੰ ਯਾਦ ਕਰਵਾਤਾ ਮੁੰਡਾ ਕੁੜੀ ਮੈਨੂੰ ਨਹੀਂ ਪਤਾ ਇੱਕ ਬੱਚੇ ਇੱਕ ਹੋਰ ਫਿਸ਼ ਸੀ ਜਿਹਨੂੰ ਸਟੇਟ ਐਕੁਐਟਿਕ ਐਨੀਮਲ ਦਾ ਨਾਮ ਦਰਜਾ ਦਿੱਤਾ ਗਿਆ ਗੋਲੂ ਫਿਸ਼ ਗੋਲਾ ਸੀ ਕੀ ਗੋਲੂ ਸੀ ਗੋਲਾ ਹੀ ਸੀ ਤੇ ਉਹ ਕਿਹੜੀ ਸਟੇਟ ਨੇ ਕਿਹਾ ਸੀ ਵੀ ਇਹ ਸਾਡੀ ਹੁਣ ਸਟੇਟ ਐਕੁਐਟਿਕ ਐਨੀਮਲ ਹੈ ਗੋਲਾ ਹੀ ਸੀ ਹੈ ਘੋਲ ਘੋਲ ਹਾਂ ਘੋਲ ਸੀ ਘੋਲ ਫਿਸ਼ ਸੀ ਇਹ ਕਿਹੜੀ ਸਟੇਟ ਨੇ ਕਿਹਾ ਵੀ ਇਹ ਸਾਡਾ ਸਟੇਟ ਐਕੁਐਟਿਕ ਐਨੀਮਲ ਹੈ ਦਾ ਨੇਮ ਇਜ਼ ਗੁੱਜੂ ਵੈਰੀ ਗੁੱਡ ਗੁਜਰਾਤ ਇਸ ਦਾ ਕਰੈਕਟ ਆਪਸ਼ਨ ਗੁਜਰਾਤ ਵਾਲਿਆਂ ਨੇ ਕਿਹਾ ਸੀ ਵੀ ਇਹ ਸਾਡਾ ਕੀ ਹੈ ਜੀ ਸਟੇਟ ਐਕੁਆਟਿਕ ਐਨੀਮਲ ਹੈ ਯਾਦ ਰੱਖ ਲਿਓ ਹਨਾ ਜੀ ਦੋ ਆਪਣੇ ਹੋ ਗਏ ਇੰਡਸ ਡਾਲਫਿਨ ਸੌਰੀ ਗੰਜੇਟਿਕ ਡਾਲਫਿਨ ਯੂਪ ਗੋਲ ਫਿਸ਼ ਗੁਜਰਾਤ ਦੀ ਯਾਦ ਰੱਖਣੀ ਹੈ ਇਸ ਗੱਲ ਨੂੰ ਲੋ ਵੀਰਿਓ ਅਗਲੇ ਕੁਐਸ਼ਨ ਤੇ ਆਜੋ ਜਿਹੜੇ ਵੀ ਨਵੇਂ ਬੱਚੇ ਆ ਚੁੱਕੇ ਨੇ ਨਾਲ ਦੀ ਨਾਲ ਸੈਸ਼ਨ ਨੂੰ ਲਾਈਕ ਜ਼ਰੂਰ ਕਰੋ ਮੇਰੇ ਵੀਰਿਓ ਅਗਲਾ ਕੁਐਸ਼ਨ ਇਹ ਹੁਣ ਇੱਥੇ ਕਮ ਹੋ ਗਿਆ ਜੀ ਫਾਸਟੈਸਟ ਮੈਨ ਮੇਡ ਆਬਜੈਕਟ ਕਿਹੜਾ ਬਣ ਚੁੱਕਿਆ ਨਿਊ ਹੋਰਾਈਜ਼ਨ ਪਾਰਕਰ ਸੋਲਰ ਪ੍ਰੋ ਵੇਜਰ ਯਾ ਫਾ ਪਾਇਨੀਰ ਦਾ ਆਨਸਰ ਇਸ ਮੈਂ ਲਿਖ ਦੇਣਾ ਹੈ ਪਾਰਕਰ ਸੋਲਰ ਪ੍ਰੋ ਇਹਨੇ ਬੱਚੋ ਰੀਸੈਂਟਲੀ ਨਾ ਇੰਨੀ ਜ਼ਿਆਦਾ ਸਪੀਡ ਅਚੀਵ ਕਰ ਲਈ ਆ 6,25,000 ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਇਹਨੇ ਅਚੀਵ ਕਰ ਲਈ ਹੈ ਪਾਰਕਰ ਸੋਲਰ ਪ੍ਰੋ 2018 ਦੇ ਵਿੱਚ ਛੱਡਿਆ ਗਿਆ ਸੀਗਾ ਟੂ ਸਟੱਡੀ ਸਨ ਨਾਸਾ ਦਾ ਇਹ ਮਿਸ਼ਨ ਹੈ ਜੀ ਇਹ ਸਨ ਨੂੰ ਸਟੱਡੀ ਕਰਨ ਵਾਸਤੇ ਸਨ ਦੀ ਕਰੋਨਾ ਲੇਅਰ ਨੂੰ ਕਰਨ ਵਾਸਤੇ ਇਹਨੂੰ ਛੱਡਿਆ ਗਿਆ ਹੋਇਆ ਤੇ ਇਹ ਸੂਰਜ ਦੇ ਦਿਵਾਲੇ ਗੇੜੇ ਲਾ ਰਿਹਾ 6 ਲੱਖ ਕਿਲੋਮੀਟਰ ਪ੍ਰਤੀ ਘੰਟੇ ਦੀ ਸਪੀਡ ਚੱਲ ਰਹੀ ਹੈ ਦੀ ਠੀਕ ਹੈ ਜੀ ਸਭ ਤੋਂ ਤੇਜ਼ ਆਬਜੈਕਟ ਬਣ ਗਿਆ ਜੀ 635000 ਅਗਲਾ ਕੁਐਸਚਨ ਉਹ ਕਿਹੜੀ ਕੰਪਨੀਆਂ ਨੇ ਜਿਹਨੂੰ ਰੀਸੈਂਟਲੀ ਦਿੱਤਾ ਗਿਆ ਜੀ ਨਵਰਤਨਾ ਸਟੇਟਸ ਤੇ 15ਵੀਂ ਤੇ 16ਵੀਂ ਕੰਪਨੀਆਂ ਬਣਗੀਆਂ ਨੇ ਉਹ ਨਵਰਤਨਾ ਸਟੇਟਸ ਵਾਲੀਆਂ ਵਟ ਇਜ਼ ਦਾ ਨੇਮ ਆਫ 댓 ਕੰਪਨੀਆਂ ਇਸ ਸਰਕਾਰੀ ਕੰਪਨੀਆਂ ਨੂੰ ਦਿੱਤਾ ਜਾਂਦਾ ਬੱਚੇ ਸਭ ਤੋਂ ਥੱਲੇ ਹੁੰਦਾ ਜੀ ਮਿਨੀ ਰਤਨਾ ਫਿਰ ਨਵਰਤਨਾ ਫਿਰ ਮਹਾਰਤਨਾ हां मिस्टर पुलर इंडस डॉल्फिन पंजाब दी है गंगेटिक डॉल्फिन यूपी दी है घोल फिश गुजरात दी है इंडस डॉल्फिन ਸਾਡੀ ਹੈ ਪੰਜਾਬ ਦੀ ਸੋ ਵਟ ਇਜ਼ ਦਾ ਲੋ ਜੀ ਵਿੱਚ ਬਹੁਤ ਵਧੀਆ ਦਾ ਆਨਸਰ ਇਸ ਇਰਕਾਨ ਇੰਟਰਨੈਸ਼ਨਲ ਤੇ ਰਾਈਟਸ ਇਰਕਾਨ 15ਵੀਂ ਨਵਰਤਨਾ ਬਣ ਗਈ ਰਾਈਟਸ ਬਣ ਗਈ 16ਵੀਂ ਅੱਛਾ 13ਵੀਂ ਸਾਡੀ 13 ਨੇ ਸਾਡੀਆਂ ਮਹਾਰਤਨਾ ਕੰਪਨੀਆਂ 13ਵੀਂ ਮਹਾਰਤਨਾ ਕੰਪਨੀ ਕਿਹੜੀ ਰੀਸੈਂਟਲੀ ਡਿਕਲੇਅਰ ਕੀਤੀ ਗਈ ਸੀ 13ਵੀਂ ਮਹਾਰਤਨਾ ਕੰਪਨੀ ਕਿਹੜੀ ਹੈ

54th ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਦੇ ਵਿੱਚ ਜਿਹੜਾ ਕੀ ਹੋਇਆ ਸੀ ਗੋਆ ਦੇ ਵਿੱਚ ਸੱਤੇਜੀ ਤਰੇ ਲਾਈਫਟਾਈਮ ਅਚੀਵਮੈਂਟ ਅਵਾਰਡ ਕਿਹਨੂੰ ਦਿੱਤਾ ਗਿਆ ਜੀ ਥਿਸ ਇਸ ਦਾ ਕੁਐਸਚਨ ਫਾਰ ਯੂ ਗਾਇਸ ਫੁਟੇਜ ਇਕ ਸਮਾਰੋ ਕਰ ਦਿਓ ਜੀ ਦਾ ਆਨਸਰ ਇਸ ਇੰਨੀ ਵਾਰੀ ਯਾਦ ਕਰਵਾਇਆ ਹੈ ਨਾ ਦਾ ਆਨਸਰ ਇਸ ਬੱਚੇ ਮਾਈਕਲ ਡਗਲਸ ਮਾਈਕਲ ਡਗਲਸ ਹੈ ਜੀ ਇਹਦਾ ਨਾਮ ਚਰੰਜਮਾ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਫ ਇੰਡੀਆ ਕਰ ਲਿਆ ਜੀ ਇਹਦੇ ਵਿੱਚ ਇਹਨੇ ਸੱਤੇ ਜੀ ਦੇ ਲਾਈਫਟਾਈਮ ਅਚੀਵਮੈਂਟ ਅਵਾਰਡ ਆਪਣੇ ਨਾਮ ਕਰ ਲਿਆ ਜੀ ਐਕਟਰ ਤੇ ਡਾਇਰੈਕਟਰ ਹੈ ਪ੍ਰੋਡਿਊਸਰ ਸੌਰੀ ਅਗਲਾ ਕੁਐਸਚਨ ਲੌਰਸ ਦਾ ਐਮਬੈਸਡਰ ਕਿਹਨੂੰ ਨਿਯੁਕਤ ਕੀਤਾ ਗਿਆ ਲੌਰਸ ਇੱਕ ਸਪੋਰਟ ਬ੍ਰਾਂਡ ਹੈ ਰੀਸੈਂਟਲੀ ਉਹਨੇ ਕਿਨੂੰ ਬਣਾਇਆ ਆਪਣਾ ਬ੍ਰਾਂਡ ਐਮਬੈਸਡਰ ਇਹ ਉਹੀ ਹੈ ਜਿਹਦੇ ਨਾਮ ਉੱਤੇ ਇੱਕ ਨੈਸ਼ਨਲ ਡੇ ਵੀ ਮਨਾ ਰਹੇ ਅਸੀਂ ਅਗਸਤ 7 ਨੂੰ ਦੱਸੋ ਬਈ ਸ਼ਾਬਾਸ਼ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਸੈਸ਼ਨ ਨੂੰ ਲਾਈਕ ਕਰੋ ਯਾਰ ਵੈਰੀ ਗੁੱਡ ਦਾ ਆਨਸਰ ਇਜ਼ ਨੀਰਜ ਚੋਪੜਾ ਨੀਰਜ ਚੋਪੜਾ ਇਸ ਦਾ ਕਰੈਕਟ ਆਪਸ਼ਨ ਜੀ ਜਿਹੜਾ ਲੋਰਸ ਦਾ ਬਣ ਚੁੱਕਿਆ ਬ੍ਰਾਂਡ ਐਮਬੈਸਡਰ ਯਾਦ ਰੱਖ ਲਿਓ ਜੀ ਇਹਨੂੰ ਈਵਨ ਕਿ ਇਹਨੂੰ ਵਰਲਡ ਐਥਲੀਟ ਆਫ ਦਿイヤー ਅਵਾਰਡ ਦੇ ਵਿੱਚ ਨੋਮੀਨੇਟ ਵੀ ਕੀਤਾ ਗਿਆ ਹੈ ਅਗਲਾ ਕੁਐਸਚਨ ਉਹ ਕਿਹੜੀ ਕੰਪਨੀ ਹੈ ਜਿਹਨੂੰ ਰੀਸੈਂਟਲੀ ਅਕਵਾਇਰ ਕਰ ਲਿਆ 69 ਬਿਲੀਅਨ ਡਾਲਰ ਦੀ ਡੀਲ ਹੋਈ ਹੈ ਜੀ ਐਕਟਿਵਿਜ਼ਨ ਬਲਿਜ਼ਰਡ ਵੱਲੋਂ एक्टिविजन विजर वालों के अक्वायर किया गया जी अंडर दिस डील नाइन बिलियन डॉलर माइक्रोसॉफ्ट एप्पल एमेजॉन या फिर गूगल लसो बादल ठीक <laughs> <laughs> है जी ठीक है जी ठीक है सो so, बच्चों ਮਸਵਾਰਗਤ ਬੋਲ ਰਹੇ ਹਾਂ ਸਭ ਤੋਂ ਪਹਿਲਾਂ ਲਾਈਕ ਹਾਂ ਉਹ ਪਾਈ ਪਹਿਲਾਂ ਮੈਂ ਲਾਈਕ ਕਰਦੇ ਬਾਈ ਮਾਦਲ ਸਾਹਿਬ ਪਹਿਲਾਂ ਲਾਈਕ ਕਰਦੇ ਹੋ ਜੀ ਤੁਸੀਂ ਇੱਕ ਲਾਈਕ ਕਰੋਗੇ ਮੈਨੂੰ ਲੱਗਦਾ ਜਿਆਦਾ ਹੋ ਜਾਣਗੇ ਲਾਈਕ ਹਨ ਸੋ Amazon ਦੇਖਦੇ ਆ ਕਿ ਨਹੀਂ ਆ ਬੱਚੇ ਇਹਦਾ ਆਨਸਰ ਦਾ ਆਨਸਰ ਇਜ਼ Microsoft Microsoft ਤੇ Activision Blizzard ਦੀ ਸੀ ਬੱਚੇ ਦੁਨੀਆ ਸਭ ਤੋਂ ਵੱਡੀ ਡੀਲ ਹੋਈ ਹੈ 69 ਮਿਲੀਅਨ ਡਾਲਰ ਦੀ ਅਕਵਾਇਰ ਕਰ ਲਿਆ ਜੀ ਇਹ Activision Blizzard Activision Blizzard ਬੱਚੇ ਗੇਮਾਂ ਬਣਾਉਂਦੀ ਹੈ Microsoft ਨੇ ਲੈਣ ਅਕਵਾਇਰ ਕਰ ਲਿਆ ਜੀ ਠੀਕ ਹੈ ਜੀ ਯਾਦ ਰੱਖ ਲਿਓ Microsoft ਦਾ CEO ਕੌਣ ਹੈ ਸਤਿਆ ਨਡੇਲਾ ਸਤਿਆ ਨਡੇਲਾ ਯਾਦ ਰੱਖ ਲਿਓ ਅਗਲਾ ਕੁਐਸਚਨ ਕਿਹਨੂੰ ਨਾਮਿਨੇਟ ਕੀਤਾ ਗਿਆ ਵਰਲਡ ਐਥਲੀਟ ਆਫ ਦਾ ইয়ার অ্যাওয়ার্ড নাম ਹੈਗਾ ਜੀ ਮੀਰਤ ਚੋਪੜਾ ਚੱਲ ਮੇਰੇ ਵੀਰ ਅੱਗੇ ਚੱਲ ਇਹ ਤਾਂ ਹੋ ਗਿਆ ਕਿਹੜੀ ਆਰਗੇਨਾਈਜੇਸ਼ਨ ਆ ਬੱਚੇ ਜਿਹਨੇ ਕਲੈਬੋਰੇਟ ਕੀਤਾ ਇੰਡੀਅਨ ਆਰਮੀ ਨਾਲ ਤਾਂਕਿ ਸਿਆਚਨ ਗਲੇਸ਼ੀਅਰ ਦੇ ਵਿੱਚ ਸਭ ਤੋਂ ਪਹਿਲਾਂ ਮੋਬਾਈਲ ਟਾਵਰ ਲੱਗ ਸਕੇ ਸਭ ਤੋਂ ਪਹਿਲਾਂ ਮੋਬਾਈਲ ਟਾਵਰ ਸਿਆਚਨ ਗਲੇਸ਼ੀਅਰ ਦੇ ਵਿੱਚ ਕਿਹਨੇ ਲਾਇਆ ਦਿਸ ਇਜ਼ ਦਾ ਕੁਐਸਚਨ ਫॉर ਯੂ ਗਾਈਸ ਕੀ ਆ ਬਾਤ ਹੈ ਬਹੁਤ ਵਧੀਆ ਜੀ ਆਨਸਰ ਹੈ ਜੀ ਬੀਐਸਐਨਐਲ ਵੈਰੀ ਗੁੱਡ ਜੀ ਭਾਰਤ ਸੰਚਾਰ ਨਿਗਮ ਲਿਮਟਿਡ ਆਲਿਆ ਨੇ ਇਹ ਕੰਮ ਕੀਤਾ ਹੈ ਦੁਨੀਆ ਦੀ ਬਚੇ ਹਾਈਐਸਟ ਬੈਟਲਫੀਲਡ ਹੈ ਸਿਆਚਨ ਗਲੇਸ਼ੀਅਰ ਸਿਆਚਨ ਗਲੇਸ਼ੀਅਰ ਦੇ ਵਿੱਚ ਪਹਿਲੀ ਊਮਨ ਆਫੀਸਰ ਜਿਹਨੂੰ ਅਪਾਇੰਟ ਕੀਤਾ ਗਿਆ ਵਾਟ ਇਜ਼ ਦਾ ਨੇਮ ਆਫ ਥੈਟ ਲੇਡੀ ਫਰਸਟ ਊਮਨ ਆਫੀਸਰ ਜਿਹਨੂੰ ਅਪਾਇੰਟ ਕੀਤਾ ਗਿਆ ਜੀ ਤੁਹਾਡੇ ਸਿਆਚਨ ਗਲੇਸ਼ੀਅਰ ਦੇ ਵਿੱਚ ਨਾਮ ਕੀ ਉਹਨਾਂ ਦਾ ਸਾਰਾ ਕੁਝ ਰਿਵਾਈਜ਼ ਕਰਵਾ ਕੇ ਜਾਊਂਗਾ ਤੁਹਾਨੂੰ ਮੈਂ ਵੈਰੀ ਗੁੱਡ ਜੀ ਆਨਸਰ ਕੀਆ ਸ਼ਿਵਾ ਚੋਹਾਨ ਸ਼ਿਵਾ ਚੋਹਾਨ ਫਰਸਟ ਊਮਨ ਮੈਡੀਕਲ ਆਫੀਸਰ ਜਿਹਨੂੰ ਅਪਾਇੰਟ ਕੀਤਾ ਗਿਆ ਸੀ ਆਚਨ ਗਲੇਸ਼ੀਅਰ ਦੇ ਵਿੱਚ ਉਹਦਾ ਕੀ ਨਾਮ ਸੀ ਅਵਤਾਰ ਮੈਂ ਤੁਹਾਨੂੰ ਦੱਸ ਦਉ ਕਿ ਹੈ ਗੀਤਿਕਾ ਕਾਲ ਗੀਤਿਕਾ ਕਾਲ ਜੇ ਕੱਲਾ ਪੁੱਛਿਆ ਜਾਵੇ ਨਾ ਵੀ ਕੱਲੇ ਫਰਸਟ ਮੈਡੀਕਲ ਆਫੀਸਰ ਇੰਡੀਅਨ ਆਰਮੀ ਨੇ ਮੈਡੀਕਲ ਆਫੀਸਰ ਨੂੰ ਪਾਇੰਟ ਕੀਤਾ ਗੀਤਿਕਾ ਕਾਲ ਨੇ ਜੇ ਫਰਸਟ ਅਦਰਵਾਈਜ਼ ਆਫੀਸਰ ਪੁੱਛਿਆ ਜਾਵੇ ਤਾਂ ਸ਼ਿਵਾ ਚੋਹਾਨ ਜੀ ਦਾ ਨਾਮ ਆਊਗਾ ਯਾਦ ਰੱਖ ਲੈਣੋ ਠੀਕ ਹੈ ਜੀ ਹਾਂ ਕੀ ਬਾਤ ਹੈ ਜੀ ਇਹ ਥੋੜਾ ਜਿਹਾ ਡਿਫਰੈਂਸ ਯਾਦ ਰੱਖ ਲਿਓ ਕਿਉਂਕਿ ਤੁਹਾਡੇ ਨਾਲ ਗੇਮ ਇਹ ਪਾਸ ਸਕਦੇ ਨੇ ਉਹ ਠੀਕ ਹੈ ਜੀ ਚਲੋ ਜੀ ਆਜੋ ਜੀ ਅਗਲੇ ਕੁਐਸਚਨ ਤੇ ਚੱਲੀਏ ਬੱਚੇ ਊਮੈਨਸ ਏਸ਼ੀਅਨ ਚੈਂਪੀਅਨਸ਼ਿਪ ਟਰੋਫੀ ਇਹਦਾ ਮਾਸਕਟ ਕੀ ਸੀ ਜਿਹਦੇ ਵਿੱਚ ਇੰਡੀਆ ਜਿੱਤ ਗਈ ਸੀ ਜਾਪਾਨ ਨੂੰ ਅਸੀਂ ਹਰਾਤਾ ਸੀਗਾ ਵੈਨਿਊ ਕੀ ਸੀ ਇਹਦਾ ਵੈਨਿਊ ਸੀ ਝਾਰਖੰਡ ਉਹਦਾ ਮਾਸਕਟ ਕੀ ਸੀ ਸ਼ੁਭਾਂਕਰ ਝਾਰਖੰਡ ਲੋਈ ਕੀ ਆਪਾਂਤਾ ਜੀ ਜੂਹੀ ਬਿਲਕੁਲ ਜੀ ਜੂਹੀ ਇਸਦਾ கரੈਕਟ অপশন ਜਿਹੜਾ ਕਿ ਇੱਕ এলিਫੈਂਟ ਹੈ ਜੀ ਇਹ ਤੇ এলিਫੈਂਟ ਇਹ ਬਹੁਤ ਹੀ ਮਸ਼ਹੂਰ এলিਫੈਂਟ ਸੀ ਬੇਤਲਾ نیشنل پارک ਦਾ ਜਿਹੜਾ ਕਿ ਕਿੱਥੇ ਹੈ ਇਹ ਵੀ ਚਾਰਖੰਡ ਦੇ ਵਿੱਚ ਹੀ ਹੈ ਇਹ ਵੀ ਪੁਆਇੰਟ ਇੱਥੇ ਹੀ ਰਟ ਕੇ ਜਾਓਗੇ ਤੁਸੀਂ ਸ਼ਾਬਾਸ਼ ਅਗਲਾ ਕੁਐਸਚਨ ਇੰਟਰਨੈਸ਼ਨਲ 올림픽 ਕਮੇਟੀ ਨੇ ਕਿਹੜੀ ਕੰਟਰੀ ਦੀ 올림픽 ਕਮੇਟੀ ਨੂੰ ਜਮ ਹੀ ਰੀਸੈਂਟਲੀ ਕੀਤਾ ਹੈ ਸਸਪੈਂਡ ਰਸ਼ੀਆ ਇਜ਼ਰਾਈਲ ਚਾਈਨਾ ਅਫਗਾਨਿਸਤਾਨ ਕਿਹਨੂੰ ਸਸਪੈਂਡ ਕੀਤਾ ਗਿਆ ਜੀ ਇੰਟਰਨੈਸ਼ਨਲ 올림픽 ਕਮੇਟੀ ਦੇ ਵੱਲੋਂ ਰੀਸੈਂਟ ਟਾਈਮ ਦੇ ਵਿੱਚ ਕਿਆ ਬਾਤ ਹੈ ਜੀ ਦਾ ਆਨਸਰ ਇਜ਼ ਪੁਤਿਨ ਰਸ਼ੀਆ ਦੀ 올림픽 ਕਮੇਟੀ ਨੂੰ ਕੀਤਾ ਗਿਆ ਹੈ ਜੀ ਸਸਪੈਂਡ ਅਗਲਾ ਕੁਐਸਚਨ ਡਾਕਟਰ ਮਨਸੂਖ ਮੰਡਿਆਵਿਆ ਯੂਨੀਅਨ ਮਿਨਿਸਟਰ ਆਫ ਹੈਲਥ ਐਂਡ ਫੈਮਿਲੀ ਵੈਲਫੇਅਰ ਉਹਨਾਂ ਨੇ ਨਾਗਾ لینڈ ਦਾ ਪਹਿਲਾ ਮੈਡੀਕਲ ਕਾਲਜ ਖੋਲ੍ਹਿਆ ਜੀ ਕਿੱਥੇ ਸ਼ਿਲਾਂਗ ਚ ਜੋਵਾਏ ਮਾਇਰਾਂਗ ਜਾਂ ਫਿਰ ਕੋਹਿਮਾ ਦੱਸ ਦਿਓ ਫੱਟੇ ਚੱਕ ਦਿਓ ਦਾ ਆਨਸਰ ਇਜ਼ ਕੋਹਿਮਾ ਕਿਆ ਬਾਤ ਹੈ ਜੀ ਨਾਗਾ لینڈ ਦੀ ਕੈਪੀਟਲ ਕੋਹੀਮਾ ਇਸ ਦਾ ਕਰੈਕਟ ਆਪਸ਼ਨ ਬੱਚੇ ਜਿੱਥੇ ਖੋਲਿਆ ਗਿਆ ਜੀ ਨਾਗਾ لینڈ ਦਾ ਪਹਿਲਾ ਮੈਡੀਕਲ ਆਫੀਸਰ ਬਾਈ ਮੈਡੀਕਲ ਕਾਲਜ ਬਾਈ ਮਨਸੂਖ ਮੰਡਿਆਵਿਆ ਜੀ ਅਗਲਾ ਕੁਐਸਚਨ ਕਿਹਨੇ ਜਿੱਤਿਆ ਫਾਈਡ ਵਰਲਡ ਜੂਨੀਅਰ ਰੈਪਿਡ ਚੈਸ ਚੈਂਪੀਅਨਸ਼ਿਪ ਫਾਈਡ ਵਰਲਡ ਜੂਨੀਅਰ ਰੈਪਿਡ ਚੈਸ ਚੈਂਪੀਅਨਸ਼ਿਪ ਕਿਹਨੇ ਜਿੱਤਿਆ ਜੀ ਰੌਨਿਕ ਸੰਧਵਾਨੀ ਰੌਬਰਟ ਫਿਲੀਪੀਨ ਕੌਂਟੈਕਟ ਪੇਰੀਅਰ ਜਾਂ ਫਿਰ ਟੋਬੀਅਸ ਕੋਇਲੇ ਫੋਟੋ ਕੁੜੀ ਦਿਓ ਲੱਗੀ ਹੋਈ ਐ ਤੁਸੀਂ ਪੜ ਲਿਆ ਜੀ ਦਾ ਆਨਸਰ ਇਜ਼ ਰੌਨਕ ਸੰਧਵਾਨੀਆਂ ਰੌਨਕ ਸੰਧਵਾਨੀਆਂ ਇਸ ਦਾ ਕਰੈਕਟ ਆਪਸ਼ਨ ਜੀ ਨੇ ਜਿੱਤਿਆ ਜੀ ਇਹ ਫਾਈਡ ਜੂਨੀਅਰ ਰੈਪਿਡ ਚੈਮਪੀਅਨਸ਼ਿਪ ਜਿਹੜੀ ਹੋਈ ਸੀ ਇਟਲੀ ਦੇ ਵਿੱਚ ਹੁਣ ਮੈਂ ਤੁਹਾਡੇ ਤੋਂ ਕੁਐਸਚਨ ਪੁੱਛਣ ਜਾ ਰਿਹਾ ਜੀ ਯਾਦ ਮੈਨੂੰ ਕਰਾ ਦਿਓ ਦੇਖਦੇ ਹਾਂ ਕਿ ਨੂੰ ਆਉਂਦਾ ਹੈ 82ਵਾਂ ਗ੍ਰੈਂਡਮਾਸਟਰ ਕੌਣ ਵੀ ਪ੍ਰਾਰਣਾਤ ਵੀ ਪ੍ਰਾਨਾ ਚੈਸ ਦੀ ਦੁਨੀਆ ਦੇ ਵਿੱਚ 83rd ਗ੍ਰੈਂਡਮਾਸਟਰ ਕੌਣ ਹੈ? ਅਦਿੱਤਿਆ ਸਾਮੰਤ। ਅਦਿੱਤਿਆ ਸਾਮੰਤ। ਜਮੀ ਲੇਟੈਸਟ ਆ ਗਿਆ। 84ਵਾਂ ਗ੍ਰੈਂਡਮਾਸਟਰ ਕੌਣ ਹੈ? ਆਰ ਪ੍ਰਗਨੰਦਾ ਦੀ ਭੈਣ ਆ ਹੋ ਜਿਹੜਾ ਉਹਦੇ ਨਾਲ ਪਿੱਛਾ ਪਿਆ ਸੀਗਾ। ਮੈਗਨਸ ਕਾਲਸ ਦੇ ਨਾਲ ਹਾਰ ਗਿਆ ਸੀ ਮੁੰਡਾ ਬਟ ਸਟਿਲ। 84th ਕੌਣ ਹੈ? ਅਦਿੱਤਿ ਵਿਸ਼ਾਲੀ। ਹਲਵਿੰਦਰ 84th ਆ ਹੋ। 83rd ਦਾ ਅਦਿੱਤਿਆ ਸਾਮੰਤ ਹੈ। ਸੋ ਆਨਸਰ ਯਾਦ ਰੱਖ ਲਿਓ ਜੀ ਕੀ ਹੈ 84th ਕੋਣ ਨੇ ਵੈਸ਼ਾਲੀ ਰਮੇਸ਼ ਬਾਬੂ ਵੈਸ਼ਾਲੀ ਰਮੇਸ਼ ਬਾਬੂ ਜੀ ਨੇ ਜਿਹੜੇ 84th ਗ੍ਰੈਂਡ ਮਾਸਟਰ ਨੇ 83ਵਾਂ ਕੋਣ ਹੈ ਜੀ ਸਾਡਾ ਅਦਿੱਤਿਆ ਸਾਹਮਤ 82ਵਾਂ ਸੀ ਵੀ ਪ੍ਰਾਰਨਾਥ ਇਹਨੂੰ ਸੀਕੁਐਂਸ ਯਾਦ ਕਰ ਲਿਓ ਅੱਗੇ ਕੰਮ ਪੈਜੂਗਾ ਫੇਰ ਤੁਸੀਂ ਟੇਡੇ ਹੋ ਜਾਓਗੇ ਫਿਰ ਲਓ ਜੀ ਅਗਲਾ ਕੁਐਸਚਨ ਲਓ ਮੇਰੇ ਵੀਰੋ World Students Day ਮਨਾਇਆ ਜਾਂਦਾ ਜੀ 15 ਅਕਤੂਬਰ ਨੂੰ ਕੀ ਦੀ ਯਾਦ ਦੇ ਵਿੱਚ ਵਰਲਡ ਸਟੂਡੈਂਟਸ ਡੇ ਕਿਹਦੀ ਯਾਦ ਵਿੱਚ ਮਨਾਇਆ ਜਾਂਦਾ ਹੈ ਇਹ ਉਹ ਬੰਦਾ ਹੈ ਜਿਹਨੇ 40 ਸਾਲ ਡੀਆਰਡੀਆ ਉਹਦੇ ਵਿੱਚ ਕੰਮ ਕੀਤਾ ਲੈ ਚੱਕ ਹਿੰਟ ਦੇਤਾ ਤੁਹਾਨੂੰ ਰਮੇਸ਼ਵਰਮ ਚ ਇਹਨਾਂ ਦਾ ਜਨਮ ਦਿਨ ਹੋਇਆ ਜਨਮ ਹੋਇਆ ਕੀ ਬਾਤ ਹੈ ਜੀ ਸ਼ਿਵਾਨੀ ਗੋਇਲ ਮਿਸਾਈਲ ਮੈਨ ਆਫ ਇੰਡੀਆ ਐਪੀਜੀ ਅਬਦੁਲ ਕਲਾਮ ਦੀ ਯਾਦ ਵਿੱਚ ਮਨਾਇਆ ਜਾਂਦਾ ਜੀ ਵਰਲਡ ਸਟੂਡੈਂਟਸ ਡੇ 15 ਅਕਤੂਬਰ ਨੂੰ ਵਰਲਡ ਸਟੂਡੈਂਟਸ ਡੇ 15 ਅਕਤੂਬਰ ਜਿਹਦਾ ਥੀਮ ਸੀ ਇੰਪਾਵਰਿੰਗ ਦਾ ਫਿਊਚਰ ਐਜੂਕੇਸ਼ਨ ਫਾਰ ਆਲ ਅਗਲਾ ਕੁਐਸਚਨ 37ਵਾਂ 37ਵਾਂ ਨੈਸ਼ਨਲ ਗੇਮ ਸਾਡਾ ਜਵਾਲਾਲ ਅਗੋਆ ਦੇ ਵਿੱਚ ਹੋਇਆ ਸੀ ਠੀਕ ਹੈ ਜੀ ਇਹ ਪੁੱਛ ਰਹੀ ਹੈ 올림픽 ਗੇਮਸ ਇੰਡੀਆ ਦੇ ਵਿੱਚ ਕਦੋਂ ਹੋਣਗੀਆਂ ਉਵੇਂ ਹੀ ਬੱਸ ਇਹ ਤਾਂ ਹੋ ਰਹੀ ਕੋਸ਼ਨ ਕੋਸ਼ਨ ਕੁਝ ਹੋ ਰਹੀ ਪੁੱਛ ਰਹੇ ਦੱਸੋ ਭਾਈ ਵਿੰਗਸ ਆਫ ਫਾਇਰ ਬੁੱਕ ਆਈ ਜੀ ਬਿਲਕੁਲ ਜੀ 2000 32 ਜਾਂ ਫਿਰ 36 올림픽 ਗੇਮਸ ਕਦੋਂ ਹੋਣਗੀਆਂ ਵੈਰੀ ਗੁੱਡ ਜੀ 2036 ਇਸ ਦਾ ਕਰੈਕਟ ਆਪਸ਼ਨ 2036 ਦੇ ਵਿੱਚ ਆਰਗੇਨਾਈਜ਼ ਕਰਵਾਈਆਂ ਜਾਣਗੀਆਂ ਜੀ ਇੰਡੀਆ ਦੇ ਵਿੱਚ 올림픽 ਗੇਮਸ ਅਗਲਾ ਕੁਐਸਚਨ ਪ੍ਰਾਇਮਰੀ ਗੋਲ ਕੀ ਰਹੂਗਾ ਜੀਓ ਸਪੇਸ ਫਾਈਬਰ ਦਾ ਜੀਓ ਸਪੇਸ ਫਾਈਬਰ ਦਾ ਜਿਹੜਾ ਕਿ ਬੱਚੇ ਇੰਟਰਨੈਟ ਬੀਮ ਕਰੂਗਾ ਥਰੂ ਸੈਟੇਲਾਈਟਸ ਦਾ ਸੈਟੇਲਾਈਟ ਬ੍ਰੋਡਬੈਂਡ ਸਰਵਿਸ ਜਿਹੜਾ ਕਿ ਰੇਲਾਈਐਂਸ ਜੀਓ ਵਾਲਿਆਂ ਨੇ ਛੱਡਿਆ ਇਹਦਾ ਪ੍ਰਾਇਮਰੀ ਪਰਪਸ ਕੀ ਰਹੂਗਾ ਮੁੱਖ ਉਦੇਸ਼ ਕੀ ਹੈ ਦਿਸ ਇਜ਼ ਦਾ ਕੁਐਸਚਨ ਫॉर ਯੂ ਗਾਇਸ ਬੱਚਿਓ ਚੱਕਦੇ ਹੋ ਤੇ ਫੱਟੇ ਦੇ ਨਫਦੇ ਉਹਦੇ ਕਿੱਲੀ ਬਿਲਕੁਲ ਮਹੀਪ 24 ਵਾਲੀ ਪੈरिस ਤੋਂ ਹੋਣੀ ਹੈ 28 ਵਾਲੀ ਲਾਸ ਐਂਜਲਸ 32 ਵਾਲੀ ਬ੍ਰਿਸਬੇਨ ਆਸਟ੍ਰੇਲੀਆ 36 ਇੰਡੀਆ ਵਾਹ ਕੀ ਬਾਤ ਹੈ ਸੋ ਆਨਸਰ ਮੇਰਾ ਕੀ ਹੈ ਮੇਰੇ ਪਿਆਰੇ ਵਿਦਿਆਰਥੀਓ ਉਹਨਾਂ ਏਰੀਆ ਦੇ ਵਿੱਚ ਇੰਟਰਨੈਟ ਬੀਮ ਕਰਨਾ ਜਿੱਥੇ ਪੈਦਲਾ ਕਦੇ ਹੈ ਨਹੀਂ ਰਿਮੋਟ ਰੀਜਨਸ ਦੇ ਵਿੱਚ ਤੇ ਅੰਡਰਸਰਵਡ ਏਰੀਆਜ਼ ਦੇ ਵਿੱਚ ਇੰਟਰਨੈਟ ਬੀਮ ਕਰਨਾ ਜੀਓ ਸਪੇਸ ਫਾਈਬਰ ਦਾ ਮਕਸਦ ਹੈ ਇੰਡੀਆ ਦਾ ਪਹਿਲਾ ਗੀਗਾ ਗੀਗਾਨੈਟ ਸੈਟੇਲਾਈਟ ਕਨੈਕਟੀਵਿਟੀ ਸਕੀਮ ਅਗਲਾ ਕੁਐਸਚਨ ਇੰਡੀਆ ਨੇ ਹਿਸਟੋਰਿਕ ਕਿੰਨੇ ਮੈਡਲ ਜਿੱਤੇ ਚੌਥੇ ਪੈਰਾ ਏਸ਼ੀਅਨ ਗੇਮਸ ਦੇ ਵਿੱਚ ਕਿੰਨੇ ਮੈਡਲ ਜਿੱਤੇ ਨੇ ਜੀ ਇੰਡੀਆ ਨੇ ਪੈਰਾ ਏਸ਼ੀਅਨ ਗੇਮਸ ਦੇ ਵਿੱਚ ਤੇ ਰੈਂਕ ਵੀ ਇੰਡੀਆ ਦਾ ਇੱਥੇ ਚੌਥਾ ਹੀ ਸੀ ਮੇਰੇ ਨਹੀਂ ਪੰਜਵਾਂ ਸੀ ਇੱਥੇ ਰੈਂਕ ਕੀ ਬਾਤ ਹੈ ਜੀ ਸੋ ਆਲ ਆਨਸਰ ਇਸ 111 111 ਮੈਡਲ ਜਿੱਤੇ ਸੀ ਬੱਚਿਓ ਯਾਦ ਰੱਖ ਲਿਓ ਯਾਦ ਰੱਖ ਲਿਓ 111 ਮੈਡਲ ਜਿੱਤੇ ਸੀ ਪੰਜਵੀਂ ਪੋਜੀਸ਼ਨ ਆਈ ਸੀ ਪਹਿਲੇ ਤੇ ਸੀ ਚਾਈਨਾ ਪਹਿਲੇ ਤੇ ਸੀ ਚਾਈਨਾ ਦੂਜੇ ਤੇ ਸੀ ਈਰਾਨ ਤੀਜੇ ਤੇ ਸੀ ਜਾਪਾਨ ਚੌਥੇ ਤੇ ਕਿਹੜਾ ਸੀ ਓ ਚੌਥੇ ਸੀ ਕੋਰੀਆ ਤੇ ਪੰਜਵਾਂ ਸੀ ਇੰਡੀਆ ਚੱਲ ਮੇਰੇ ਵੀਰੇ ਅੱਗੇ ਕੁਐਸਚਨ ਤੇ ਆ 30 ਅਕਤੂਬਰ ਨੂੰ ਕਿਹਦੀ ਬਰਥ ਐਨੀਵਰਸਰੀ ਮਨਾਈ ਜਾਂਦੀ ਹੈ ਹੋਮੀ ਜਹਾਗੀਰ ਬਾਬਾ ਵਿਕਰਮ ਸਾਰਾ ਭਾਈ ਸੀ ਵੀ ਰਮਨ ਐਪੀ ਜੇ ਅਬਦੁਲ ਕਲਾਮ ਜੇ ਹਿੰਟ ਚਾਹੀਦਾ ਹੈ ਤਾਂ ਹਿੰਟ ਹੈ ਫਾਦਰ ਆਫ ਨਿਊਕਲੀਅਰ ਪ੍ਰੋਗਰਾਮ द आंसर इज शाबाश क्या बात है जी होमी जहांगीर बाबा इज द करेक्ट ऑप्शन बच्चे 31 अक्टूबर ਨੂੰ ਇਹਨਾਂ ਦਾ ਜਨਮ ਦਿਨ ਮਨਾਇਆ ਜਾਂਦਾ ਹੈ ਬੱਚੇ ਫਾਦਰ ਆਫ ਇੰਡੀਆ ਨਿਊਕਲੀਅਰ ਪ੍ਰੋਗਰਾਮ ਅੱਗੇ ਵਧੋ Brazil ਦੇ ਸਾਇੰਟਿਸਟ ਨੇ ਇੱਕ ਜਿਹੜੀ ਹੈ ਵੈਕਸੀਨ ਡਵੈਲਪ ਕੀਤੀ ਹੈ ਕੋਕੈਨ ਦੀ ਐਡਿਕਸ਼ਨ ਨੂੰ ਖਤਮ ਕਰਨ ਵਾਸਤੇ ਉਹਦਾ ਨਾਮ ਕੀ ਹੈ ਕੋਕੈਨ ਦੀ ਐਡਿਕਸ਼ਨ ਨੂੰ ਖਤਮ ਕਰਨ ਵਾਸਤੇ Brazil ਦੇ ਸਾਇੰਟਿਸਟ ਨੇ ਕੀਤੀ ਹੈ ਇੱਕ ਵੈਕਸੀਨ ਤਿਆਰ ਵਾਟ ਇਜ਼ ਦਾ ਨੇਮ ਆਫ ਦੈਟ ਵੈਕਸੀਨ ਸੋ ਥਿਸ ਇਜ਼ ਦਾ ਕੁਐਸਚਨ ਚੱਕਦੇ ਹੋ ਫੱਟੇ ਨੱਪਦੇ ਹੋ ਕਿੱਲੀ ਬੱਚੇ ਸਾਰੇ ਬੱਚੇ ਲਾਈਕ ਕਰੋ ਯਾਰ ਸੈਸ਼ਨ ਨੂੰ ਯਾਰ ਜਿਨ੍ਹਾਂ ਨੇ ਨਹੀਂ ਕੀਤਾ ਹਜੇ ਤੱਕ ਲਾਈਕ ਕਰੋ ਵੈਰੀ ਗੁੱਡ ਰੋਮਨ ਦਾ ਆਨਸਰ ਇਜ਼ ਕੈਲਿਕਸ ਕੋਕਾ ਕੈਲਿਕਸ ਕੋਕਾ ਇਜ਼ ਦਾ ਵੈਕਸੀਨ ਜਿਹੜੀ ਕਿ ਯੂਜ਼ ਕੀਤੀ ਜਾਊਗੀ ਅਗੇਂਸਟ ਕੋਕੇਨ ਐਡਿਕਸ਼ਨ ਅਗਲਾ ਕੁਐਸਚਨ ਹਰੀਕੇਨ ਆਇਆ ਬੱਚੇ ਮੈਕਸੀਕੋ ਦੇ ਵਿੱਚ ਹਿੱਟ ਕੀਤਾ ਤੇ ਵਾਟ ਇਜ਼ ਦਾ ਨੇਮ ਆਫ ਦੈਟ ਹਰੀਕੇਨ ਗਲਫ ਆਫ ਮੈਕਸੀਕੋ ਦੇ ਵਿੱਚ ਹਿੱਟ ਕੀਤਾ ਬੱਚੇ ਨੇ ਨੇਮ ਕੀ ਹੈ ਇਸ ਹਰੀਕੇਨ ਦਾ ਟਾਈਫੂਨ ਆਇਆ ਸੀ ਕੋਈ ਨਾ ਹਾਂਗਕਾਂਗ ਦੇ ਵਿੱਚ ਜੈਸਪਰਾ ਆਇਆ ਆਸਟ੍ਰੇਲੀਆ ਦੇ ਵਿੱਚ ਤੇ ਓਟਿਸ ਆਇਆ ਜੀ ਤੁਹਾਡਾ ਮੈਕਸੀਕੋ ਦੇ ਵਿੱਚ ਮੈਕਸੀਕੋ ਦੇ ਵਿੱਚ ਆਇਆ ਜੀ ਓਟਿਸ ਯਾਦ ਰੱਖ ਲਿਓ ਹਾਈਕ ਹਰੀਕੇਨ ਓਟਿਸ ਅਗਲਾ ਕੁਐਸਚਨ ਪੰਜਾਬ ਦੀਆਂ ਉਹ ਕਿਹੜੀਆਂ ਦੋ ਜ਼ਿਲ੍ਹੇ ਨੇ ਜਿਹੜੇ ਐਡ ਕੀਤੇ ਗਏ ਨੇ ਬੱਚਿਓ ਮਿਨਿਸਟਰੀ ਆਫ ਟੂਰਿਜ਼ਮ ਦੀ ਇੱਕ ਸਕੀਮ ਹੈ ਜਿਹਦਾ ਨਾਮ ਹੈ ਸਵਦੇਸ਼ ਦਰਸ਼ਨ 2.0 ਸਕੀਮ ਇਹਦੇ ਵਿੱਚ ਕਿਹੜੇ ਦੋ ਜ਼ਿਲ੍ਹੇ ਐਡ ਕੀਤੇ ਗਏ ਨੇ ਜੀ ਚੱਕ ਦੇ ਫੱਟੇ ਵੈਰੀ ਗੁੱਡ ਕੀ ਬਾਤ ਹੈ ਜੀ ਅੰਮ੍ਰਿਤਸਰ ਤੇ ਕਪੂਰਥਲਾ ਐਡ ਕੀਤੇ ਗਏ ਨੇ ਸਵਦੇਸ਼ ਦਰਸ਼ਨ 2.0 ਸਕੀਮ ਦੇ ਵਿੱਚ ਜਿਹੜੀ ਕਿ ਮਿਨਿਸਟਰੀ ਵੱਲੋਂ ਆਫ ਟੂਰਿਜ਼ਮ ਵੱਲੋਂ ਕੀਤੀ ਗਈ ਹੈ ਲਾਂਚ ਅਗਲਾ ਕੁਐਸਚਨ ਇੰਡੀਆ ਦੀ ਪਹਿਲੀ ਵਰਟੀਕਲ ਵਿੰਡ ਟਨਾਈ ਟਨਲ ਲਾਂਚ ਕੀਤੀ ਗਈ ਹੈ ਫॉर ਮਿਲਟਰੀ ਟ੍ਰੇਨਿੰਗ ਹਿਮਾਚਲ ਪ੍ਰਦੇਸ਼ ਦੇ ਵਿੱਚ ਚੰਬਾ ਦੇ ਵਿੱਚ ਤੇ ਉਹਦੀ ਨੈਗਰੇਸ਼ਨ ਕਰਨ ਕੌਣ ਆਇਆ ਸੀ ਵਰਟੀਕਲ ਵਿੰਡ ਟਨਲ ਬੱਚੇ ਉਹ ਹੁੰਦੀ ਹੈ ਜਦ ਮੇ ਆਪਾਂ ਉਹ ਨਹੀਂ ਦੇਖਦੇ ਹੁੰਦੇ ਜਾਚ ਉਛਾਲ ਮਾਰਦੇ ਆ ਫ੍ਰੀ ਫਾਲ ਕਰਦੇ ਆ ਨਾ ਪੈਰਾਸ਼ੂਟ ਪਾ ਕੇ ਉਹਦੀ ਪ੍ਰੈਕਟਿਸ ਹੈ ਜੀ ਉਹ ਟਨਲ ਦੇ ਵਿੱਚ ਕੀਤੀ ਜਾਂਦੀ ਹੈ ਥੱਲੇ ਉਹ ਪੱਖਾ ਚੱਲਦਾ ਹੈ ਬੰਦਾ ਉੜਦਾ ਹੈ ਪ੍ਰੈਕਟਿਸ ਕਰਨ ਵਾਸਤੇ ਇੰਡੀਆ ਦੀ ਪਹਿਲੀ ਇਹ ਚੰਬਾ ਡਿਸਟ੍ਰਿਕਟ ਦੇ ਵਿੱਚ ਖਿਲੀ ਹੈ ਇੰਡੀਅਨ ਆਰਮੀ ਨੇ ਪਹਿਲੀ ਇਹ ਤੇ ਇਨੌਗੁਰੇਸ਼ਨ ਕਰਨ ਕੋਣ ਆਏ ਸੀ ਬੱਚਿਓ ਵੈਰੀ ਗੁੱਡ ਸੋ ਦਾ ਆਨਸਰ ਇਜ਼ ਡਿਫੈਂਸ ਮਿਨਿਸਟਰ ਨੇ ਆਰਮੀ ਚੀਫ ਸਾਡੇ ਜਨਰਲ ਮਨੋਜ ਪਾਂਡੇ ਜੀ ਆਏ ਸੀ ਇਹਨੂੰ ਇਨੈਗਰੇਟ ਕਰਨ ਵੀਰਿਓ ਸੋ ਆ ਦੇਖਿਓ ਐਮੀਟਰਨਲ ਹੋਗੀ ਐ ਓਡਿਆ ਕਰਨਗੇ ਥੱਲੋਂ ਦੀ ਹਵਾ ਪ੍ਰੈਕਟਿਸ ਹੋਇਆ ਕਰੂਗੀ ਚੱਲ ਮੇਰੇ ਵੀਰੇ ਆ ਜੋ ਵੀ ਅਗਲੇ ਕੁਐਸਚਨ ਤੇ ਅਗਲਾ ਕੁਐਸਚਨ Zomato ਵਾਲਿਆਂ ਨੇ ਆਪਣੀ ਊਮਨ ਡਿਲੀਵਰੀ ਪਾਰਟਨਰਸ ਵਾਸਤੇ ਮਟਰਨਿਟੀ ਇੰਸ਼ੋਰੈਂਸ ਦੇਣਾ ਤੇ ਉਹਦੇ ਲਈ ਉਹਨਾਂ ਨੇ ਕਿਹੜੀ ਕੰਪਨੀ ਨਾਲ ਕਰਾਰ ਕੀਤਾ ਜਿਹੜੇ ਪਾ ਬੀਮਾ ਕਵਰੇਜ ਕਰਨਾ ਹੈ ਜੀ ਊਮਨ ਡਿਲੀਵਰੀ ਪਾਰਟਨਰਸ ਲਈ Zomato ਵਾਲਿਆਂ ਨੇ ਤੇ ਕਿਹੜੀ ਊਮਨ ਸੌਰੀ ਕਿਹੜੀ ਕੰਪਨੀ ਨਾਲ ਇਹਨਾਂ ਨੇ ਟਾਈ ਅਪ ਕੀਤਾ ਸਵੇਗੀ Ola Uber ਜਾਂ ਫਿਰ Echo ਤੁਹਾਨੂੰ ਹਿੰਟ ਦੇ ਦਿੰਨਾ ਹੈ ਇਹ ਕੰਪਨੀ ਦੇ ਰੀਸੈਂਟਲੀ ਬ੍ਰਾਂਡ ਐਮਬੈਸਡਰ ਵੀ ਲਾਏ ਗਏ ਨੇ ਆਰ ਮਾਧਵਨ ਜੀ ਬ੍ਰਾਂਡ ਐਮਬੈਸਡਰ ਨਵੇਂ ਆਏ ਨੇ ਸੋ ਦਾ ਆਨਸਰ ਇਸ ਕੀ ਬਾਤ ਕੀ ਬਾਤ ਕੀ ਬਾਤ ਆਰ ਮਾਧਵਨ ਜੀ ਦਾ ਆਨਸਰ ਇਸ Echo एको इज द करेक्ट ऑप्शन ਬੱਚਿਓ 에코 ਆਲਿਆ ਨੇ ਕੀਤਾ ਜੀ 파트너십 ਦੇ ਨਾਲ ਤੇ ਇਹਦੇ ਜਿਹੜੇ ਹੈ ਨਵੇਂ ਬ੍ਰਾਂਡ ਮੈਸਟਰ ਕੌਣ ਨੇ ਆਰ 마ਧਵਨ ਆਰ 마ਧਵਨ ਇਹ ਵੀ ਯਾਦ ਤੁਸੀਂ ਨਾਲ ਹੀ ਰੱਖ ਲਿਓ ਅਗਲਾ ਕੁਐਸਚਨ 에ਸ਼ੀਅਨ ਪੈਰਾ ਗੇਮਸ ਦੇ ਵਿੱਚ ਉਹ ਬੰਦਾ ਕਿਹੜਾ ਹੈ ਜਿਹਨੇ ਵਰਲਡ ਰਿਕਾਰਡ ਤੋੜਤਾ ਸੀਗਾ ਜੈਵਲਿਨ ਥਰੋ ਦੇ ਵਿੱਚ ਐਫ 46 ਕੈਟਾਗਰੀ ਦੇ ਵਿੱਚ ਉਹਨੇ ਵਰਲਡ ਰਿਕਾਰਡ ਤੋੜਤਾ ਵਾਟ ਇਜ਼ ਦ ਨੇਮ ਆਫ ਦੈਟ ਪਰਸਨ ਕਿਆ ਬਾਤ ਹੈ ਜੀ ਜਿਹੜੇ ਬੱਚੇ ਨਵੇਂ ਆ ਗਏ ਸੈਸ਼ਨ ਨੂੰ ਲਾਈਕ ਕਰੋ ਤੇ ਰਿਕਾਰਡਡ ਜ਼ਰੂਰ ਦੇਖਿਆ ਕਰੋ ਆਨਸਰ ਇਜ਼ ਸੁੰਦਰ ਸਿੰਘ ਗੁੱਜਰ ਸੁੰਦਰ ਸਿੰਘ ਗੁੱਜਰ ਜੀ ਕੋਈ ਗਾਲੀ ਕੋਈ ਗਾਲੀ ਕੋਈ ਚੱਕਰ ਨਹੀਂ ਸੌਰਗੁਮਾਰ ਕੋਈ ਟੈਨਸ਼ਨ ਨਹੀਂ ਯਾਰ ਆਨਸਰ ਇਜ਼ ਸੁੰਦਰ ਸਿੰਘ ਗੁੱਜਰ ਸੁਦਰ ਸਿੰਘ ਗੁੱਜਰ ਨੇ ਬੱਚਿਓ ਵਰਲਡ ਰਿਕਾਰਡ ਤੋੜਿਆ ਯਾਦ ਰੱਖ ਲਿਓ ਇੱਕ ਸੁੰਦਰ ਸਿੰਘ ਗੁੱਜਰ ਤੇ ਸੁਮਿਤ ਅੰਟਿਲ ਦੋਨਾਂ ਨੇ ਹੀ ਜੈਵਲਿਨ ਥਰੋ ਦੇ ਵਿੱਚ 골ਡ ਮੈਡਲ ਜਿੱਤੇ ਆ ਓਕੇ ਜੀ ਸ਼ਾਬਾਸ਼ ਅਗਲਾ ਕੁਐਸਚਨ ਕਹਿੰਦੇ ਟੈਕਸਟ ਬੁੱਕ ਵਾਲਿਆਂ ਨੇ ਇੱਕ ਜਿਹੜੀ ਹੈ ਐਨਸੀਆਰਟੀ ਵਾਲਿਆਂ ਨੇ ਇੱਕ ਗੱਲਬਾਤ ਕਹੀ ਸੀ ਕਹਿੰਦੇ ਜਿੰਨੀਆਂ ਵੀ ਕਿਤਾਬਾਂ ਨੇ ਨਾ ਉਹਦੇ ਵਿੱਚ ਜਿੱਥੇ ਜਿੱਥੇ ਇੰਡੀਆ ਲਿਖਿਆ ਉਹਦੇ ਵਿੱਚ ਅਸੀਂ ਭਾਰਤ ਲਿਖੀਏ ਠੀਕ ਹੈ ਜੀ ਕਿਹੜੇ ਆਰਟੀਕਲ ਦੇ ਵਿੱਚ ਇਹ ਗੱਲ ਲਿਖੀ ਹੋਈ ਹੈ ਇੰਡੀਆ ਦੈਟ ਇਜ਼ ਭਾਰਤ ਸ਼ਲ ਬੀ ਅ ਯੂਨੀਅਨ ਆਫ ਸਟੇਟਸ ਇਹ ਕਿਹੜੇ ਆਰਟੀਕਲ ਦੀ ਗੱਲਬਾਤ ਹੈ ਥਿਸ ਇਜ਼ ਦਾ ਕੁਐਸਚਨ ਫਾਰ ਯੂ ਗਾਈਜ਼ ਨਹੀਂ ਬੀਨੂ ਥੋੜਾ ਗਲਤ ਹੋ ਗਿਆ ਦਾਂਸਰ ਇਸ ਆਰਟੀਕਲ 1 ਕਲੋਸ 1 ਆਰਟੀਕਲ 1 ਕਲੋਸ 1 ਦੇ ਵਿੱਚ ਇਹ ਗੱਲਬਾਤ ਲਿਖੀ ਗਈ ਹੈ ਇੰਡੀਆ ਦੈਟ ਇਜ਼ ਭਾਰਤ ਬੀ ਅ ਯੂਨੀਅਨ ਆਫ ਸਟੇਟਸ ਅਗਲਾ ਕੁਐਸਚਨ ਚਾਈਨਾ ਨੇ ਕੰਸਟਰਕਟ ਕੀਤਾ ਬੱਚੇ ਇੱਕ ਕੰਸਟਰਕਸ਼ਨ ਸਟਾਰਟ ਕੀਤੀ ਹੈ ਟ੍ਰਾਈਡੈਂਟ ਦੀ ਇੱਕ ਇਹੋ ਜਿਹਾ ਪ੍ਰੋਜੈਕਟ ਹੈ ਜਿਹੜਾ ਕਿ ਗੋਸਟ ਪਾਰਟਿਕਲਸ ਨੂੰ ਗॉड ਪਾਰਟਿਕਲਸ ਨਾ ਉਹਨੂੰ ਡਿਟੈਕਟ ਕਰਨਾ ਹੈ ਅੰਡਰਵਾਟਰ ਤੇ ਇਹਦੀ ਕਪੈਸਿਟੀ ਕੀ ਹੈ ਮੈਂ ਇਹਦਾ ਸਹੀ ਅਨਸਰ ਇਹਦਾ ਇਹਦੀ ਕਪੈਸਿਟੀ ਹੈ 7. 8 ਕਿਲੋਮੀਟਰ ਦੀ 7.8 ਕਿਲੋਮੀਟਰ ਪਾਣੀ ਨੂੰ 7.5 ਕਿਲੋਮੀਟਰ ਪਾਣੀ ਨੂੰ ਬਚੇ ਕਵਰ ਕਰੂਗਾ ਟੂ ਡਿਟੈਕਟ ਗੋਸਟ ਪਾਰਟਿਕਲਸ 트라이ਡੈਂਟ ਯਾਦ ਰੱਖ ਲਿਓ ਜੀ ਅਗਲਾ ਕੁਐਸਚਨ ਕਿਹੜੀ ਆਰਗੇਨਾਈਜੇਸ਼ਨ ਹੈ ਜਿੱਥੇ ਕਿਹੜੀ ਕੰਟਰੀ ਹੈ ਜਿਨੇ ਲੀਡ ਕੀਤਾ ਹੈ ਹੈਡ ਕੀਤਾ ਹੈ 22ਵੀਂ ਮੀਟਿੰਗ ਸ਼ੇਂਘਾਈ ਕੋਆਪਰੇਸ਼ਨ ਕੌਂਸਲ ਦੀ ਹੈੱਡ ਆਫ ਗਵਰਨਮੈਂਟ ਦੀ ਦੱਸੋ ਬਈ ਸ਼ਾਬਾਸ਼ ਇੰਡੀਆ ਨਹੀਂ ਵੀਰੇਓ ਇੰਡੀਆ ਨੇ ਜਿਹੜੀ ਕੀਤੀ ਸੀ ਨਾ ਉਹ ਵਰਚੁਅਲ ਸਮਿਟ ਸੀ ਇਹ ਹੈੱਡ ਆਫ ਗਵਰਨਮੈਂਟ ਦੀ ਹੈ ਨਹੀਂ 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 ਗਲਤ ਹੋ ਗਿਆ ਬੱਚੇ ਦਾ ਆਨਸਰ ਇਜ਼ ਕਿਰਗਿਸਤਾਨ ਹੈੱਡ ਆਫ ਗਵਰਨਮੈਂਟ ਦੀ ਕਾਉਂਸਲ ਆਫ ਹੈੱਡ ਆਫ ਗਵਰਨਮੈਂਟ ਦੀ ਬੱਚੇ ਜਿਹੜੀ ਸੀਗੀ ਇਹ 22ਵੀਂ ਮੀਟਿੰਗ ਇਹ ਕਜ਼ਾਕਿਸਤਾਨ ਨੇ ਲੀਡ ਕੀਤੀ ਸੀ ਜਿਹੜੀ ਇੰਡੀਆ ਨੇ ਕੀਤੀ ਸੀ ਨਾ ਉਹ ਵਰਚੁਅਲ ਸਮਿਟ ਸੀਗੀ ਤੇ ਜਿਹਦੇ ਵਿੱਚ ਇਹ ਡਿਸੀਜਨ ਲਇਤਾ ਗਿਆ ਸੀ ਨਵਾਂ ਮੈਂਬਰ ਕਿਹੜਾ ਬਣੂਗਾ ਹੁਣ ਐਸਿਓ ਦਾ ਦੱਸਿਓ ਮਾੜਾ ਜਾਂ ਐਸਿਓ ਦਾ ਨਵਾਂ ਮੈਂਬਰ ਮਹੀਪ ਪਵਨ ਬੀਨੂ ਹਲਵਿੰਦਰ ਸ਼ਾਬਾਸ਼ ਦਾਂਸਰ ਇਸ ਈਰਾਨ ਈਰਾਨ ਬੱਚੇ ਨਵਾਂ ਮੈਂਬਰ ਬਣ ਚੁੱਕਿਆ ਜੀ ਤੁਸੀਂ ਯਾਦ ਰੱਖ ਲਿਓ ਇਸ ਗੱਲ ਨੂੰ ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦਾ ਓਕੇ ਜੀ ਡਨ ਹੈ ਮਾਮਲਾ ਅੱਗੇ ਚੱਲਦੇ ਹਾਂ ਜੀ ਜਾਮਦਾਨੀ ਡੈਮ ਪ੍ਰੋਜੈਕਟ ਬੱਚੇ ਲਾਇਆ ਗਿਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਇਹਨੂੰ ਰਿਲੀਜ਼ ਕੀਤਾ ਸੀ ਕਿਹੜੀ ਰੀਵਰ ਤੇ ਲੱਗੂਗਾ ਇਹ ਗੰਗਾ ਤੇ ਯਮੁਨਾ ਤੇ ਰਾਮਗੰਗਾ ਤੇ ਬ੍ਰਹਮਪੁੱਤਰ ਤੇ ਇੱਕ ਰੀਵਰ ਹੈ ਗੋਲਾ ਗੋਲਾ ਰਿਵਰ ਤੇ ਹੈ ਜਿਹੜਾ ਜਾਮਦਾਨੀ ਡੈਮ ਪ੍ਰੋਜੈਕਟ ਲੱਗ ਰਿਹਾ ਹੈ ਤੇ ਗੋਲਾ ਰਿਵਰ ਇੰਨਾ ਚੋਂ ਇੱਕ ਦੀ ਟ੍ਰਿਬਿਊਟਰੀ ਹੈ ਲਾਓ ਬਈ ਆਨਸਰ ਬੱਚੇ ਆਪਣੇ 13 ਲਾਈਕ ਰਹਿ ਗਏ ਜੇ ਤੁਸੀਂ ਆਪਣੇ ਜੇ ਤੁਸੀਂ ਦੇਖੋ ਆਪਣੇ ਆਪ 'ਚ ਜੇ ਕੋਈ 13 ਬੱਚੇ ਇਹ ਜਿਹੇ ਹੈਗੇ ਨੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ 100 ਹੋ ਜੂ ਆਪਣਾ ਚੱਕ ਦਿਓ ਫਟੇ ਜੀ ਕਿਸੇ ਨੇ ਨਹੀਂ ਕੀਤਾ ਰਾਮ ਰਾਮ ਸ਼ਾਲੇਕਾ ਕੰਬੋਜ ਜੀ ਬੜੀ ਲੇਟ ਆਏ ਹੋ ਅੱਛਾ ਰਾਮ ਗੰਗਾ ਕਹਿਣਾ ਸੀ ਨਾ ਮੈਂ ਤਾਂ ਕਹਿੰਦਾ ਰਾਮ ਰਾਮ ਜੀ ਚਲੋ ਠੀਕ ਹੈ ਜੀ ਸੋ ਆਨਸਰ ਇਜ਼ ਰਾਮ ਗੰਗਾ ਰਿਵਰ ਰਾਮ ਗੰਗਾ ਰਿਵਰ ਇਸ ਦਾ ਕਰੈਕਟ ਆਪਸ਼ਨ ਰਾਮ ਗੰਗਾ ਬੱਚੇ ਕਿ ਦੀ ਟ੍ਰਿਬਿਊਟਰੀ ਹੈ ਗੰਗਾ ਦੀ ਟ੍ਰਿਬਿਊਟਰੀ ਹੈ ਗੰਗਾ ਦੀ ਟ੍ਰਿਬਿਊਟਰੀ ਠੀਕ ਹੈ ਜੀ ਯਾਦ ਰੱਖ ਲਿਓ ਜੀ ਵੈਰੀ ਗੁੱਡ ਸ਼ਾਬਾਸ਼ ਬੱਚਿਓ ਕਿੰਨੇ ਰਹਿ ਗਏ ਆਪਣੇ ਬੱਚੇ ਰਹਿ ਗਏ 7 ਲਾਈਕ 100 ਹੋ ਜਾਣਗੇ ਆਪਣੇ ਨਾਲ ਦੀ ਨਾਲ ਵੈਰੀ ਗੁੱਡ ਜੀ ਉਹਨਾਂ ਦਾ ਰਾਮ ਗੰਗਾ ਮੈਂ ਰਾਮ ਰਾਮ ਕਹਿ ਰਿਹਾ ਸ਼ਾਇਦ ਅਗਲਾ ਕੁਐਸਚਨ ਬੱਚੇ ਆ ਗਿਆ ਕਹਿੰਦਾ ਜੀ ਕਿਹੜੀ ਕੰਟਰੀ ਹੈ जिने हुआंगजाओ एशियन पैरा गेम्स ਦੇ ਵਿੱਚ ਮੈਡਲ ਟੈਲੀ ਦੇ ਵਿੱਚ ਨੰਬਰ 1 ਪੋਜੀਸ਼ਨ ਹਾਸਲ ਕੀਤੀ ਹੈ ਸੋ ਦਿਸ ਇਜ਼ ਦਾ ਕੁਐਸਚਨ ਸ਼ਾਬਾਸ਼ ਵੈਰੀ ਗੁੱਡ ਸਰ ਜੀ ਕੁਐਸਚਨਸ ਮੈਂ ਕਿਹਾ ਹਾਸਲੋ ਇਹ ਥੋੜਾ ਹੈਨਾ ਚੱਲ ਵਧੀਆ ਬਸ ਥੋੜਾ ਹੀ ਰਹਿ ਗਿਆ ਬੱਚੇ ਹੁਣ ਬਾਦਲ ਸਾਹਿਬ ਥੋੜਾ ਹੀ ਰਹਿ ਗਿਆ ਬਸ ਬਹੁਤ ਬਹੁਤ ਘਟ ਰਏ ਕੁਐਸ਼ਨ ਦਾ ਆਨਸਰ ਇਸ ਬੱਚੇ ਚਾਇਨਾ ਸੋ ਚਾਇਨਾ ਨੇ ਲੀਡ ਕੀਤਾ ਸੀ ਬੱਚੇ ਤੁਹਾਨੂੰ ਪਤਾ ਹੀ ਐ ਅਗਲਾ ਕੁਐਸ਼ਨ ਬਹੁਤ ਘਟ ਰਹਿ ਗਿਆ ਕੁਐਸ਼ਨ ਹੈ ਜੀ ਹੈੱਡ ਕੋਚ ਕੌਣ ਹੈ ਜੀ ਇੰਡੀਆ ਦੇ ਊਮਨਸ ਨੈਸ਼ਨਲ ਕ੍ਰਿਕਟ ਟੀਮ ਦਾ ਨਵਾਂ ਲੱਗਿਆ ਬੰਦਾ ਥੋੜਾ ਆਪਣਾ ਬਚਾ ਕੇ ਰੱਖੋ ਉਹ ਮੜਾ ਜਾ ਥੋੜਾ ਜਿਹਾ ਹੋਰ ਜਰ ਲਿਓ ਟੋਲਰੇਸ਼ਨ ਵਧਾਓ ਮੜੀ ਬਹੁਤ ਘਟ ਰਹਿ ਗਿਆ ਮੈਂ ਤੁਹਾਨੂੰ ਦੱਸੂਗਾ ਨਹੀਂ ਕਿੰਨਾ ਰਹਿ ਗਿਆ ਪਰ ਜਲਦੀ ਖਤਮ ਹੋਊਗਾ ਤੇ ਮੈਂ ਚਾਹੁੰਦਾ ਤੁਸੀਂ ਟੋਲਰੇਟ ਕਰੋ ਇਸ ਚੀਜ਼ ਨੂੰ ਆਨਸਰ ਕੀ ਹੈ ਜੀ ਅਜੇ ਜੜੇ ਜਾਂ ਨਹੀਂ ਹੈਗਾ ਵੀਰੇ ਓਹੋ ਅਮੋਲ ਮਜੂਮਦਾਰ ਵੈਰੀ ਗੁੱਡ ਜੀ ਅਮੋਲ ਮਜੂਮਦਾਰ ਇਸ ਦਾ ਕਰੈਕਟ ਆਪਸ਼ਨ ਬੱਚਿਓ ਯਾਦ ਰੱਖ ਲਿਓ ਜੀ ਨਵਾਂ ਇੰਡੀਅਨ ਊਮਨਸ ਦਾ ਨੈਸ਼ਨਲ ਕ੍ਰਿਕਟ ਟੀਮ ਦਾ ਕੋਚ ਆ ਚੁੱਕਿਆ ਜੀ ਮਜੂਮਦਾਰ ਲੋ ਮੇਰੇ ਵੀਰੋ ਅਗਲਾ ਕੁਐਸਚਨ ਇੰਡੀਅਨ 에ਅਰ ਫੋਰਸ ਨੇ ਬੱਚੇ ਇੱਕ ਪਲਾਨ ਕੀਤਾ ਹੈ ਕਹਿੰਦਾ ਸੀ ਆਪਣਾ ਬਹੁਤ ਹੀ ਐਡਵਾਂਸ ਰਡਾਰ ਹੈ ਜਿਹਦਾ ਨਾਮ ਹੈ ਵੀਰੂਪਕਸ਼ਾ ਇਹਨੂੰ ਅਸੀਂ ਕਿਹੜੇ ਪਲੇਨ ਦੇ ਵਿੱਚ ਲਾਉਣਾ ਹੈ ਵੀਰੂਪਕਸ਼ਾ ਆਪਣਾ ਇੰਡੀਆ ਦਾ ਖੁੱਦਾ ਬਣਾਇਆ ਹੋਇਆ ਹੈ ਹਾਈ ਲੈਵਲ ਦਾ ਰਡਾਰ ਹੈ ਕਿਹਦੇ ਵਿੱਚ ਯੂਜ਼ ਕਰਨਾ ਹੈ ਕਿਹੜੇ ਚ ਅਫਗਾਨਿਸਤਾਨ ਦਾ ਮੈਂਟਰ ਹੈ ਉਹ ਬੱਚੇ ਤਿੰਨ ਆਪਣੇ ਲਾਈਕ ਰਹਿ ਗਏ ਨੇ ਜਿਨ੍ਹਾਂ ਨੇ ਲਾਈਕ ਨਹੀਂ ਕੀਤਾ ਲਾਈਕ ਕਰ ਦਿਓ 100 ਵੱਜ ਜੂ ਆਪਣਾ 97 ਨੇ ਇੱਕ ਚੌਕਾ ਤਾਂ ਵੱਜਣਾ ਚਾਹੀਦਾ ਹੁਣ ਲਓ ਮੇਰੇ ਵੀਰੋ ਸੋ ਦਾ ਆਨਸਰ ਇਜ਼ ਸੂ 30 ਵੈਰੀ ਗੁੱਡ ਜੀ ਸੂ 30 ਇਜ਼ ਦਾ ਕਰੈਕਟ ਆਪਸ਼ਨ ਵੀਰੂ ਪਕਸ਼ਾ ਰਡਾਰ ਦੇ ਨਾਲ ਬੱਚੇ ਇਹਨੂੰ ਲੈਸ ਕੀਤਾ ਜਾਣਾ ਹੈ ਇਹ ਪਲਾਨ ਕਰ ਲਿਆ ਹੈ ਸਰਕਾਰ ਨੇ ਅਗਲਾ ਕੁਐਸਚਨ ਰੀਸੈਂਟਲੀ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨੈਸ਼ਨਲ ਆਈਕਨ ਕਿਨੂੰ ਚੁਣਿਆ ਨੈਸ਼ਨਲ ਆਈਕਨ ਕਿਨੂੰ ਚੁਣਿਆ ਬੱਚਿਓ ਇਹ ਲਾ ਦਿਓ ਆਨਸਰ ਸਚਿੰਦ ਅਦਲਕਰਤਾ ਹੈਗਾ ਹੀ ਹੈਗਾ ਇਹਨਾਂ ਨੇ ਇੱਕ ਹੋਰ ਬੰਦੇ ਨੂੰ ਵੀ ਚੁਣਿਆ ਉਹਦਾ ਕੀ ਨਾਮ ਹੈ ਵਾਹ ਕੀ ਬਾਤ ਜੀ ਬਾ ਹੋ ਗਿਆ ਜੀ 100 ਹੋ ਗਿਆ ਸੈਂਕੜਾ ਪੂਰਾ ਹੋ ਗਿਆ ਆਪਣਾ ਲਓ ਜੀ ਥੈਂਕ ਯੂ ਕਾਲਿਆ ਜੀ ਕਾਲਿਆ ਤੂੰ ਲੇਟ ਆਇਆ ਜੋਏ ਸੋਦਾ ਆਨਸਰ ਇਸ ਰਾਜਕੁਮਾਰ ਰਾਓ ਰਾਜਕੁਮਾਰ ਰਾਉ ਇਸ ਦਾ கரੈਕਟ অপਸ਼ਨ ਬੱਚੇ ਵੈਰੀ ਗੁੱਡ ਅਗਲਾ ਕੁਐਸ਼ਨ ਕਿਨੇ ਇਨਾਗੋਰੇਟ ਕੀਤਾ 418 ਫੁੱਟ ਲੰਬਾ ਨੈਸ਼ਨਲ ਫਲੈਗ ਅਟਾਰੀ ਵਾਗਾ ਬਾਰਡਰ ਤੇ ਅਕਤੂਬਰ 2023 ਤੇ ਜੇ ਹਿੰਟ ਚਾਹੀਦਾ ਤਾਂ ਹਿੰਟ ਦੱਸ ਦਿੰਨਾ ਉਸ ਬੰਦੇ ਉੱਤੇ ਰੀਸੈਂਟ ਇੱਕ ਫਿਲਮ ਵੀ ਬਣੀ ਹੈ ਮਰਾਠੀ ਦੇ ਵਿੱਚ ਨਾਮ ਨਹੀਂ ਦੱਸਣਾ ਕਿਉਂਕਿ ਨਾਮ ਫਿਰ ਉਹਨੇ ਉੱਤੇ ਹੀ ਹੈ ਫਿਰ ਅੱਛਾ ਲਾ ਰਿਹਾ ਯਾਰ ਫੇਰ ਠੀਕ ਹੈ ਓਕੇ ਡਾਂ 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 ਸੋ ਦਾ ਆਨਸਰ ਇਜ਼ ਗੜਕਰੀ ਗੜਕਰੀ ਇਜ਼ ਦਾ ਕਰੈਕਟ ਆਪਸ਼ਨ ਗੜਕਰੀ ਆਲਿਆਂ ਨੇ ਗੜਕਰੀ ਨੇ ਕੀਤਾ ਬੱਚੇ ਠੀਕ ਹੈ ਜੀ ਨਿਤਿਨ ਗੜਕਰੀ ਮੋ मिनिस्टर ਰੋਡ ਟਰਾਂਸਪੋਰਟ ਉਹਨਾਂ ਨੇ ਇਹ ਕੰਮ ਕੀਤਾ ਹੈ ਲੋ ਮੇਰੇ ਵੀਰੋ ਮੇਰੇ ਸਾਹਮਣੇ ਨਾਲ ਤੁਹਾਡਾ ਅੱਜ ਦਾ ਸੈਸ਼ਨ ਹਜੇ ਰਹਿ ਗਿਆ ਬੜਾ ਥੋੜਾ ਜਿਹਾ ਰਹਿ ਗਿਆ ਹਾਂ ਊਮਨ ਸਿੰਗਲ ਟਾਈਟਲ ਕਿਹਨੇ ਜਿੱਤਿਆ ਅਬੂ ਧਾਬੀ ਮਾਸਟਰਸ ਦੇ ਵਿੱਚ ਅਬੂ ਧਾਬੀ ਮਾਸਟਰਸ ਦੇ ਵਿੱਚ ਬੱਚੇ ਊਮਨ ਸਿੰਗਲ ਟਾਈਟਲ ਕਿਹਨੇ ਜਿੱਤਿਆ ਮੀਨਾ ਸ਼ਾ ਉਨਤੀ ਹੁੱਡਾ ਸੰਜਨਾ ਸਤੋਸ਼ ਜਾਂ ਫਿਰ ਅਮੀਦਾ ਸਿੰਘ ਬੜਾ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਆ ਕਿਸ ਨੇ ਦੇਖੀ ਡਿਸਲਾਈਕ ਕੀਤਾ ਓਏ ਕੋਈ ਨਹੀਂ ਕੋਈ ਚੱਕਰ ਨਹੀਂ ਵੈਰੀ ਗੁੱਡ ਦਾ ਆਨਸਰ ਇਜ਼ ਉਨਤੀ ਹੁੱਡਾ ਜਿਨੇ ਅਬੂਦਾਬੀ ਮਾਸਟਰਸ ਆਪਣੇ ਨਾਮ ਕੀਤਾ ਹੈ ਬੈਡਮਿੰਟਨ ਦੀ ਦੁਨੀਆ ਦੇ ਵਿੱਚ ਅਗਲਾ ਕੁਐਸਚਨ ਨਮੋ ਭਾਰਤ ਟ੍ਰੇਨ ਆ ਸਾਡੀ ਹਾਂਜੀ ਹੈਗੀ ਹੈ ਜੀ ਇਹਨੂੰ ਬਣਾਇਆ ਕਿਨੇ ਸਟੇਟ ਆਫ ਦੀ ਆਰਟ ਟ੍ਰੇਨ ਇਹਨੂੰ ਬਣਾਇਆ ਕਿਨੇ ਜੀ ਇੰਡੀਆ ਦੀ ਪਹਿਲੀ ਸੈਮੀ ਹਾਈ ਸਪੀਡ ਟ੍ਰੇਨ ਹੈ ਟੀਟਾਗੜ ਵੈਗਨ ਵਾਲਿਆਂ ਨੇ ਐਲਸਟੋਮ ਵਾਲਿਆਂ ਨੇ ਸੀਮੈਂਸ ਗਲੋਬਲ ਨੇ ਜਾਂ ਫਿਰ ਐਲ ਐਨ ਟੀ ਲਿਮਟਿਡ ਨੇ ਕਿਹਨੇ ਬਣਾਇਆ ਜੀ ਸਾਡਾ ਨਮੋ ਭਾਰਤ ਟ੍ਰੇਨ ਕੀ ਬਾਤ ਹੈ ਜੀ ਕੀ ਬਾਤ ਹੈ ਦਾ ਆਨਸਰ ਇਜ਼ ਐਲਸਟੋਮ ਵੈਰੀ ਗੁੱਡ ਜੀ ਐਲਸਟੋਮ ਵਾਲਿਆਂ ਨੇ ਬਣਾਇਆ ਜੀ ਜਿਹੜੀ ਕਿ ਇੱਕ ਫ੍ਰੈਂਚ ਮਲਟੀਨੇਸ਼ਨਲ ਮੈਨੂਫੈਕਚਰਿੰਗ ਕੰਪਨੀ ਹੈ ਨਮੋ ਭਾਰਤ ਬਣਾਉਣ ਵਾਲੀ ਕੰਪਨੀ ਉਹੀ ਹੈ ਅਗਲਾ ਕੁਐਸਚਨ ਕਿਹੜੀ ਕੰਟਰੀ ਹੈ ਬੱਚੇ ਜੀ ਨੇ ਰੀਸੈਂਟਲੀ ਪਹਿਲਾ ਨੇਸ਼ਨ ਬਣ ਚੁੱਕਿਆ ਹੈ जिने इलेक्ट्रोमैग्नेटिक रेल गन चलाई है जी फ्रॉम ऑफशोर प्लेटफॉर्म यानी कि पानी ਵਿੱਚੋਂ ਚਲਾਈ ਹੈ આજ ਤੱਕ ਇਹ ਜਿਹੜੀ ਇਲੈਕਟ্রোਮੈਗਨੈਟਿਕ ਰੇਲ ਗਨ ਸੀ ਧਰਤੀ ਤੋਂ ਹੀ ਚੱਲੀ ਸੀ ਪਰ ਇਹਨਾਂ ਨੇ ਸ਼ਿਪ 'ਚ ਲੈ ਕੇ ਆਏ ਆ ਤੇ ਉੱਥੇ ਇਹ ਚਲਾਈ ਹੈ ਇਲੈਕਟ্রোਮੈਗਨੈਟਿਕ ਰੇਲ ਗਨ ਬਹੁਤ ਜ਼ੋਰ ਕੇ ਇਹ ਗਨ ਵੱਜਦੀ ਹੈ ਜੀ ਦੇ ਵੀ ਵੱਜਦੀ ਹੈ ਸੋ ਕਿਹੜੀ ਕੰਟਰੀ ਨੇ ਲਾਂਚ ਕੀਤਾ ਜੀ ਆਫਸ਼ੋਰ ਪਲੇਟਫਾਰਮ ਤੋਂ ਬੁੱਢਿਆਂ ਦੀ ਕੈਪੀਟਲ ਵਾਲੀ ਬਿਲਕੁਲ ਜੀ ਆਨਸਰ ਇਸ ਦਾ ਜਪਾਨ ਜਪਾਨ ਇਸ ਦਾ கரੈਕਟ অপਸ਼ਨ ਬੱਚਿਓ ਜਿਨ੍ਹਾਂ ਨੇ ਇਹ ਰੇਲ ਗਨ ਕੀਤੀ ਹੈ ਲਾਂਚ ਅਗਲਾ ਕੁਐਸਚਨ ਰੀਸੈਂਟਲੀ ਆਈਆਰਸੀਟੀਸੀ ਵਾਲਿਆਂ ਨੇ ਪਾਰਟਨਰਸ਼ਿਪ ਕੀਤੀ ਹੈ ਕਿਹੜੀ ਕੰਪਨੀ ਦੇ ਨਾਲ ਤਾਂ ਕਿ ਡਾਈਨਿੰਗ ਐਕਸਪੀਰੀਅੰਸ ਜਿਹੜਾ ਹੈ ਵਧਾਇਆ ਜਾ ਸਕੇ ਜ਼ਿਆਦਾ ਫੂਡ ਚੁਆਇਸਿਸ ਦਿੱਤੀਆਂ ਜਾ ਸਕਣ ਆਈਆਰਸੀਟੀਸੀ ਨੇ ਕਿਹਦੇ ਨਾਲ ਇਹ ਕਰਾਰ ਸਾਈਨ ਕੀਤਾ ਹੈ ਮੈਂ ਪੰਜਾਬ ਨੂੰ ਬਹੁਤ ਮਿਸ ਕਰਦਾ ਕਹਿੰਦਾ ਨਰਕਾਂ ਤੋਂ ਠੀਕ ਹੈ ਮੇਰੇ ਪਿਆਰੇ ਵਿਦਿਆਰਥੀ ਲੋ ਮੇਰੇ ਵੀਰੋ ਸੋ ਦਾ ਆਨਸਰ ਇਜ਼ Zomato Zomato ਵਾਲਿਆਂ ਨੇ ਕੀਤਾ ਜੀ IRCTC ਨਾਲ ਤਾਂ ਕਿ ਡਾਈਨਿੰਗ ਐਕਸਪੀਰੀਅੰਸ ਇਨਕਰੀਜ਼ ਕੀਤਾ ਜਾ ਸਕੇ ਲੋ ਮੇਰੇ ਪਿਆਰੇ ਵਿਦਿਆਰਥੀਓ ਸੋ ਇਹਦੇ ਨਾਲ ਹੀ ਅੱਜ ਦਾ ਜਿਹੜਾ ਤੁਹਾਡੀ ਕਿਸ਼ਤ ਹੈ ਅਕਤੂਬਰ ਮਹੀਨੇ ਦੀ ਐਨੀਮਲ ਸੀਰੀਜ਼ ਦੀ ਬੱਚਿਓ ਖਤਮ ਹੋ ਚੁੱਕੀ ਹੈ ਸੋ ਥੈਂਕ ਯੂ ਸੋ ਮੱਚ ਫॉर ਅਟੈਂਡਿੰਗ ਦਿਸ ਸੈਸ਼ਨ ਤੇ ਹੁਣ ਕੱਲ ਦੀ ਛੁੱਟੀ ਹੈ ਜਿਹੜੀ ਆਫ ਫਾਈਲਸ ਮੈਂ ਤੁਹਾਨੂੰ ਟੈਲੀਗ੍ਰਾਮ 'ਚ ਭੇਜ ਰਿਹਾ ਉਹਨੂੰ ਤੁਸੀਂ ਰਿਵਾਈਜ਼ ਕਰੋ ਦਬ-ਦਬ ਕੇ ਕਰੰਟ ਅਫੇਅਰ ਦੀ ਕਲਾਸ ਲਾਉਣੀ ਤੁਸੀਂ ਭੁੱਲਣੀ ਨਹੀਂ ਜਿਹੜੀ ਹਰ ਰੋਜ਼ ਥਿਊਰੀ ਦੀ ਚੱਲੂਗੀ 9am ਤੇ ਬਾਕੀ ਜਿਹੜੇ ਬੱਚੇ ਸਾਡੇ ਨਾਲ ਬੱਚੇ ਜੁੜਨਾ ਚਾਹੁੰਦੇ ਨੇ ਦਿਲੋਂ ਚੁਣਨਾ ਚਾਹੁੰਦੇ ਨੇ ਲੰਬੇ ਤੌਰ ਤੇ ਚੁਣਨਾ ਚਾਹੁੰਦੇ ਨੇ ਵਧੀਆ ਤਿਆਰੀ ਕਰਨਾ ਚਾਹੁੰਦੇ ਨੇ ਸਾਡਾ A to Z ਪੰਜਾਬ ਬੈਚ ਤਾਂ ਤੁਸੀਂ ਲਓ ਹੀ ਲਓ ਉਹਦਾ ਜਿਹੜਾ ਲਿੰਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਪਿਆ ਹੈ ਡਿਸਕ੍ਰਿਪਸ਼ਨ ਦੇ ਵਿੱਚ ਪਿਆ A to Z ਪੰਜਾਬ ਬੈਚ ਦਾ 75% ਉਹਦੇ ਆਲਰੇਡੀ ਅਸੀਂ ਆਫ ਲਾ ਰੱਖਿਆ ਆਓ ਤੇ ਲਾਓ ਤੇ ਆਪਣੀ ਤਿਆਰੀ ਨੂੰ ਕਰੋ ਯਸ ਤੇ ਕਪੜੇ ਪ੍ਰੈਸ ਤੇ ਪਰ ਨਾਲ ਦੀ ਨਾਲ ਜਿਹੜਾ ਤੁਸੀਂ 9em ਕਰੰਟ ਅਫਰ ਥਿਉਰੀ ਵਾਲਾ ਉਹਨੂੰ ਤਾਂ ਤੁਸੀਂ ਭੁੱਲ ਹੀ ਨਹੀਂ ਸਕਦੇ ਠੀਕ ਹੈ ਮੇਰੇ ਪਿਆਰਿਓ ਹੈਪੀ ਵੀਕਐਂਡ ਜੀ ਤੁਹਾਨੂੰ ਵੀ ਥੈਂਕ ਯੂ ਸੋ ਮੱਚ ਜੀ ਸੋ ਵਾਲੀ ਗੱਲ ਹੈ ਨਾ ਜਸ ਲੁੱਕ ਲੈਂ ਵਾਓ ਥੈਂਕ ਯੂ ਜੀ ਬਾਏ ਬਾਏ ਜੀ ਗੁੱਡੋ ਪੰਡਿਤ ਵੈਰੀ ਗੁੱਡ ਜੀ ਥੈਂਕ ਯੂ ਵਾਲੀ ਕੰਗਰੂ ਜੀ ਬਾਏ ਬਾਏ ਬਲਜਿੰਦਰ ਕਰ ਦਿੰਨੇ ਆ ਯਾਰ ਟਾਈਮ ਲੱਗੂਗਾ ਬਸ ਥੋੜਾ ਜਾ ਅੱਤ ਕੋਕਾ ਜ਼ਹਿਰ ਕਲਾਸ ਕੀ ਬਾਤ ਹੈ ਜੀ ਤੁਸੀਂ ਪਲੀਜ਼ ਮੇਰੇ ਬੇਟੇ ਨੂੰ ਵੋਟ ਪਾਓ 2024 ਸੁੱਖਾ ਮੇਰਾ ਪੁੱਤ ਦਿਲ ਦਾ ਨਹੀਂ ਮਾੜਾ ਠੀਕ ਹੈ ਪ੍ਰਕਾਸ਼ ਸਿੰਘ ਬਾਦਲ ਜੀ ਮੈਂ ਇਹ ਕੰਮ ਜ਼ਰੂਰ ਕਰਾ ਦੂੰਗਾ ਤੁਹਾਡਾ ਠੀਕ ਹੈ ਜੀ ਲਓ ਵੀ ਮੇਰੇ ਵੀਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਥੈਂਕ ਯੂ ਜੀ ਥੈਂਕ ਯੂ ਵੈਰੀ ਗੁੱਡ ਖਿੱਚੋ ਤਿਆਰੀ ਫਿਰ ਬਾਏ ਟੈਲੀਗ੍ਰਾਮ ਤੇ ਆਜਣੀ ਹੈ ਫਾਈਲ ਇਹਨੂੰ ਰਿਵਾਈਜ਼ ਕਰ ਲਿਓ ਲੱਗਿਆ ਕਰੂਗੀ ਸੈਮ ਆਏ ਸੀ ਮਿਲਿਆ ਨਹੀਂ ਫਿਰ ਤੂੰ ਸ਼ਗਲ ਤਾਂ ਦਿਖਾ ਜਾ ਪੁੱਲਰ ਉਹ ਕਿਤੇ ਤੂੰ ਉਹੀ ਤਾਂ ਨਹੀਂ ਮੋਟਰਸਾਈਕਲ ਵਾਲਾ ਜਿਹਦੇ ਮਿਸਟਰ ਪੁੱਲ ਲਿਖਾਇਆ ਹੋਇਆ ਸਵੇਰੇ ਸਵੇਰੇ ਆਇਆ ਸੀ ਜਦੋਂ ਤੂੰ ਹਾਂ ਮਿਸਟਰ ਪੁੱਲਰ ਰੋਹਿਤਾ ਨਹੀਂ ਹੂੰ ਰਵਿੰਦਰ ਐ ਆਈ ਵਾਲਾ ਰਵਿੰਦਰ ਆਪਣਾ ਏਲਾ ਚੱਲ ਭਾਈ ਚਲੋ ਠੀਕ ਐ ਬਾਏ ਟੇਕ ਕੇ